ਦਿਨ ਸ਼ਨੀਵਾਰ ਸ਼ਾਮ ਦੇ 7 ਵਜੇ ਅੱਜ ਇੱਕ ਹੋਰ ਸਪੈਸ਼ਲ ਪੋਡਕਾਸਟ ਲੈ ਕੇ ਹਾਜ਼ਰ ਹੋਏ ਆ। ਇਹ ਪੋਡਕਾਸਟ ਦੇ ਵਿੱਚ ਜਿਵੇਂ ਸਾਰੇ ਹੀ ਪੋਡਕਾਸਟਾਂ ਦੇ ਵਿੱਚ ਸਾਡੇ ਦੇਸ਼ ਪੰਜਾਬ ਦੀ ਗੱਲ, ਸਾਡੀ ਧਰਤੀ ਦੀ ਗੱਲ ਹੁੰਦੀ ਹੈ, ਧਰਤੀ ਨਾਲ ਜੁੜੀਆਂ ਹੋਈਆਂ ਗੱਲਾਂ ਹੁੰਦੀਆਂ ਹੈਗੀਆਂ। ਸ਼ਖਸੀਅਤ ਜੋ ਮਰਜ਼ੀ ਹੋਵੇ, ਚਾਹੇ ਉਹ ਸ਼ਖਸੀਅਤ ਜਿੱਡੇ ਮਰਜ਼ੀ ਪੈਮਾਨੇ ਦੇ ਵਿੱਚੋਂ ਨਿਕਲੀ ਹੋਵੇ, ਪਰ ਆਖਿਰਕਾਰ ਉਹ ਧਰਤੀ ਤੋਂ ਹੀ ਉੱਠਦੀ ਹੈ ਅਤੇ ਧਰਤੀ ਦੇ ਵਿੱਚ ਹੀ ਉਹਨੇ ਸਮੋ ਜਾਣਾ ਹੁੰਦਾ ਗਾ। ਅਤੇ ਇਸ ਪੋਡਕਾਸਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹਨਾਂ ਲੋਕਾਂ ਬਾਰੇ ਵੀ ਹੋਣਗੀਆਂ ਜਿਹੜੇ ਅਣਗੌਲੇ ਗਏ ਆ ਉਹਨਾਂ ਬਾਰੇ, ਪਰ ਉਹਨਾਂ ਲੋਕਾਂ ਬਾਰੇ ਜਿਹਨਾਂ ਲੋਕਾਂ ਨੂੰ ਬਹੁਤ ਸਾਰਾ ਪਿਆਰ ਵੀ ਦਿੱਤਾ। ਸਾਡੇ ਨਾਲ ਇਸ ਪੋਡਕਾਸਟ ਦੇ ਵਿੱਚ ਮੌਜੂਦ ਰਹਿਣਗੇ ਪ੍ਰਿਤਪਾਲ ਸਿੰਘ, ਪਰ ਉਹਨਾਂ ਨੂੰ ਤੁਸੀਂ ਜਾਣਦੇ ਨਹੀਂ ਪ੍ਰਿਤਪਾਲ ਦੇ ਨਾਮ ਤੋਂ, ਉਹਨਾਂ ਨੂੰ ਤੁਸੀਂ ਜਾਣਦੇ ਹੋ ਭਾਨੇ ਭਗੌੜੇ ਦੇ ਨਾਮ ਤੋਂ। ਬਾਈ ਭਾਨੇ, ਸਵਾਗਤ ਆ ਪੈਪਰੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਰਤਨ ਧਾਲੀਵਾਲ ਬਾਈ, ਅਤੇ ਬਹੁਤ ਮਿਹਰਬਾਨੀ ਤੁਸੀਂ ਬੁਲਾ ਕੇ ਇੱਥੇ ਰੂਬਰੂ ਗੱਲਾਂ ਕਰਨ ਦਾ ਮੌਕਾ ਦਿੱਤਾ, ਥੈਂਕ ਯੂ ਤੁਹਾਡਾ। ਤੁਹਾਡੀ ਮਿਹਰਬਾਨੀ ਪਹਿਲਾਂ ਜਿਹੜੇ ਚੱਲ ਕੇ। ਨਹੀਂ ਨਹੀਂ, ਵੈਲਕਮ ਆ ਜੀ। ਹੋਰ ਠੀਕ ਠਾਕ ਆ? ਹਾਂਜੀ, ਬਹੁਤ ਵਧੀਆ। ਘਰ ਪਰਿਵਾਰ? ਬਹੁਤ ਵਧੀਆ, ਸਭ ਠੀਕ ਠਾਕ ਜੀ। ਠੀਕ ਆ। ਪਹਿਲਾਂ ਤਾਂ ਮੈਨੂੰ ਇੱਕ ਮੇਰੇ ਕਈ ਨਿੱਜੀ ਸਵਾਲ ਨੇ। ਹਾਂਜੀ, ਉਹ ਨਿੱਜੀ ਸਵਾਲ ਪਹਿਲਾਂ ਤਾਂ ਇਹ, ਮੈਨੂੰ ਐਂ ਦੱਸੋ ਵੀ ਇੱਥੇ ਹੁਣ ਕੈਨੇਡਾ ਤੁਸੀਂ ਪਹਿਲੀ ਵਾਰੀ ਜਾ ਕੇ ਆਏ ਹੋ? ਨਹੀਂ, ਮੈਂ ਪਹਿਲਾਂ ਵੀ ਗਏ। ਹਾਂ, ਮੈਂ ਚੌਥੀ ਵਾਰੀ ਜਾ ਕੇ ਆਏ ਜੀ। ਪਰ ਐਤਕੀ ਜ਼ਿਆਦਾ ਚਰਚਾ 'ਚ ਰਹੇ, ਐਤਕੀ ਮਤਲਬ ਵਾਇਰਲ ਜ਼ਿਆਦਾ ਹੋਏ। ਹਾਂ, ਉਹ ਸਟੇਜ ਵਗੈਰਾ ਜ਼ਿਆਦਾ ਕਰੇ, ਸਟੇਜ ਐਤਕੀ ਲਾਈਵ ਸ਼ੋ ਬਹੁਤ ਹੋਏ ਜੀ ਉੱਥੇ, ਤਕਰੀਬਨ ਸਾਰੀ ਕੈਨੇਡਾ 'ਚ ਲਾਈਵ ਸ਼ੋ ਹੋਏ ਜੀ। ਜੀ ਜੀ, ਉਹਦਾ ਕਰਕੇ ਉਹ ਵੀਡੀਓ ਵਗੈਰਾ ਕਾਫੀ ਵਾਇਰਲ ਹੋਏ ਜੀ ਉੱਥੇ। ਜੀ, ਸਾਨੂੰ ਤਾਂ ਦੇਖ ਕੇ ਐਂ ਲੱਗਦਾ ਵੀ ਪੱਕੇ ਤੌਰ 'ਤੇ ਕੰਮ ਕਰਤਾ ਕਿਤੇ। ਨਹੀਂ ਨਹੀਂ ਜੀ, ਆਪਾਂ ਪੱਕੇ ਤੌਰ 'ਤੇ ਤਾਂ ਕਹਦਾ ਇੱਥੇ ਆ ਵੀ ਠੀਕ ਹੈ ਜਾ ਆਈਦਾ, ਪਰ ਰਹਾਂਗੇ ਤਾਂ ਪੰਜਾਬ 'ਚ ਜੀ। ਜੀ ਜੀ, ਹੁਣ ਜਿਹੜਾ ਇਹ ਹੱਸਣ ਵਾਲਾ ਚਿਹਰਾ ਹੈਗਾ ਜਾਂ ਜਿਹੜਾ ਲੋਕਾਂ ਨੂੰ ਹਸਾਉਣ ਵਾਲਾ ਚਿਹਰਾ ਖਾਸ ਤੌਰ ਦੇ ਉੱਤੇ, ਉਹਦੇ ਪਿੱਛੇ ਦੀਆਂ ਕਹਾਣੀਆਂ ਬਹੁਤ ਹੋਣੀਆਂ। ਬਹੁਤ ਜੀ, ਹਾਲਾਂਕਿ ਤੁਹਾਡੇ ਇੰਟਰਵਿਊ ਕਾਫੀ ਆ, ਤੁਹਾਨੂੰ ਲੋਕ ਜਾਣਦੇ ਆ ਬਹੁਤ ਚਰਚੇ ਤੋਂ ਤੁਸੀਂ। ਜੀ ਜੀ, ਪਰ ਕਿੰਨਾ ਔਖਾ ਸੀਗਾ ਭਾਨਾ ਭਗੌੜਾ ਬਣਨਾ, ਪ੍ਰਿਤਪਾਲ ਸਿੰਘ ਤੋਂ ਮਿੰਟੂ, ਮਿੰਟੂ ਤੋਂ ਭਾਨਾ ਭਗੌੜਾ? ਬਹੁਤ ਔਖਾ ਜੀ, ਬਹੁਤ ਹੀ ਜ਼ਿਆਦਾ ਔਖਾ। ਹਰ ਇੱਕ ਬੰਦੇ ਨੂੰ ਲੱਗਦਾ ਹੁੰਦਾ ਵੀ ਮੇਰੇ ਜਿੰਨਾ ਸਟਰੈਗਲ ਨਹੀਂ ਕਰਿਆ ਕਿਸੇ ਨੇ, ਪਰ ਮੈਂ ਬਹੁਤ ਕਰਿਆ ਜੀ। ਮਤਲਬ ਜੇ ਮੈਂ ਆਪਦੇ ਤੇ ਲਾਵਾਂ ਤੇ ਮੈਂ ਬਹੁਤ ਸਟਰੈਗਲ ਕਰਿਆ, ਬਹੁਤ ਧੱਕੇ ਖਾਧੇ ਜੀ। ਜੀ ਜੀ, ਪਰ ਉਹ ਜਿਹੜੇ ਰਤਨ ਬਾਈ ਧੱਕੇ ਹੁੰਦੇ ਆ ਹਨਾ, ਉਦੋਂ ਤਾਂ ਉਹ ਲੱਗਦੇ ਹੁੰਦੇ ਆ ਵੀ ਮੈਂ ਧੱਕੇ ਖਾ ਰਿਹਾ, ਪਰ ਉਹ ਧੱਕੇ ਤੁਹਾਨੂੰ ਸਿਖਾ ਬਹੁਤ ਕੁਛ ਜਾਂਦੇ ਆ। ਦੁਨੀਆਂ ਬਾਰੇ ਤੁਹਾਨੂੰ ਪਤਾ ਲੱਗ ਜਾਂਦਾ, ਉਹ ਧੱਕੇ ਦੱਸ ਦਿੰਦੇ ਆ ਵੀ ਕੀ ਚੀਜ਼ ਆ ਦੁਨੀਆਂ। ਜੀ, ਤੇ ਕਈ ਗੱਲਾਂ ਮਤਲਬ ਜਿਵੇਂ ਆਪਣੇ ਕਹਿ ਦਿੰਦੇ ਆ ਆਮ, ਇਹ ਗੱਲਾਂ ਚੱਲਦੀਆਂ ਵੀ ਇਹਨੇ ਕੀ ਬਣਨਾ, ਪੈਸੇ ਖਰਾਬ ਕਰਦਾ ਫਿਰਦਾ, ਜਾਂ ਆਪਾਂ ਕਹਿ ਦਈਏ ਵੀ ਇਹ ਤਾਂ ਘਰ ਤੋਂ ਬੇਪਰਵਾਹ ਹੋ ਗਿਆ। ਜੀ ਜੀ, ਉਹ ਗੱਲਾਂ ਨੇ ਕਦੇ ਦੁਖੀ ਕਰਿਆ ਜਾਂ ਉਹ ਗੱਲਾਂ ਸਾਹਮਣੇ ਆਈਆਂ ਤੁਹਾਡੇ? ਬਹੁਤ ਬਹੁਤ ਜੀ। ਮੈਂ ਮਤਲਬ ਉਹ ਸੀੜੀਆਂ ਆਉਂਦੀਆਂ ਹੁੰਦੀਆਂ ਸੀਗੀਆਂ ਜੀ ਉਦੋਂ, ਤੇ ਮੇਰੀਆਂ ਦੋ ਤਿੰਨ ਆਈਆਂ ਵੀਆਂ ਸੀਗੀਆਂ ਸੀੜੀਆਂ। ਜੇ ਕਿਸੇ ਰਿਸ਼ਤੇਦਾਰ ਨੇ ਆ ਜਾਣਾ ਤਾਂ ਮੈਨੂੰ ਐਂ ਹੁੰਦਾ ਸੀ ਵੀ ਇਹਨੂੰ ਦੇ ਦਈਏ ਵੀ ਜਾ ਕੇ ਦੇਖੂਗਾ, ਤੇ ਘਰਦਿਆਂ ਨੇ ਇਤਰਾਜ਼ ਕਰਨਾ ਵੀ ਇਹਨੂੰ ਨੀ ਤੂੰ ਫੜਾਉਣੀ, ਤੂੰ ਇਹਨਾਂ ਨੂੰ ਫੜਾਈ ਜਾਣਾ, ਸਾਡੀ ਬੇਇੱਜ਼ਤੀ ਹੁੰਦੀ ਹੈ। ਤੇ ਪਿੰਡ 'ਚ ਵੀ ਇਹੀ ਹੁੰਦਾ ਸੀ ਵੀ ਇਹ ਧੱਕੇ ਖਾਂਦਾ ਫਿਰਦਾ, ਇਹਦਾ ਨਹੀਂ ਕੁਛ ਹੋਣਾ ਗਾ, ਇਹ ਲੰਘ ਜਾਣਾ ਕੰਮ। ਪਿੰਡ ਵਾਲੇ ਸੰਘਰਸ਼ ਤਾਂ ਬੰਦਾ ਨਹੀਂ, ਪਰ ਘਰ ਘਰ ਇਹ ਜਿਹੜਾ ਸੰਘਰਸ਼ ਹੁੰਦਾ ਬਹੁਤ ਔਖਾ, ਉਹ ਬਹੁਤ ਔਖਾ ਹੁੰਦਾ ਜੀ। ਉਹ ਆਪਣੇ ਨਾਲ ਜਿਹੜਾ ਸੰਘਰਸ਼ ਕਰਨਾ ਨਾ, ਤੇ ਜਿਹੜੇ ਉਹਨਾਂ ਦੇ ਬੋਲ ਹੁੰਦੇ ਆ ਵੀ ਇਹ ਖੋਟਾ ਸਿੱਕਾ, ਇਹਨੇ ਨੀ ਕੁਛ ਕਰਨਾ ਗਾ, ਇਹ ਸਾਡੀ ਬੇਇੱਜ਼ਤੀ ਕਰਾਉਂਦਾ, ਐਂ ਕਰਾਉਂਦਾ, ਉਹ ਬਹੁਤ ਔਖਾ ਜੀ। ਉਹ ਉਹ ਦਰਦ ਹੈ ਜਿਹੜਾ, ਉਹ ਮਹਿਸੂਸ ਉਹੀ ਕਰ ਸਕਦਾ ਜਿਹਦੇ ਨਾਲ ਬੀਤਿਆ ਹੁੰਦਾ ਜੀ। ਜੀ, ਫਿਰ ਇਹ ਪ੍ਰੋਫੈਸ਼ਨਲੀ ਸਿੱਖਿਓ ਕਿਤੋਂ, ਮਤਲਬ ਥੀਏਟਰ ਵਗੈਰਾ ਜਾਂ ਕੁਛ ਕਿ ਆਪੀ? ਹਾਂਜੀ, ਨਹੀਂ ਪਹਿਲਾਂ ਤਾਂ ਇਹੀ ਹੁੰਦਾ ਜੀ ਆਮ ਹੀ, ਜਿਹੜੇ ਮੇਰਾ ਮੰਨਣਾ ਵੀ ਜਿਹੜੇ ਕਮੇਡੀਅਨ ਆ ਬੰਦਾ ਹੁੰਦਾ, ਇਹ ਕੁਦਰਤੀ ਗੋਡ ਗਿਫਟ ਹੁੰਦਾ ਜੀ, ਸਿੱਖ ਕੇ ਨਹੀਂ ਆ ਸਕਦਾ, ਗਾਉਣਾ ਸਿੱਖ ਲੂ, ਹਰ ਇੱਕ ਮਤਲਬ ਬੰਦਾ ਕੰਮ ਸਿੱਖ ਲੂ, ਪਰ ਇਹ ਕੁਦਰਤੀ ਗੋਡ ਗਿਫਟ ਹੁੰਦਾ ਬੰਦੇ ਨੂੰ, ਕਿਉਂਕਿ ਉਹ ਬਚਪਨ ਚ ਸ਼ਰਾਰਤੀ, ਐਲਤਾਂ ਕਰਨੀਆਂ, ਉਹ ਕਰਤਾ ਕਰਤਾ, ਉਹ ਮੈਂ ਲੱਗਿਆ ਰਹਿੰਦਾ ਹੁੰਦਾ ਜੀ ਐਲਤਾਂ ਦੀ, ਸਾਡੇ ਕਹਿੰਦੇ ਸੀ ਐਲਤਾਂ ਦੀ ਜੜ ਆ ਇਹ। ਤੇ ਫਿਰ ਅਸੀਂ ਕੈਸਟ ਕਰ ਲਈ, ਉਹ ਚੱਲ ਗਈ, ਸਿੱਖੇ ਹੈ ਨਹੀਂ ਸੀ ਉਦੋਂ, ਮਤਲਬ ਪੈਸੇ ਪੂਸੇ ਲਾ ਲੋ ਕੇ ਕੈਸਟ ਕਰ ਲਈ, ਉਹ ਚੱਲ ਗਈ ਜੀ ਬਹੁਤ ਜ਼ਿਆਦਾ। ਤੇ ਫਿਰ ਉਦੋਂ ਬਾਅਦ ਚ ਕੈਸਟ ਤੋਂ ਬਾਅਦ ਫਿਰ ਸਿੱਖੇ ਜੀ। ਕਿਹੜੇ ਸਨ ਦੀ ਗੱਲ ਆਈ? 2004 ਚ ਮੇਰੀ ਕੈਸਟ ਆਈ ਸੀਗੀ ਜੀ, ਗੋਇਲ ਕੰਪਨੀ ਚ ਪੁੱਠਾ ਪੰਗਾ ਲੈ ਲਿਆ, ਉਹ ਫ੍ਰਿਜ ਵਾਲੀ ਜਿਹੜੀ ਗੱਲ ਦੱਸੀ ਤੁਸੀਂ। ਹਾਂ ਹਾਂ, ਉਹ ਬਹੁਤ ਸੁਪਰ ਡੁਪਰ ਹਿੱਟ ਕੈਸਟ ਹੋਈ ਸੀਗੀ ਜੀ। ਜੀ, ਤੇ ਮਤਲਬ ਉਹਨੇ ਰਿਕਾਰਡ ਹੀ ਤੋੜਤੇ ਸੀ। ਤੇ ਪਰ ਇਹ ਸੀ ਵੀ ਸਾਨੂੰ ਰਤਨ ਬਾਈ ਸ਼ੋ ਬਹੁਤ ਮਿਲਣ ਲੱਗ ਗਏ ਉਦੋਂ, ਕਿਉਂਕਿ ਕੈਸਟ ਹਿੱਟ ਹੋ ਗਈ, ਸ਼ੋ ਮਿਲ ਕੇ ਲਾਉਣੇ ਆਉਂਦੇ ਨਹੀਂ ਸੀ ਵੀ ਕਿਵੇਂ ਕਰਾਂਗੇ, ਓਨੀਆਂ ਕੀ ਗੱਲਾਂ ਕਰਨੀਆਂ ਜਿਹੜੀਆਂ ਕੈਸਟ ਦੇ ਵਿੱਚ ਹੁੰਦੀਆਂ ਸੀ, ਪਰ ਜਿੱਥੇ ਅਸੀਂ ਸ਼ੋ ਲਾ ਲੈਂਦੇ ਸੀ ਫਿਰ ਉਹ ਦਾ ਸਾਨੂੰ ਹੋਰ ਵੀ ਦੱਸ ਦਿੰਦੇ ਸੀ ਵੀ ਕੈਸਟ ਵਾਲੇ ਹੀ ਹੈ, ਸ਼ੋ ਵਾਲੇ ਹੈ ਨੀ। ਤੇ ਪਰ ਫਿਰ ਮਿਹਨਤ ਕਰੀ ਜੀ, ਮਿਹਨਤ ਕਰਕੇ ਥੀਏਟਰ ਕਰਿਆ, ਸਿੱਖੇ ਬਰੀਕੀਆਂ ਸਿੱਖੀਆਂ, ਤੇ ਅਸਲ ਮੈਂ ਸਿੱਖ ਕੇ ਹੀ ਫਿਰ ਪਤਾ ਲੱਗਦਾ ਵੀ ਕੀ ਚੀਜ਼ ਹੈ। ਫ੍ਰਿਜ ਵਾਲੀ ਗੱਲ ਵੀ ਦੱਸ ਦਿਓ। ਹਾਂ, ਕਿਸੇ ਨੇ ਪੁੱਛੀ ਲੈਣੀ ਹੈ। ਹਾਂਜੀ, ਉਹ ਕੈਸਟ ਹਿੱਟ ਹੋ ਗਈ ਜੀ, ਤੇ ਗੋਇਲ ਵਾਲਿਆਂ ਨੇ 1.25 ਲੱਖ ਰੁਪਈਆ ਤੇ ਫ੍ਰਿਜ ਘਰੇ, ਓਦਾਂ ਹੀ ਵੀ ਚੱਲ ਕੈਸਟ ਹਿੱਟ ਹੋ ਗਈ।
ਸਾਡਾ ਬਾਪੂ ਗਾਲਾਂ ਲੱਗ ਗਿਆ ਕੱਢਣ, ਕਹਿੰਦਾ ਵੀ ਇਹਨੂੰ ਇਹ ਕਿਹੜਾ ਕਲਾਕਾਰ ਹੈ ਵੀ ਜਿਹੜਾ ਇਹਨੂੰ ਇਹ ਜਾ ਕੁਛ ਦੇਈ ਜਾਂਦੇ ਹੋ ਹਨਾ, ਤੇ ਉਹ ਘਰਦਿਆਂ ਨੂੰ ਨੀ ਨਾ ਐਕਸੈਪਟ ਹੁੰਦਾ ਗਾ ਕੋਈ ਵੀ ਕਿੱਡਾ ਵੀ ਗੱਲਬਾਤ ਹੋਵੇ। ਤੇ ਪਰ ਹੁਣ ਜਾ ਕੇ ਜਰੂਰ ਮੇਰੇ ਬਾਪੂ ਨੇ ਮਤਲਬ ਹੁਣ ਤੱਕ ਉਹ ਮੈਨੂੰ ਗਾਲਾਂ ਹੀ ਕੱਢਦਾ ਰਿਹਾ ਵੀ ਨਹੀਂ ਇਹ ਵਧੀਆ ਨੀ ਵਧੀਆ ਨੀ। ਤੇ ਹੁਣ ਕੈਨੇਡਾ ਗਏ ਸੀ ਤੇ ਰੋਜ਼ ਫੋਨ ਕਰਦਾ ਸੀ ਦੋ ਦੋ ਤਿੰਨ ਵਾਰੀ ਵੀ ਆ ਜਾ ਯਾਰ ਤੂੰ ਇੱਥੇ ਆ ਕੇ ਜਾ ਹਨਾ। ਤੇ ਜਿਹੜੇ ਉਹਦੇ ਮੇਰੇ ਬਾਪੂ ਦੇ ਦੋਸਤ ਵਗੈਰਾ ਉੱਥੇ ਜਿਵੇਂ ਤਾਂ ਤੂੰ ਖੇਡਦੇ ਆ ਬਜ਼ੁਰਗ, ਤੇ ਉਹ ਦੋ ਤਿੰਨਾਂ ਥਾਵਾਂ ਤੇ ਉੱਥੇ ਲੈ ਕੇ ਵੀ ਗਿਆ ਉਹਨਾਂ ਨੂੰ ਦੱਸਿਆ ਵੀ ਆਹ ਮੁੰਡਾ ਮੇਰਾ, ਉਹਨਾਂ ਨੂੰ ਦੱਸਦਾ ਨਾ ਵੀ ਮੈਂ ਭਾਨੇ ਦਾ ਡੈਡੀ ਆ। ਤੇ ਕਹਿੰਦਾ ਹੁਣ ਮਹਿਸੂਸ ਹੁੰਦਾ ਮਾਣ, ਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਵੀ ਚਲੋ ਇਹਨੇ ਐਕਸੈਪਟ ਕਰ ਲਿਆ ਤਾਂ ਵਧੀਆ ਗੱਲ ਆ ਜੀ, ਵਧੀਆ ਲੱਗਿਆ ਜੀ। ਉਹ ਕਹਿੰਦੇ ਤੁਹਾਨੂੰ ਐਂ ਵੀ ਕਿਹਾ ਵੀ ਗਲਤ ਗਲਤ ਕੰਮ ਤਾਂ ਨੀ ਕਰਨ ਲੱਗ ਗਏ ਨੇ ਪੈਸੇ ਆਉਂਦੇ ਆ। ਤੇ ਉਹ ਐਂ ਸੀਗਾ ਜੀ ਟੀ ਸੀਰੀਜ਼ ਕੈਸਟ ਆਈ ਸੀਗੀ ਸਾਡੀ ਇੱਕ, ਤੇ ਉਦੋਂ ਬਹੁਤ ਪੈਸੇ ਮਿਲੇ ਸੀ। ਠੀਕ ਹੈ ਜੀ। ਤੇ ਉਹ ਚੈੱਕ ਜਾ ਹੁਣ ਤਾਂ ਚੈੱਕ ਆਪਾਂ ਜਾ ਕੇ ਲੈ ਦੇਣ ਡਰਾਫਟ ਜਾ ਕਹਿੰਦੇ ਸੀ ਉਹ ਦਿੰਦੇ ਹੁੰਦੇ ਸੀਗੇ, ਤੇ ਦਰਸ਼ਨ ਕੁਮਾਰ ਜੀ ਉਹਨਾਂ ਤੋਂ ਲੈ ਕੇ ਆਉਂਦਾ। ਤੇ ਉਹ ਮੈਨੂੰ ਕਹਿੰਦਾ ਕਿ ਇਹ ਤੈਨੂੰ ਕਾਹਦੇ ਦਿੱਤੇ ਆ, ਤੂੰ ਗਾਉਣ ਵਾਲਾ ਨੀ, ਤੈਨੂੰ ਕੋਈ ਗਾਉਣਾ ਨੀ ਆਉਂਦਾ, ਤੈਨੂੰ ਕੋਈ ਤੈਨੂੰ ਪੈਸੇ ਕਾਹਦੇ ਦਿੱਤੇ ਹਨਾ, ਯਕੀਨ ਹੀ ਨੀ ਆਇਆ, ਯਕੀਨ ਨੀ ਕਰਿਆ ਵੀ ਇਹਨੂੰ ਪੈਸੇ ਕਿਵੇਂ ਮਿਲ ਜਾਣਗੇ ਹਨਾ। ਤੇ ਪਰ ਮੈਂ ਮਿਹਨਤ ਕਰੀ ਗਿਆ ਜੀ, ਕਰੀ ਗਿਆ, ਲੱਗਿਆ ਰਿਹਾ, ਵਿਰੋਧ ਬਹੁਤ ਹੋਇਆ ਰਤਨ ਬਾਈ ਘਰਦਿਆਂ ਨੇ ਬਹੁਤ ਜ਼ਿਆਦਾ ਵਿਰੋਧ ਹੋਇਆ। ਤੇ ਮੇਰੀ ਮਾਂ ਤੋਂ ਬਿਨਾਂ ਸਾਥ ਨਹੀਂ ਦਿੱਤਾ ਕਿਸੇ ਨੇ, ਜੇ ਕਿਤੇ ਸ਼ੂਟਿੰਗ ਤੇ ਜਾਣਾ ਜਾਂ ਕਿਸੇ ਕੋਲੇ ਜਾਣਾ ਤੇ ਮਾਂ ਤੋਂ ਆਪਦੀ ਤੋਂ ਉਹਨੇ ਮੇਰੀ ਮਾਂ ਨੇ ਚੋਰੀ ਘਰਦਿਆਂ ਤੋਂ ਪੈਸੇ ਦੇਣੇ ਵੀ ਲੈ ਤੂੰ ਭਾਈ ਕਿਰਾਇਆ ਲਾ ਲਈ ਜਾ ਆਪਣੀ। ਕਈ ਵਾਰੀ ਚੰਡੀਗੜ੍ਹ ਜਾਣਾ ਸ਼ੂਟਿੰਗ ਤੇ ਉੱਥੋਂ ਸ਼ਾਮ ਨੂੰ ਉਹਨਾਂ ਨੇ ਕਹਿ ਦੇਣਾ ਵੀ ਬਸ ਹੁਣ 5-6 ਦਿਨ ਆਪਾਂ ਸ਼ੂਟਿੰਗ ਨਹੀਂ ਕਰਨੀ। ਤੇ ਸਾਡੇ ਉੱਥੇ ਬੁੱਗੀਪੁਰਾ ਮੋਗੇ ਦੇ ਨਾਲ ਉੱਥੇ ਤੱਕ ਬੱਸ ਮਤਲਬ 8-9-10 ਵਜੇ ਤੱਕ ਆਉਂਦੀਆਂ ਚੰਡੀਗੜ੍ਹ ਤੋਂ, ਉਦੋਂ ਬਾਅਦ 'ਚ ਇੱਧਰ ਨੂੰ ਸਾਡੇ ਵਾਲੇ ਨੂੰ ਕੋਈ ਬੱਸਾਂ ਨਹੀਂ ਆਉਂਦੀਆਂ। ਤੇ ਮੈਂ ਉੱਥੇ ਅੱਡਾ ਛੋਟਾ ਜਿਹਾ ਬਣਿਆ ਨਾਲ ਉੱਥੇ ਖੜੇ ਰਹਿਣਾ, ਕੋਈ ਟਰੱਕ ਨੂੰ ਹੱਥ ਦੇ ਦੂ ਕੇ ਬੋਡੇ ਪਹੁੰਚਣਾ ਪਿੰਡ, ਬੋਡਿਆਂ ਤੋਂ ਤੁਰ ਕੇ ਵੀ ਬਹੁਤ ਵਾਰੀ ਮੈਂ ਘਰੇ ਗਿਆ ਆਪਦੇ ਰਾਤਾਂ ਨੂੰ। ਸੋ ਬਹੁਤ ਦਿਨ ਕਈ ਵਾਰੀ ਯਾਦ ਕਰੀ। ਨਿਹਾਲ ਸਿੰਘ ਵਾਲਾ ਖਾਸ ਖਾਸ ਨਿਹਾਲ ਸਿੰਘ ਵਾਲਾ। ਤੇ ਜਿਹੜਾ ਇਹ ਕਰੈਕਟਰ ਆ ਜਿਹੜਾ ਹੁਣ ਤੁਸੀਂ ਕਰਦੇ ਹੋ ਭਾਨੇ ਹੁਣਾਂ ਨਾਲ ਜਾਂ ਕਿਵੇਂ ਵੀ ਜਿਹੜਾ ਸੀਰੀ ਵਾਲਾ ਕਰੈਕਟਰ ਹੈ ਜੀ ਜੀ, ਇਹਦੀ ਉਪਜ ਕਿਵੇਂ ਹੋਈ ਹੈ ਇਹ ਕਿਵੇਂ? ਇਹ ਅਸੀਂ ਜੀ ਫੈਮਿਲੀ 427 ਚ ਗੁਰਚੇਤ ਚਿੱਤਰਕਾਰ ਉਹਨਾਂ ਨਾਲ ਮਤਲਬ ਅਸੀਂ ਸਟਾਰਟ ਕਰ ਲਿਆ ਸੀ ਕੰਮ, ਫੈਮਿਲੀ 427-28-29 ਤੀ। ਤੇ ਫਿਰ ਉਦੋਂ ਗੁਰਚੇਤ ਨੇ ਇਹ ਕਰੈਕਟਰ ਨੂੰ ਕੱਢਿਆ ਸੀਗਾ ਜੀ, ਗੁਰਚੇਤ ਤੇ ਦਿਲਾਵਰ ਸਿੱਧੂ ਜਿਹੜਾ ਕੈਲਾ ਬਣਦਾ। ਤੇ ਇਹਨਾਂ ਨੇ ਫਿਰ ਨਾਂ ਵੀ ਉਦੋਂ ਭਾਨਾ ਭਗੌੜਾ ਦਿੱਤਾ ਸੀਗਾ, ਤੇ ਉਹਨਾਂ ਦੇ ਮਤਲਬ ਕਰੈਕਟਰ ਉਹਨਾਂ ਦੀ ਦੇਣਾ ਸੀ ਜੀ। ਤੇ ਉਹਨੂੰ ਮੈਂ ਤਾਂ ਕੋਈ ਜਾਣਦੇ ਨਹੀਂ ਹੋਣਾ ਪ੍ਰਿਤਪਾਲ ਸਿੰਘ, ਨਾ ਨਾ ਕੋਈ ਨਹੀਂ ਜਾਣਦਾ, ਮਿੰਟੂ ਨਾਲ ਵੀ ਉਹੀ ਜਾਣਦੇ ਆ ਜਿਹੜੇ ਪਰਸਨਲ ਆ, ਤੇ ਉਹ ਭਾਨੇ ਨਹੀਂ ਜਾਣਦੇ ਜੀ ਸਾਰੇ। ਤੇ ਹੁਣ ਫਿਰ ਕੀ ਲੱਗਦਾ ਗਾ, ਹੁਣ ਤੁਹਾਨੂੰ ਕੀ ਮਹਿਸੂਸ ਹੁੰਦਾ ਗਾ ਵੀ ਠੀਕ ਆ ਜੋ ਤੁਸੀਂ ਕਰਨਾ ਚਾਹੁੰਦੇ ਸੀ ਉਹੀ ਹੋਇਆ ਜ਼ਿੰਦਗੀ 'ਚ ਕਿ ਉਲਟ ਹੋ ਗਿਆ? ਨਹੀਂ, ਜਿਹੜਾ ਜੋ ਕਰਨਾ ਚਾਹੁੰਦੇ ਸੀ ਮਤਲਬ ਇੱਕੋ ਹੀ ਸੀ ਵੀ ਮੈਂ ਨਾ ਬਹੁਤ ਸਾਲ ਪਹਿਲਾਂ ਕਿਸੇ ਦੀ ਫਿਲਮ ਤੇ ਵੈਸੇ ਹੀ ਗਿਆ ਸੀਗਾ, ਤੇ ਉੱਥੇ ਉਹ ਕਲਾਕਾਰ ਬਾਈ ਗੱਲ ਕਰ ਰਿਹਾ ਸੀ, ਕਹਿੰਦਾ ਤੁਸੀਂ ਕਲਾਕਾਰ ਕਦੋਂ ਮੰਨਦੇ ਆ ਆਪਦੇ ਆਪ ਨੂੰ ਜੀ? ਬਹੁਤ ਆਪਾਂ ਫਿਲਮ ਦੇ ਸਿਨੇਮੇ 'ਚ ਫਿਲਮ ਦੇਖਣ ਜਾਂਦੇ ਤੇ ਕੋਈ ਕਰੈਕਟਰ ਹੁੰਦਾ ਬੜਾ ਵਧੀਆ ਲੱਗਦਾ, ਪਰ ਜਦੋਂ ਅਸੀਂ ਸਿਨੇਮੇ 'ਚੋਂ ਬਾਹਰ ਨਿਕਲੇ ਹੁੰਦੇ ਹਾਂ ਉਹਦਾ ਚਿਹਰਾ ਸਕਿੱਪ ਹੋ ਜਾਂਦਾ ਸਾਡੇ ਦਿਮਾਗ 'ਚੋਂ। ਕਹਿੰਦਾ ਕਲਾਕਾਰ ਤੁਸੀਂ ਉਦੋਂ ਜਦੋਂ ਤੁਹਾਨੂੰ ਕਿਸੇ ਨੇ ਦੇਖਿਆ ਤੇ ਨਾਲ ਹੀ ਪਛਾਣ ਲਿਆ, ਜਾਂ ਆਪਾਂ ਕਿਸੇ ਕਲਾਕਾਰ ਦਾ ਨਾਂ ਲਿਆ ਤੇ ਉਹਦਾ ਉਹਦੀ ਫੋਟੋ ਤੇ ਉਹਦੀ ਤਸਵੀਰ ਸਾਡੇ ਦਿਮਾਗ 'ਚ ਆ, ਸਹੀ ਗੱਲ, ਤੇ ਉਦੋਂ ਤੁਸੀਂ ਕਲਾਕਾਰ ਪ੍ਰੋਪਰ ਕਲਾਕਾਰ ਆ। ਸੋ ਮੈਨੂੰ ਹੁਣ ਲੱਗਦਾ ਵੀ ਦੁਨੀਆ ਪਹਿਚਾਣਦੀ ਆ ਜਿੱਥੇ ਜਾਣਦੇ ਆ, ਤੇ ਵੀ ਜਿਹੜਾ ਜਿੰਨਾ ਮਤਲਬ ਸੈਟਿਸਫਾਈਡ ਆ ਜੀ, ਜਿੰਨਾ ਕੰਮ ਕਰ ਰਹੇ ਆ ਜਾਂ ਅੱਗੇ ਕਰਾਂਗੇ ਠੀਕ ਹੈ ਜੋ ਮਿਲ ਰਿਹਾ। ਖਾਸ ਕਰਕੇ ਤੁਸੀਂ ਉਹ ਚੀਜ਼ ਵੀ ਲੈ ਕੇ ਖੜੀ ਕਰਤੀ ਜਿਹੜੀ ਤੁਸੀਂ ਵਿਸਰਦੇ ਆ, ਮਤਲਬ ਜਿਹੜਾ ਸਾਡਾ ਕਲਚਰ ਸੀ ਜਾਂ ਸੱਭਿਆਚਾਰ ਦੇ ਵਿੱਚ ਆਮ ਗੱਲਾਂ ਸੀ, ਆਮ ਗੱਲਾਂ ਪਿੰਡਾਂ ਦੀਆਂ ਗੱਲਾਂ, ਸੱਥਾਂ ਦੀਆਂ ਗੱਲਾਂ, ਤੇ ਉਹ ਸਾਰੇ ਹੀ ਬਹੁਤ ਬਾਹਰ ਪਸੰਦ ਕਰਦੇ ਰਤਨ ਬਾਈ। ਬਹੁਤ ਉੱਥੇ ਬੰਦੇ ਇਹ ਮਿਲਦੇ ਆ ਕਹਿੰਦੇ ਜਦੋਂ ਸਾਨੂੰ ਲੱਗਦਾ ਵੀ ਯਾਰ ਪਿੰਡ ਜਾਣਾ ਤੇ ਅਸੀਂ ਤੁਹਾਡੇ ਵੀਡੀਓ ਲਾ ਲੈਂਦੇ ਹਾਂ, ਸਾਨੂੰ ਮੋਟਰਾਂ ਸਾਨੂੰ ਟਰੈਕਟਰ ਦੀਆਂ ਮੱਝਾਂ ਦੀਆਂ ਜੋ ਆਪਾਂ ਪਿੰਡਾਂ ਵਾਲਾ ਦਿਖਾਉਂਦੇ ਹਾਂ, ਤੇ ਕਈ ਇਹ ਵੀ ਕਹਿੰਦੇ ਵੀ ਅਸੀਂ ਬੱਚਿਆਂ ਨੂੰ ਵੀ ਦਿਖਾਉਂਦੇ ਹਾਂ ਆਪਦਿਆਂ ਨੂੰ ਵੀ ਇਹ ਦੇਖੋ ਆਹ ਆਪਣੇ ਖੇਤ ਹੁੰਦੇ ਸੀ ਜਿਹੜੇ ਇੱਧਰ ਨਹੀਂ ਆਏ ਉੱਧਰ ਲੈ ਜਾਂ, ਪਹਿਲਾਂ ਤਾਂ ਖੁਸ਼ੀ ਹੁੰਦੀ ਹੈ ਇਸ ਗੱਲ ਦੀ, ਮਾਣ ਮਹਿਸੂਸ ਹੁੰਦਾ ਵੀ ਹਾਂ। ਤੇ ਬਾਕੀ ਅਸੀਂ ਵੀਡੀਓ 'ਚ ਕੋਈ ਉਹ ਜਿਹੀ ਗੱਲ ਨਹੀਂ ਵਰਤਦੇ ਵੀ ਜਿਹਦੇ ਡਬਲ ਮੀਨਿੰਗ ਗੱਲ ਹੋਵੇ, ਤੇ ਤੁਸੀਂ ਆਪਦੀ ਫੈਮਿਲੀ 'ਚ ਬੈਠੇ ਹੋ ਮਤੇ ਕੋਈ ਉਹ ਜਿਹੀ ਗੱਲ ਆ ਜੇ ਤੇ ਤੁਹਾਨੂੰ ਸ਼ਰਮ ਮਹਿਸੂਸ ਹੋਵੇ, ਉਹ ਨਹੀਂ ਅਸੀਂ ਕਰਦੇ, ਵੀਡੀਓ ਸਮਾਜ 'ਚ ਉਵੇਂ ਹੀ ਕਰਦੇ ਜੀ। ਬਿਲਕੁਲ ਬਿਲਕੁਲ। ਇਹਦੀ ਫਿਰ ਤਿਆਰੀ ਵਗੈਰਾ ਤੁਸੀਂ ਲਿਖਦੇ ਹੋ ਕਿ ਐਂ ਸਿੱਧੇ ਹੀ ਹੁੰਦਾ ਕੰਮ? ਨਹੀਂ ਲਿਖਦੇ ਤਾਂ ਨਹੀਂ ਗੇ ਜੀ, ਮਤਲਬ ਉਹ ਸਟੋਰੀ ਦਿਮਾਗ 'ਚ ਹੁੰਦੀ ਆ, ਉਹਨਾਂ ਕੁ ਹੈਡਲਾਈਨ ਉਹਦੀ ਫੋਨ 'ਚ ਕਰਕੇ ਰੱਖ ਲਈਦੀ ਆ, ਉਦੋਂ ਬਾਅਦ 'ਚ ਜਦੋਂ ਉਹਨੂੰ ਸਟੋਰੀ ਨੂੰ ਫਿਰ ਮੈਂ ਤੇ ਅਮਨ ਅਸੀਂ ਡਿਸਕਸ ਕਰ ਲੈਂਦੇ ਹਾਂ ਵੀ ਐਂ ਕਰਦੇ ਐਂ ਕਰਦੇ ਹਾਂ, ਤੇ ਬਸ ਉੱਦਾਂ ਹੀ ਬਣਾ ਲੈਂਦੇ ਜੀ ਅਸੀਂ, ਪੇਪਰ ਵਰਕ ਨਹੀਂ ਕਰਦੇ ਉਵੇਂ, ਨਹੀਂ ਪੇਪਰ ਵਰਕ ਨਾ।
ਐਤਕੀ ਫਿਰ ਜਿਹੜਾ ਤੁਸੀਂ ਕੈਨੇਡਾ ਜਾ ਕੇ ਪਹਿਲੀ ਸ਼ੋਅ ਸ਼ੂ ਬੁੱਕ ਸੀ ਕਿ ਉੱਥੇ ਜਾ ਕੇ ਵੀ ਐਂ ਕੰਮ ਮਿਲੀ ਗਿਆ ਮਿਲੀ ਗਿਆ? ਹਾਂ ਨਹੀਂ ਉੱਥੇ ਜਾ ਕੇ ਮਿਲੀ ਗਿਆ ਜੀ, ਮੈਂ ਤਾਂ ਗਿਆ ਸੀਗਾ ਜੀ ਆਪਣਾ ਇਹ ਦਵਿੰਦਰ ਧਾਲੀਵਾਲ ਹੋਣੀ ਮੁੰਡੇ ਮੇਲਾ ਕਰਾਉਂਦੇ ਆ ਉੱਥੇ ਕੈਨੇਡਾ ਡੇ ਮੇਲਾ ਠੀਕ ਹੈ ਬ੍ਰੈਂਪਟਨ ਦੇ ਵਿੱਚ, ਤੇ ਪਹਿਲਾ ਮੇਲਾ ਉਹ ਸੀਗਾ ਜੀ, ਫਿਰ ਮਿਲੀ ਗਏ ਗਾਂਧੀ ਗਾਂ ਜੀ, ਬਾਹਰ ਅੰਦਰ ਗਿਆ ਕੋਈ ਉਹੋ ਜਿਹੀ ਘਟਨਾ ਹੋਈ ਹੋਵੇ ਜਿਹੜੀ ਦਰਸ਼ਕਾਂ ਨੂੰ ਤੁਸੀਂ ਦੱਸਣਾ ਚਾਹੁੰਦੇ? ਇੱਕ ਤਾਂ ਮੈਨੂੰ ਇਹ ਵੀ ਜਦੋਂ ਵੀ ਮੈਨੂੰ ਕੋਈ ਦੇਖਦੇ ਆ ਤਾਂ ਉਹ ਜੇ ਪਲਾਜੇ ਪਲੂਜੇ ਚ ਚਲੇ ਜਾਂਦੇ ਤਾਂ ਉਹ ਇੱਕੋ ਹੀ ਗੱਲ ਕਹਿ ਕੇ ਭਾਨਾ ਕਹਿ ਕੇ ਨੀ ਆਵਾਜ਼ ਮਾਰਦੇ, ਉਹ ਕਹਿੰਦੇ ਚਾਚਾ ਉਹ ਐਂ ਕਰਕੇ ਆਵਾਜ਼ ਮਾਰਦੇ, ਤੇ ਮਤਲਬ ਕਿਸੇ ਨੇ ਕੋਈ ਸੌ ਚ ਦੋ ਨੇ ਭਾਨਾ ਕਹਿ ਕੇ ਆਵਾਜ਼ ਮਾਰੀ, ਉਹਨੇ ਚਾਚਾ ਊ ਕਹਿ ਕੇ ਹੀ ਆਵਾਜ਼ ਮਾਰਦੇ ਹਨਾ ਜਿੱਥੇ ਜਾਂਦੇ ਆ। ਤੇ ਇੱਕ ਅਸੀਂ ਉੱਥੇ ਸਕ੍ਰਿਪਟ ਤਿਆਰ ਕਰੀ, ਮਤਲਬ ਨਾਗਰਾ ਫਾਲ ਗਏ ਜੀ, ਤੇ ਨਾਗਰਾ ਫਾਲ ਗਏ ਰਤਨ ਬਾਈ, ਤੇ ਕਹਿੰਦਾ ਉੱਥੋਂ ਪਾਣੀ ਚੋਂ ਆਵਾਜ਼ ਆਈ, ਕਹਿੰਦਾ ਭਾਨਿਆ ਕਿਵੇਂ ਆ? ਮੈਂ ਕਿਹਾ ਵਧੀਆ, ਕਹਿੰਦਾ ਵੈਲਕਮ ਕੈਨੇਡਾ, ਮੈਂ ਕਿਹਾ ਥੈਂਕ ਯੂ, ਕਹਿੰਦਾ ਤੈਨੂੰ ਮੈਂ ਕਿਵੇਂ ਲੱਗਿਆ? ਨਾਗਰਾ ਫਾਲ ਕਹਿੰਦਾ, ਮੈਂ ਕਿਹਾ ਬਹੁਤ ਸਾਫ ਸੁਥਰਾ ਐਨ ਕਲੀਨ, ਭੋਰਾ ਵੀ ਤੇਰੇ ਚ ਮੈਲ ਨੀ, ਪਰ ਮੈਂ ਕਿਹਾ ਤੂੰ ਸ਼ੁਕਰ ਕਰ ਉਸ ਮੁਲਕ ਚ ਜਿੱਥੇ ਤੇਰੀ ਕਦਰ ਹੈ, ਤੇਰੀ ਰਿਸਪੈਕਟ ਆ, ਤੇਰੀ ਵੈਲਯੂ ਦਾ ਪਤਾ, ਹੁੰਦਾ ਤੂੰ ਸਾਡੇ ਮੁਲਕ ਚ ਸੌ ਤੇਰੇ ਚ ਗੰਦੀਆਂ ਫੈਕਟਰੀਆਂ ਦਾ ਪਾਣੀ ਪਾਉਂਦੇ, ਸੌ ਗੰਦੇ ਨਾਲੇ ਪਾਉਂਦੇ, ਜਿਹੜਾ ਮਾੜਾ ਮੋਟਾ ਸਾਫ ਬਚਣਾ ਸੀਗਾ ਉਹ ਟੂਣੇ ਕਰਕੇ ਖਰਾਬ ਕਰਦੇ। ਕਹਿੰਦਾ ਫਿਰ ਨਾਗਰਾ ਫਾਲ ਕਹਿੰਦਾ ਤੁਹਾਨੂੰ ਵੀ ਜੇ ਮੈਂ ਨਾ ਰਿਹਾ ਤੁਸੀਂ ਨੀ ਰਹਿਣਾ? ਮੈਂ ਕਿਹਾ ਇੰਨਾ ਨੀ ਅਸੀਂ ਸੋਚਦੇ ਸਾਚਦੇ, ਉਹ ਚੀਜ਼ਾਂ ਨੂੰ ਬਹੁਤ ਪਸੰਦ ਕਰਿਆ ਉੱਥੇ, ਉਹਦੇ ਨਾਲ ਮਤਲਬ ਵਿਅੰਗ ਹੈ ਜੀ, ਮੈਸੇਜ ਵੀ ਹੈ, ਮੈਸੇਜ ਬਹੁਤ ਵੱਡਾ। ਹਾਂਜੀ ਹਾਂਜੀ, ਤੋ ਏਦਾਂ ਅਸੀਂ ਹਰ ਇੱਕ ਵੀਡੀਓ ਚ ਮੈਸੇਜ ਛੱਡ ਕੇ ਜਾਂਦੇ ਹਾਂ, ਜੇ ਛੋਟਾ ਹੋਵੇ ਵੱਡਾ ਹੋਵੇ। ਇਹ ਲਾਈਕ ਮੈਂ ਤੁਹਾਡਾ ਦੇਖਿਆ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਕੰਟੈਕਟ ਚ ਵੀ, ਤੁਹਾਡੀ ਆਈਡੀ ਵੀ ਐਂ ਬਣੀ ਵੀ ਆ। ਹਾਂਜੀ ਹਾਂਜੀ, ਚਾਚਾਊ ਹੈ, ਚਾਚਾਊ ਹਾਂਜੀ, ਇਹ ਕਮਾਲ ਦੀ ਗੱਲ। ਇਹ ਆਈਡੀਆ ਕਿਹਦਾ ਸੀ? ਮੈਂ ਸੋਚਦਾ ਸੀ ਵੀ ਇਹ ਪੁੱਛੂ ਮੈਂ, ਚਲੋ ਵੈਸੇ ਹੁੰਦਾ ਗਾ ਜੀਮੇਲ ਤਾਂ ਤੁਸੀਂ ਵੈਸੇ ਵੀ ਬਣਾ ਸਕਦੇ ਸੀ, ਭਾਨਾ ਪਕੌੜਾ ਐਟ ਦੀ ਰੇਟ, ਉਹ ਕਿਵੇਂ ਮਤਲਬ? ਉਹ ਨਾ ਮਤਲਬ ਪਹਿਲਾਂ ਜਿਵੇਂ ਭਾਨੇ ਹੁਣਾਂ ਨੇ ਚਾਚਾ ਬਾਓ ਚੈਨਲ ਸੀਗਾ, ਚਾਚਾ ਬਾਓ, ਤੇ ਉਹ ਮਤਲਬ ਜਿਆਦਾ ਕਰਦੇ ਨੇ ਚਾਚਾ ਬਾਓ ਚਾਚਾ ਬਾਓ, ਪਹਿਲਾਂ ਕਰਦੇ ਹੁੰਦੇ ਸੀ ਉਹ, ਤੇ ਮੈਂ ਕਿਹਾ ਕੋਈ ਵੱਖਰੀ ਜੀ ਅਲੱਗ ਜੀ ਗੱਲ ਹੋਵੇ ਵੀ ਆਮ ਆਪਾਂ ਪਿੰਡਾਂ ਚ ਜੇ ਚਾਹ ਚੂ ਲੈ ਕੇ ਜਾਂਦੇ ਆ ਖੇਤ ਹਨਾ, ਤੇ ਉਹ ਬਾਜ ਹੀ ਐ ਮਾਰਦੇ ਹੁੰਦੇ ਵੀ ਆ ਜਾ ਚਾਹ ਪੀ ਲਾ, ਤੇ ਉਹ ਚਾਚੇ ਦੇ ਮਗਰੂ ਲਾਤਾ ਜੀ ਵਿੱਚ, ਉਹ ਪਸੰਦ ਕਰਿਆ ਜੀ ਲੋਕਾਂ ਨੇ। ਬਿਲਕੁਲ, ਜਿਵੇਂ ਹੁਣ ਤੁਸੀਂ ਆਹ ਗੱਲ ਕਰੀ ਆ, ਜੇ ਹੁਣ ਮੈਂ ਤੁਹਾਨੂੰ ਇਹ ਕਹਿੰਦਾ ਵੀ ਆਪਾਂ ਇੰਟਰਵਿਊ ਉਸ ਟੋਨ ਚ ਕਰਨਾ, ਇਹ ਹੋ ਜਾਊਗਾ ਪੋਸੀਬਲ ਤੁਹਾਡੇ ਲਈ? ਹੋ ਜਾਊਗਾ ਜੀ, ਕਿਉਂ ਨਹੀਂ, ਉਹਨੂੰ ਕੀ ਹੈ, ਪੱਕੀ ਗੱਲ? ਹਾਂ ਹਾਂ, ਗੱਲ ਜੀ ਕੋਈ ਨੀ, ਜਿਵੇਂ ਕਹੋ ਉਵੇਂ ਕਰ ਲਾਂਗੇ ਰਤਨ ਬਾਈ, ਇਹ ਇੱਡਾ ਫਰਕ ਨੀ ਹੈਗਾ ਵੀ ਆਪਾਂ ਕਰ ਲਿਆਂਗੇ ਇੰਟਰਵਿਊ, ਉਹ ਚ ਕੋਈ ਚੱਕਰ ਨੀ। ਕਿਉਂਕਿ ਮੈਂ ਦਰਸ਼ਕਾਂ ਨੂੰ ਇਹ ਦੱਸਦਾ ਵੀ ਬਾਈ ਆਇਆ ਸੀਗਾ ਪੈਂਟ ਕਮੀਜ਼ ਉਵੇਂ ਸਹੀ ਓਕੇ ਟਚ ਟਾਪ ਹੋ ਕੇ, ਸਾਡੇ ਇੱਥੇ ਬੰਦਿਆਂ ਦੀ ਫਰਮਾਇਸ਼ ਮੈਨੂੰ ਸਵੇਰੇ ਕਹਿੰਦਾ ਸੀ ਕੁੜਤਾ ਚਾਦਰਾ ਪਾਉਣਾ। ਹਾਂ ਵੀ ਇਹ ਕਹਿੰਦੇ ਵੀ ਆਏ ਆ, ਨਹੀਂ ਸਾਡਾ ਪਹਿਰਾਵਾ ਵੀ ਆ ਵਧੀਆ। ਬਾਕੀ ਇੱਕ ਗੱਲ ਹੋਰ ਆ ਰਤਨ ਬਾਈ, ਵੀ ਜਿਹੜੇ ਉਹ ਧੱਕੇ ਆ ਉਹਦੀ ਗੱਲ ਕਰਦਾ, ਮੈਂ ਹਰ ਇੱਕ ਕਰੈਕਟਰ ਕਰ ਲੈਣਾ, ਮਤਲਬ ਮੈਂ ਦੇਖਿਆ ਤੁਹਾਡੇ ਇੱਕ ਤੁਹਾਡਾ ਉਹ ਵੀ ਉਹ ਮੈਨੂੰ ਬੜਾ ਵਧੀਆ ਲੱਗਦਾ, ਜੇ ਤੁਸੀਂ ਥੋੜਾ ਜਿਹਾ ਉਹ ਗੁੰਡਾ ਟਾਈਪ ਬਣਦੇ ਹੋ। ਹਾਂਜੀ, ਬੈਲੀ ਬੈਲੀ ਉਹ ਵੀ ਬਈਏ ਪ੍ਰੋਪਰ ਬਈਏ, ਹੋਰ ਵੀ ਬਹੁਤ ਕਲਾਕਾਰਾਂ ਨੇ ਕਰੇ, ਜਿਵੇਂ ਮਤਲਬ ਹੋ ਗਿਆ ਮਹਿੰਦਰ ਸਿੰਘ ਢਿੱਲੋਂ ਫਲਾਨਾ ਹੈ ਨਾ, ਤੇ ਮੈਂ ਪ੍ਰੋਪਰ ਭੋਜਪੁਰੀ ਬੋਲ ਲੈਣਾ। ਅੱਛਾ ਜੀ, ਹਾਂ ਡਿੱਟੋ, ਮਤਲਬ ਇਹ ਨੀ ਗੱਲ ਵੀ ਜੇ ਕੋਈ ਮੇਰੇ ਨਾਲ ਬਈਆ ਬੈਠਾ ਵੇ ਤੇ ਮੈਂ ਉਹਦੇ ਬਈਆ ਵਾਲੇ ਭੋਜਪੁਰੀ ਚ ਗੱਲ ਕਰ ਲੈਣਾ, ਮੈਨੂੰ ਤਾਂ ਆਉਂਦੀ ਨਹੀਂ। ਦੋ ਨਮੂਨਾ ਕੋਈ ਮੈਂ ਤਾਂ ਹੁਣ ਕਰ ਨਹੀਂ ਸਕਦਾ, ਜਿਵੇਂ ਹੁਣ ਹਾਂ ਹਾਂ ਜਿਵੇਂ ਹੁਣ ਆਪਦੇ ਘਰ ਵਾਲੀ ਨਾਲ ਫੋਨ ਤੇ ਗੱਲ ਕਰ ਰਿਹਾ, ਹੈ ਕਨਿਆ ਹੈ ਕਨਿਆ ਤੋਹਰ ਕਹਾਂ ਫੋਨ ਲਗਾ ਰਹੇ ਤਾਂ ਕਾਹ ਨਾ ਉਠਾਈ, ਤੋਹਰ ਹਮ ਕਾਲ ਮਾਰੇ ਤਾਂ ਕਾਹੀ ਨਹੀਂ ਉਠਾਈ ਬਾ, ਹਾਂ ਸਭ ਵਧੀਆ, ਹਮ ਕਾਮ ਸੋਚ ਰਹੇ ਨਾ ਤਾਂ ਹਮ ਫਰਵਰੀ ਮੈਂ ਤੁਹਾਨੂੰ ਮਈਆ ਕੱਛੂ ਗੇੜਾ ਲਗਾ ਲਾਂਗੇ, ਔਰ ਮਈਆ ਸਭ ਠੀਕ ਬਾ, ਅਰੇ ਤਾਂ ਮਈਆ ਕੋ ਖਿਆਲ ਰੱਖਵਾ ਨਾ ਹੀ ਨਾ ਪੁੱਛ ਬਾ। ਮਤਲਬ ਜੇ ਫਰਜ਼ ਕਰੋ ਵੀ ਆਪਾਂ ਕਿਸੇ ਨੂੰ ਫੋਨ ਲਾਈਏ ਤੁਸੀਂ ਉਵੇਂ ਗੱਲ ਕਰੋ, ਹਾਂ ਕਰ ਲੂੰਗਾ, ਉਹਨਾਂ ਨੂੰ ਸਮਝ ਆਓ, ਹਾਂ ਆਊਗਾ ਸਮਝ, ਇਹ ਤੁਸੀਂ ਸਿੱਖੇ ਹੋ ਮਤਲਬ ਕਿਵੇਂ ਕਿ ਉਹਨਾਂ ਨੂੰ ਦੇਖਿਆ ਬਈਆਂ ਚ ਹੀ ਰਹਿ ਰੂ ਕੇ, ਤੇ ਬਾਕੀ ਨਾ ਮੈਂ ਦੋ ਚਾਰ ਵਾਰੀ ਸਾਡੇ ਕੋਲ ਟਰੱਕ ਸੀ, ਟਰੱਕਾਂ ਤੇ ਉਧਰ ਗੇੜਾ ਲਾ ਕੇ ਆਇਆ ਸੀ ਤੇ ਸਾਡੇ ਨਾਲ ਬਈਆ ਹੁੰਦਾ ਸੀ, ਹਾਂਜੀ ਸਾਡੇ ਵੀ ਟਰੱਕ ਹੁੰਦੇ, ਬਸ ਵੇ ਕੁਹਾਟੀ ਨੂੰ ਜਾਂਦੇ ਹੁੰਦੇ ਸੀ ਬਹੁਤ, ਕੁਹਾਟੀ ਜੀ ਜੀ ਜੀ, ਉਹ ਗਾਣਾ ਵੀ ਆਇਆ ਸੀ ਇੱਕ, ਹਾਂਜੀ ਕੁਹਾਟੀ ਜਾਵੇ, ਹਾਂ ਜਾਰਾਂ ਦਾ ਟਰੱਕ ਬੱਲੀਏ, ਤੇ ਉਹ ਚੀਜ਼ਾਂ ਬਹੁਤ ਸਿਖਾ ਜਾਂਦੀਆਂ। ਜੋਗੀ ਜਿਵੇਂ ਹੁਣ ਜੋਗੀ ਵਾਲਾ ਉਧਰ ਆਪਣਾ ਵੀਡੀਓ ਬਹੁਤ ਵਾਇਰਲ ਹੋਇਆ ਸਾਡਾ ਇੱਕ, ਤੇ ਅਸੀਂ ਇੱਕ ਆਪਣੇ ਦੋਸਤੀ ਹੈ ਜੀ ਕੈਲਗਰੀ ਕਰਾਉਂਦੇ ਆ ਮੇਲਾ, ਬੱਬੂ ਅਮਾ ਨੂੰ ਕਹਿ ਦੋ, ਤੇ ਉਹ ਕਹਿੰਦਾ ਯਾਰ ਭਾਨੇ ਜੋਗੀ ਵਾਲੀ ਡਰੈਸ ਪਾ ਕੇ ਜਾਣਾ ਪਹਿਲਾਂ। ਅੱਛਾ ਜੀ, ਉਦੋਂ ਬਾਅਦ ਚ ਕੁੜਤਾ ਚਾਦਰਾ ਪਾ ਲਈ, ਪਹਿਲਾਂ ਜੋਗੀ ਵਾਲੇ ਕੱਪੜੇ ਪਾ ਕੇ ਗਿਆ, ਬੜਾ ਲੋਕਾਂ ਨੇ ਤਾੜੀਆਂ ਤੂੜੀਆਂ ਮਾਰੀਆਂ ਜਦੋਂ ਮੈਂ ਜਾ ਕੇ ਕਿਹਾ ਏ ਗੁਰੂ ਭਲਾ ਕਰੇ ਮਹਾਰਾਜ ਤੰਦਰੁਸਤੀ ਰੱਖੇ ਨਾਥੋਂ, ਏ ਬਾਬੇ ਕੈਨੇਡੇ ਆਏ ਆ, ਜੇ ਕਿਸੇ ਨੇ ਇੰਡੀਆ ਜਾਣਾ ਹੋਵੇ
इंडिया का वीजा ना लगता होवे बाबिया ना कुन टिकट कर लियो आ जहाज की वारी नू हाथ पवा के दिल्ली एयरपोर्ट ते पहुंचा दिए बाबिया नू मन्ने पर सची गल हो गई कई बार कहते ना भी सरस्वती जवान ते बैठी हुंदे बंदे दे बोल पूरे हो जांदे जोगी नूं ना लभदे फिरदे हुण तुसीं कोई उपाय भी दस्सो फिर उपाय हुण कढांगे जी बिलकुल उपाय करन लई $1100 $1100 ते सारे परिवार नूं सानू कनेडा सदना पऊ उत्थे जाके अपा करांगे कनेडा दे विच चकिउन जी सैंडल वुड ते जाके हां वीडियो भी बनाई सी वाकई सच हो गया रतन भाई देख लो मेरी जेडी लोक जिवें मुछ मछ हुण तां मैं करके लाउंदा नहीं पर हुण असीं अगे लैके आवांगे मुछ जी ला के तो पाकिस्तान वाली विलन वाली लोक ला गई मेरी जमीन सोच समझ के बड़ी हो नहीं तो मैं कहिंदा नहीं की करेगा मैं तेरे पैरी पै जाना ते मेहनत करनी है वो बदमाशी भी मेहनत ना कर रहा वो तो दूजे टाइप चले आने हां जी हां जी क्योंकि साडा तो फिर ओही हुंदा जी हसाइए हर बस दिमाग भी यही चलता रहता कई बार पे भी है दिमाग सोच उधर ही है भी की करना किवे है जे कोई कई बार आइडिया आ गया भी रात नू सोच के आप हस पे भी बहुत हसे है ते मेरा यह मनना है भी ओद ही जाता फोन च रिकॉर्ड कर लो लिख लो कई बार आंदा भी कोई नहीं याद ही है तड़के लिख लांगे ते मुड़ के वह चीज किक करी दिमाग चो गई दोबारा नहीं आई ते बस ओद ही लिख लुख लई दा माड़ा हैंड हैंड जिहा बना ले हैंड बना ले जी 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 बिलकुल बिलकुल एक गल होर भी है जी जिवें पिंडां वाले वीडियो है जिहड़े पिंडां नाल रिलेटड ओह सारी दुनिया नूं पसंद आउंदे आ ते पेंडू तबका अपना वध है ते पिंडां वालियां चीजां बाहर आ चाहे इत्थे आ ओह लोकां नूं पसंद आउंदियां जरूर बिलकुल जी ते जिहड़ा तुहाडा इह करैक्टर आ मेन सीरीज वाला जी इह तुसीं कहा वी उत्थों आया वी जी बाई उहनां तों जी जी बाई गुरचेत ओह तों बाद च फिर मैं ते भाने ने जिवें हुण मेरे ते भाने दी जोड़ी नूं बहुत पसंद करदे आ जी इह कुदरती गल हुंदी आ वी मैं सच गल कहना भी इना लोग प्यार करते भी साडी दोनों की जोड़ी नूं जिथे भी कदे गल चली है तो साडे दोनों की गल करी है भी यार हां तू ते थोड़े आला भाना आया इदा आया तू बहुत पसंद कर ना इको जे बाकी एक भी हुंदा जी जिवें टीमां हुंदियां ना पता नहीं केड़ा किहदे भाग खांदा हुंदा सही गल जे कोई टीम आपां गल करदे ना जिवें कई वारी टीमां टुट जांदियां तू मुड़ के सारे ही बिखर जांदे आ ते ओह टीम दे विच इह नहीं पता हुंदा केड़ा किहदे भाग खांदा जी सो इह तां सब तों वड्डी गल जी जी बिलकुल असीं वी आपस च गल करदे हुंदे वी टीम दे सिर ते ही बहुत टीम दे नाल ही की पता किहदी किस्मत हुंदी जी जी ओहदा फिर कड्डो सैंपल केड़ा ही आही सीरी वाले करैक्टर दा जंग हाँ। पैसे तो तुहानू गल ही ओवें करनी चाहिए तुसीं मेरे नाल बाला करा असीं ना इक वीडियो बनाया सी हाँ। ना खेत बैठा हुंदा मैं चाह लेके फॉर्च्यूनर ते जा वड़दा ओह जिवें आखदा तू मेरी गड्डी ले आया फॉर्च्यूनर अच्छा। ना ते मैं ओहनूं मतलब ओहनूं मैं गाला कढ़दा ना ਉਹ ਮੈਨੂੰ ਕਹਿੰਦਾ ਤੂੰ ਮੈਨੂੰ ਗਾਲਾਂ ਕੱਢਦਾ ਉਹ ਮੈਂ ਕਿਹਾ ਚਾਚਾ ਸ਼ਿਆ ਮੈਂ ਤੈਨੂੰ ਕਿੱਥੇ ਗਾਲ ਕੱਢੀ ਆ ਮੈਂ ਤਾਂ ਤੈਨੂੰ ਐਂ ਕਹਿ ਰਿਹਾ ਵੀ ਚਾਚਾ ਸ਼ਿਆ ਆ ਜਾ ਚਾਹ ਪੀ ਲਾ ਕਹਿੰਦਾ ਮੈਨੂੰ ਗਾਲਾਂ ਸੁਣ ਰਹੀ ਹੈ ਮੈਂ ਕਿਹਾ ਚਾਚਾ ਕਲਯੁਗ ਹੈ ਮੈਂ ਤੈਨੂੰ ਸਹੀ ਬੋਲ ਰਿਹਾ ਪਰ ਕਲਯੁਗ ਕਰਕੇ ਤੈਨੂੰ ਕੁਛ ਹੋਰ ਸਮਝ ਰਿਹਾ ਕਹਿੰਦਾ ਅੱਛਾ ਮੈਂ ਕਿਹਾ ਤੂੰ ਬੋਲ ਜਾ ਕੇ ਵੀ ਮੈਨੂੰ ਚਾਹ ਪੀ ਲਾ ਉਹ ਹੁਣ ਫਿਰ ਜਾਂਦਾ ਮੈਨੂੰ ਬੋਲਦਾ ਕਹਿੰਦਾ ਕਰਨੈਲ ਪੁੱਤ ਚਾਹ ਪੀ ਲੈ ਮੈਂ ਕਿਹਾ ਚਾਚਾ ਗਾਲ ਨਾ ਕੱਢੀ ਤੂੰ ਗਾਲ ਕਿਉਂ ਕੱਢਦੇ ਤੈਨੂੰ ਸ਼ਰਮ ਨਹੀਂ ਆਉਂਦੀ ਕਹਿੰਦਾ ਵਾਕਿਆ ਯਾਰ ਹਵਾ ਚ ਫਰਕ ਹੈ चीजा बना ले दी जो खुला खेड़ देना जो दिमाग चा भी आए कर लो आए कर लो मैं बना ले दी पर इमेजिनेशन कमाल दी सीरीज फॉर्च्यूनर ते जा रहे हैं हां बड़ी बड़ी बढ़िया गल है मैसेज भी है जेडे बंदे भी अवी भजाई फरनी लोड़ तो पसंद भी कर दे जी लोग
ਬਾਕੀ ਤੁਸੀਂ ਕਰਦੇ ਧੱਕਾ ਹੀ ਆ, ਮੈਂ ਉਹ ਵੀਡੀਓ ਚ ਦੇਖਿਆ ਹੁਣ। ਹਾਂ ਪਰ ਇਹ ਇਹ ਗੱਲ ਬਹੁਤ ਬੰਦੇ ਇਹ ਗੱਲ ਕਹਿੰਦੇ ਆ, ਸਾਨੂੰ ਪਤਾ ਲੱਗਦਾ ਵੀ ਜਿਵੇਂ ਤੂੰ ਤੇ ਭਾਨਾ ਕੰਮ ਕਰ ਰਹੇ ਹੋ, ਵੀ ਸਾਨੂੰ ਪਤਾ ਵੀ ਐਂਡ ਦੇ ਭਾਨੇ ਤੇ ਕੁਛ ਨਾ ਕੁਛ ਕਰਕੇ ਹੀ ਜਾਊ। ਜਿਵੇਂ ਹੁਣ ਉਹ ਇੱਕ ਅਸੀਂ ਵੀਡੀਓ ਬਣਾਇਆ ਸੀਗਾ ਵੀ ਉਹ ਨੀ ਨਾਨਾ ਪਾਟੇ ਕਰਦਾ ਵੀ ਉਹ ਉਂਗਲ ਤੇ ਮਾਰ ਕੇ ਉਹ ਖੂਨ ਕੱਢਦਾ, ਤੇ ਉਹ ਵਧੀਆ ਵੀਡੀਓ ਬਣਿਆ ਆਉਂਦਾ ਐਂਡ ਤੇ, ਮੈਂ ਚਾਚਾ ਇੱਥੇ ਉਂਗਲ ਰੱਖ, ਉਹ ਉਂਗਲ ਰੱਖਦਾ ਬਰਾਬਰ ਰੱਖ ਕੇ ਅੱਟ ਮਾਰਦਾ। ਮੈਂ ਕਹਿੰਦਾ ਮਾਰਤਾ ਵੇ, ਮੈਂ ਕਿਹਾ ਤੈਨੂੰ ਸੈਂਪਲ ਦੇਣਾ ਵੀ ਖੂਨ ਚ ਕੋਈ ਫਰਕ ਨੀ, ਇਹ ਤਾਂ ਅਸੀਂ ਲੋਕਾਂ ਦੀਆਂ ਜਾਤਾਂ ਬਾਤਾਂ ਬਣਾਈਆਂ ਚਾਚਾ, ਕੋਈ ਹੈ ਨੀ, ਖੂਨ ਤਾਂ ਸੇਮ ਹੀ ਹੈ, ਤੇ ਉਹ ਪਸੰਦ ਕਰਦੇ ਜੀ ਲੋਕ। ਪਰ ਉਹਦੇ ਚ ਤੁਸੀਂ ਮੈਨੂੰ ਲੱਗਦਾ ਭਾਨੇ ਨਾਲ ਬਹੁਤ ਜ਼ਿਆਦਾ ਧੱਕਾ ਕਰਦੇ, ਮਤਲਬ ਉਹ ਚ ਇਹ ਲੱਗ ਰਿਹਾ ਹੁੰਦਾ ਵੀ ਬੌਸ ਤੁਸੀਂ ਹੋ, ਮਤਲਬ ਜਿਵੇਂ ਹੁਣ ਸੀਰੀ ਦਾ ਕਰੈਕਟਰ ਮੈਂ ਕਿੰਨਾ ਉੱਪਰ ਹੋ ਗਿਆ, ਉਹ ਚ ਸਵਾਦ ਹੈ ਰਤਨ ਭਾਈ, ਉਹ ਜਦੋਂ ਆਇਆ ਵੀ ਐਂਡ ਤੇ ਜਾ ਕੇ ਉਹਨੂੰ ਮਤਲਬ ਹੋਰ ਪਾਸੇ ਲੈ ਜਾਣਾ ਗੱਲ ਨੂੰ, ਉਹ ਲੋਕਾਂ ਨੂੰ ਸਵਾਦ ਚੰਗੀ ਲੱਗਦੀ ਹੈ ਜੀ। ਜੀ ਜੀ ਇੱਧਰ ਫਿਰ ਇਹਨਾਂ ਨਾਲ ਜੋੜੀ ਦਾ ਤੁਹਾਡਾ ਕਿਵੇਂ ਸੁਭਾਅ ਬਣਦਾ ਗਾ? ਇਹਨਾਂ ਨਾਲ ਜੀ ਮੈਂ ਉਧਰੋਂ ਹਟਿਆ ਸੀ ਉਹਨਾਂ ਨਾਲੋਂ। ਅੱਛਾ ਜੀ। ਹਾਂ ਇਹ ਕਰਦੇ ਹੁੰਦੇ ਸੀਗੇ ਉਹਦੇ ਨਾਲ ਮੁੰਡੇ ਨਾਲ ਦੂਜੇ ਨਾਲ ਪ੍ਰੋਡਿਊਸਰ ਨਾਲ। ਹਾਂਜੀ ਹਾਂ ਇਹ ਉਧਰੋਂ ਉਹ ਹੋਏ ਸੀਗੇ, ਤੇ ਬਸ ਫਿਰ ਉਹ ਪਰਮਾਤਮਾ ਨੇ ਸਾਡਾ ਜੀ ਮੇਲ ਕਰਾ ਤਾ। ਮੈਂ ਕੈਨੇਡਾ ਤੋਂ ਆਇਆ ਸੀ, ਥੋੜੇ ਦਿਨ ਹੀ ਹੋਏ ਸੀ, ਤੇ ਫਿਰ ਅਸੀਂ ਪਹਿਲੇ ਦਿਨ ਹੀ ਮਿਲ ਕੇ ਡਿਸਾਈਡ ਕਰ ਲਏ ਵੀ ਆਪਾਂ ਇਕੱਠੇ ਕੰਮ ਕਰਦੇ ਹਾਂ, ਤੇ ਉਸ ਮਹਾਰਾਜ ਨੇ ਉਹਨੂੰ ਭਾਗ ਲਾਏ ਜੀ ਸਾਡੇ। ਤੇ ਹੁਣ ਭਾਈ ਇੱਕ ਮੈਨੂੰ ਹੋਰ ਦੱਸੋ, ਜਿਵੇਂ ਪਤਾ ਨੀ ਮੇਰੇ ਹੋ ਸਕਦਾ ਮੈਂ ਗਲਤ ਹੋਵਾਂ, ਜਿਵੇਂ ਤੁਸੀਂ ਕਿਹਾ ਵੀ ਤੁਹਾਡੀ 2003-04 ਚ ਕੈਸਟ ਆਈ ਆ, ਪਹਿਲਾਂ ਕਮੇਡੀ ਕੈਸਟਾਂ ਕਿੰਨੀਆਂ ਆਉਂਦੀਆਂ, ਮੁੱਖ ਮੰਤਰੀ ਸਾਹਿਬ ਦੀਆਂ ਵੀ ਆਉਂਦੀਆਂ ਰਹਿੰਦੀਆਂ, ਸਾਰਿਆਂ ਦੀਆਂ ਆਉਂਦੀਆਂ, ਸਾਰਿਆਂ ਦੀਆਂ ਆਉਂਦੀਆਂ। ਤੇ ਉਹ ਹੁਣ ਬਾਈ ਕੈਸਟਾਂ ਵਾਲਾ ਹੈ ਨੀ ਸਿਸਟਮ ਤੁਹਾਡਾ? ਨਾ ਜੀ ਕੈਸਟਾਂ ਹੁਣ ਫਿਰ ਸਿਸਟਮ ਹੀ ਨੀ ਰਿਹਾ, ਯੂਟਿਊਬ ਵਾਲਾ ਹੀ ਹੋ ਗਿਆ, ਕੱਲਾ ਯੂਟਿਊਬ ਫੇਸਬੁੱਕ ਨਹੀਂ। ਉਵੇਂ ਜਿਹੜੀ ਸੋਚਿਆ, ਜਿਵੇਂ ਮੈਂ ਗੁਰਚੇਤ ਬਾਈ ਨਾਲ ਵੀ ਕਿਹੜਾ ਇੰਟਰਵਿਊ ਕਰਿਆ ਸੀ, ਉਹ ਮੈਨੂੰ ਦੱਸ ਰਹੇ ਸੀ ਵੀ ਸਾਡਾ ਕੁਛ ਚੱਲ ਰਿਹਾ ਵੀ ਜਿਵੇਂ ਚੁਪਾਲ ਦੇ ਉੱਤੇ ਜਿਹੜਾ ਹੁਣ ਇਹ ਪਲੇਟਫਾਰਮ ਆ ਗਏ ਜਿੱਥੇ ਵੈਬ ਸੀਰੀਜ਼ ਆਉਂਦੀਆਂ, ਵੀ ਉੱਥੇ ਕੋਈ ਉਹ ਜੇ ਲੈਵਲ ਦੀ, ਚਲੋ ਚਾਹੇ ਆਪਣੀਆਂ ਗੱਲਾਂ ਤਾਂ ਦੇਖੋ ਤੁਹਾਡੇ ਕੋਲ ਗੱਲਾਂ ਤਾਂ ਉਹੀ ਆ, ਗੱਲਾਂ ਉਹੀ ਆ, ਗਰਾਸ ਦੀਆਂ ਗੱਲਾਂ ਆਈਆਂ ਜਮਾ ਹਨਾ ਧਰਤ ਦੀਆਂ ਗੱਲਾਂ, ਤੇ ਉਹ ਲੈਵਲ ਤੇ ਕੋਈ ਹੁੰਦਾ ਸੰਪਰਕ ਵਗੈਰਾ ਕਿ ਨਹੀਂ ਉੱਥੋਂ ਤੱਕ ਅਸੀਂ ਪਹੁੰਚੇ? ਅਸੀਂ ਨਾ ਕਰ ਰਹੇ ਹਾਂ, ਅਸੀਂ ਪਰਸੋਂ ਜੋ ਉੱਥੇ ਬਹਿ ਕੇ ਇਹੀ ਗੱਲ ਕਰਦੇ ਸੀ ਵੀ ਕੁਛ ਏਦਾਂ ਦਾ ਲੈ ਕੇ ਆਈਏ ਵੀ ਸਾਨੂੰ ਬਜਟ ਮਿਲੇ ਵਧੀਆ, ਤੇ ਬਜਟ ਮਿਲੇ ਵਧੀਆ, ਸਾਡੇ ਕੋਲ ਕਨਸੈਪਟ ਬਹੁਤ ਵਧੀਆ ਵਧੀਆ ਪਏ ਆ ਜੀ ਜਿਹੜੇ ਕਰਨ ਵਾਲੇ ਆ, ਵੀ ਹਾਂ ਇਹ ਮਤਲਬ ਮੈਸੇਜ ਵਾਲੀਆਂ ਗੱਲਾਂ ਬਹੁਤ ਵੱਡੇ ਲੈਵਲ ਦੀਆਂ ਹਨ, ਤੇ ਪਰ ਉਹਦੇ ਲਈ ਸਾਨੂੰ ਉਹ ਪਲੇਟਫਾਰਮ ਚਾਹੀਦਾ, ਸਾਨੂੰ ਉਹਨਾਂ ਬਜਟ ਚਾਹੀਦਾ। ਹੁਣ ਜਿਵੇਂ ਯੂਟਿਊਬ ਹੈ, ਇਹ ਤਾਂ ਚਲੋ ਬਹੁਤ ਥੋੜੇ ਬਜਟ 'ਚ ਅਸੀਂ ਕਰ ਲੈਂਦੇ ਹਾਂ ਜੀ ਹੈ ਨਾ, ਤੇ ਉਹਨਾਂ ਚੀਜ਼ਾਂ ਲਈ ਕਰਨ ਲਈ ਤਾਂ ਫਿਰ ਕੁਆਲਿਟੀ ਵੀ ਵਧੀਆ ਕੱਢਣੀ ਪਊ, ਤੇ ਬਜਟ ਦੀ ਵੀ ਲੋੜ ਹੈ, ਸੋ ਇਦਾਂ ਦਾ ਕਦੇ ਮਿਲੇ ਤਾਂ ਜ਼ਰੂਰ ਲੈ ਕੇ ਆਹ ਚੀਜ਼ ਵੇਚਣੀ ਵੀ ਹੈ ਕਿਸੇ ਪਲੇਟਫਾਰਮ ਜੀ ਜੀ, ਤੇ ਉਹਦੇ ਲਈ ਵਧੀਆ ਬਣਾਉਣੀ ਪਊ, ਤੇ ਉਹ ਕੋਸ਼ਿਸ਼ ਹੈਗੀ ਆ ਚੱਲਦੀ, ਪਰਮਾਤਮਾ ਕਰੇ ਅੱਗੇ ਲੈ ਕੇ ਆਵੇ। ਕਰਨਾ ਵੀ ਚਾਹੀਦਾ ਜੇ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ ਤਾਂ ਤੁਸੀਂ ਉਸ ਲੈਵਲ ਤੇ ਆਪਣੀ ਉਹ ਮਤਲਬ ਜਮਾ ਪੰਜਾਬ ਦੀ ਗੱਲ ਜਾਂ ਪਿੰਡਾਂ ਦੀ ਗੱਲ ਉਹ ਲੈਵਲ ਤੇ ਵੀ ਜਾਂਦੀ ਨਹੀਂ, ਲੈ ਕੇ ਆਵਾਂਗੇ ਜੀ, ਕਰਾਂਗੇ ਜ਼ਰੂਰ ਛੇਤੀ। ਹਾਂਜੀ ਜੀ ਸੋਚ ਰਿਹਾ ਉਹਦੇ ਬਾਰੇ ਜੀ। ਤੇ ਫਿਲਮਾਂ ਚ ਵੀ ਤੁਹਾਨੂੰ ਫਿਰ ਮੌਕਾ ਮਿਲਦਾ ਰਹਿੰਦਾ? ਫਿਲਮਾਂ ਦੇ ਵਿੱਚ ਨਾ ਰਤਨ ਬਾਈ ਬਹੁਤ ਬੰਦੇ ਮੈਨੂੰ ਐਂ ਕਹਿੰਦੇ ਯਾਰ ਤੂੰ ਫਿਲਮਾਂ ਚ ਕਿਉਂ ਨੀ ਜਾਂਦਾ, ਵੀ ਤੇਰੇ ਚ ਇੰਨੀ ਕਲਾ ਤੂੰ ਫਿਲਮਾਂ ਚ ਕਿਉਂ ਨੀ ਜਾਂਦਾ। ਮੈਂ ਕਿਹਾ ਮੈਂ ਕਿਹਦੇ ਕੋਲੇ ਉੱਠ ਜਾ ਵੀ ਮੈਨੂੰ ਕੰਮ ਦੇ ਦਿਓ ਹੈ ਨਾ, ਤੇ ਪਰ ਮੈਂ ਕਰਮਜੀਤ ਅਨਮੋਲ ਵੀਰਾ, ਮੈਂ ਉਸ ਬੰਦੇ ਦੀ ਬਹੁਤ ਰਿਸਪੈਕਟ ਕਰਦਾ, ਤੇ ਉਹਨੇ ਮੈਨੂੰ ਸੱਦਿਆ ਮਿੰਦੋ ਤਹਿਸੀਲਦਾਰਨੀ ਚ ਕਰੈਕਟਰ ਦਿੱਤਾ, ਬਹੁਤ ਲੋਕਾਂ ਨੇ ਪਸੰਦ ਕਰਿਆ ਜੀ, ਤੇ ਹੋਰ ਵੀ ਅੱਗੇ 4-5 ਫਿਲਮਾਂ ਹੈਗੀਆਂ ਜਿਹੜੀਆਂ ਹਾਂ। ਹੁਣ ਕਲੀ ਜੋਟਾ ਚ ਵੀ ਸੀਨ ਸੀਗਾ ਜੀ ਜਿਹੜੀ ਆਈ ਆ ਹੁਣ, ਉਹਦੇ ਚ ਹੈ ਤਾਂ ਉਹ ਛੋਟਾ ਜਿਹਾ ਸੀਨ ਹੀ, ਪਤਾ ਨੀ ਉਹ ਕਈ ਕਰੇ ਸੀ ਉਹਨਾਂ ਨੇ ਕੱਟੇ ਕੁੱਟੇ ਗਏ, ਉਹਨਾਂ ਦੀ ਕੋਈ ਮਜਬੂਰੀ ਆਉਣੀ ਹੈ। ਤੇ ਕੁਲਚੇ ਛੋਲੇ ਫਿਲਮ ਆਈ ਸੀਗੀ ਜੀ ਇੱਕ, ਤੇ ਇੱਕ ਆਪਣੀ ਤੂੰ ਮੇਰਾ ਕੀ ਲੱਗਦਾ, ਤੇ ਕਾਫੀ ਫਿਲਮਾਂ ਵੀ ਆ ਵੀ ਚੁੱਕੀਆਂ, ਅੱਗੇ ਵੀ ਆਉਣ ਵਾਲੀਆਂ, 4-5 ਕਰੀਆਂ ਹੋਈਆਂ, ਤੇ ਬਾਕੀ ਜਿਵੇਂ ਪਰਮਾਤਮਾ ਚਾਹੂਗਾ ਅੱਗੇ ਕੰਮ। ਗਾਣੇ ਗੁਣੇ ਚ ਵੀ ਆ ਰਹੇ ਹੋ ਨਾ? ਹਾਂਜੀ ਹਾਂ ਗਾਣੇ ਵੀ ਆ ਰਹੇ ਜੀ। ਹਾਂਜੀ ਹਾਂਜੀ ਸਿੱਧੂ ਦੇ ਗਾਣੇ ਚ ਵੀ ਸੀ? ਹਾਂਜੀ ਸਿੱਧੂ ਦਾ ਇੱਕ ਤਾਂ ਸੀਗਾ ਜੀ ਡਾਕਟਰ ਗਾਣਾ, ਡਾਕਟਰ ਗਾਣਾ ਉਹ ਸਟਾਰਟਿੰਗ ਚ ਸੀ, ਸਟਾਰਟਿੰਗ ਚ ਸੀਗਾ, ਤੇ ਇੱਕ ਸੀ ਜੱਟ ਦੀ ਮਸ਼ਹੂਰ ਰਸ਼ੀਆ, ਤੇ ਉਹ ਚ ਵੀ ਸਟਾਰਟਿੰਗ ਚ ਸੀ ਜਿਹੜਾ ਭੁੰਦੜ, ਉਧਰ ਮੈਂ ਪਹਿਲੀ ਵਾਰ ਮਿਲਦਾ ਸਿੱਧੂ। ਹਾਂ ਹਾਂ ਇੱਥੇ ਕਰਿਆ ਸੀ, ਹਾਂ ਉਹਦੇ ਚ ਵੀ ਸੀ, ਹਾਂ ਭੁੰਦੜ ਆਰਾਮ ਦੀ ਹਵੇਲੀ। ਹਾਂਜੀ ਤੇ ਉਹਦੇ ਚ ਉਹ ਸੀਗਾ, ਮੈਂ ਮਤਲਬ ਉਹ ਕਹਿੰਦਾ ਮੈਂ ਗਾਣੇ ਚ ਨੀ ਵੀ ਵਿੱਚ ਆਏ ਤੂੰ ਤੁਰਿਆ ਫਿਰ ਇੱਧਰ ਉਹ ਕਰੇ, ਵੀ ਮੈਂ ਅਲੱਗ ਤੇਰਾ ਮੂਹਰੇ ਉਹ ਕਰਨਾ ਚਾਹੁੰਦਾ, ਤੇ ਉਹ ਮੇਰੇ ਲਈ ਵੱਡੀ ਗੱਲ ਸੀ ਵੀ ਉਹ ਐਡਾ ਵੱਡਾ ਕਲਾਕਾਰ ਤੇ ਮੇਰੇ ਲਈ ਉਹਨੇ ਸਪੈਸ਼ਲੀ ਥਾਂ ਦਿੱਤਾ ਆਪਦੇ ਗਾਣਿਆਂ ਚ, ਤੇ ਉਹ ਵੱਡੀ ਗੱਲ ਆ ਜੀ। ਤੇ ਉਹ ਗਾਣਿਆਂ ਕਰਕੇ ਵੀ ਲੋਕ ਜਾਣਦੇ ਆ ਉਧਰ, ਜਿਹੜੇ ਉਧਰਲੇ ਬੋਰਨ ਬੱਚੇ ਆ ਵੀ ਹਾਂ ਸਿੱਧੂ ਨਾਲ ਦੇਖਿਆ ਸੀ। ਫਿਰ ਫਿਲਮ ਮੂਸਾ ਜੱਟ ਉਹਦੇ ਵਿੱਚ ਵੀ ਮੇਰਾ ਸੀਨ ਆ ਜੀ। ਅੱਛਾ ਉਹਦੇ ਚ ਹੈਗਾ? ਹਾਂਜੀ ਜਮਾ ਐਂਡ ਤੇ ਸੀਨ ਆ ਜੀ। ਅੱਛਾ ਮੈਨੂੰ ਨਹੀਂ ਚੇਤੇ। ਨਹੀਂ ਜਮਾ ਐਂਡ ਤੇ ਜਦੋਂ ਕਚਹਿਰੀ ਚੋਂ ਲੈ ਕੇ ਜਾਂਦੇ ਆ ਸਾਰੀਆਂ ਫਾਈਲਾਂ ਫੁੱਲਾਂ ਜੀਆਂ ਚੱਕ ਕੇ, ਉਦੋਂ ਐਂਡ ਤੇ ਸੀਨ ਪਾਇਆ ਉਹ ਡਾਕਟਰ ਗੁਪਤਾ ਕੋਈ ਏਦਾਂ ਨਾ ਰੱਖਿਆ ਸੀ।
मतलब सिद्धू नू भी आए सी वधिया करैक्टर पाउणा ओ मुंडा जिहड़ा राइटर सी ओ कहिंदा यार उदां दा करैक्टर नहीं हैगा पर ओ फिर स्पैशली लिखिया गया ओ सीन मेरे लई वी फील होई फिर भाने होना ने भी मतलब सारे ने करके फिर एंड सीन पा लिया जी बठिंडे शूट होया सी जी अच्छा जी जी हालांकि ए गल मेनू लगदा वी शायद 23-24 मई की गल जिदन आप उदन मिले कठे चौबी मई बहुत बहुत मतलब ओ जड़ा तुसी बनाया सी वीडियो खास करके हां जी हां मैं बनाया सी हां ओ वीडियो भी बहुत अच्छा बहुत वायरल होया हां जी मूसे गए फोन आया पूरा खुश मैं जड़वेड़ा बड़ा खुश लगता है ना कहना पता था तेन भी लग गया मैं आहो कहना आज फिर मूसे पहुंच जाओ खिच दो गड्डिया कर बस जादा रह जांदियां जी बंदे दियां ट्रैक्टर वाला आईडिया भी छोटा सी हां ओ आए सी गल जी ते मैं जो फोन करिया मैं कहना भी ट्रैक्टर खिचना यार है ना होर तिना चारा जाने ने कहता फिर कर मतलब ओदा ही सी एक फर्क तो किसी ने जो ने बेचारा हारे से ओदो नाटक खिंचा ही फर्क तो ओदो भी नहीं है ना पर आप नी जड़ी होंगी भी यार ने कहने से असि भी कर लिये जी ओदे लास्ट नहीं जिस दिन ओदा इंग्लैंड जाना सी है ना ते ओदे गल हुई है फोन ते बस लास्ट ओ मिलनी ओ सी लास्ट आप सारे कठे से उत्ते जी तुसी भी सीगे 24 तारीख हां बस ओ बहुत बुरा हाल हो जाता सोच के ना दिमाग भी यार ऐ का तो ऐदा बहुत टेंशन च हो जाए कदे कदे परिवार कट्ठा हुंदा बिलकुल रतन भाई मैं तो यह गल मानदा भी जे बंदा कोई हर कोई भी बंदा तरक्की करदा है ना ते ओनू आपां देख लैने भी ये बंदे ने इन्नी तरक्की करी है पर ओदी पिछली मेहनत नहीं देखदा कोई किन्ने कोने जे सिद्धू ते ही ला लगे कनेडा दे विच ओनू स्टेज ते चढ़न नहीं दिता गया भी नहीं यार तैनू नहीं लाउणा गा कनेडा दे विच इक वीडियो भी वायरल होया भी इहने हले दो लाइनां ही गाईयां सीगियां ते मैं एक फड़ लिया गया हथ चो भी नहीं साडे दूजे कलाकार लगणे है ना ते ओह बंदा उत्थों उठ के कित्थे तक पहुंचा है ना मेरा इह मनणा है भी जे ठीक है भी किसे नूं मार देना कोई हल नहीं है किसे नूं जानो मार देना कोई हल नहीं है बहुत दुख है सारी दुनिया नूं दुख है जी पर बंदा इत्थे आके हार जांदा कर नहीं कुछ सकदे रब मूहरे परमात्मा मूहरे बंदे दा जोर नहीं चलदा है ना कोई होर ओहे जी गल हुंदी मैनूं उम्मीद आ सारी दुनिया किड्डी भी कीमत हुंदी उहनूं खरीद लैंदी मोड़ लिआउंदी वापस पर ओह इत्थे आके बंदा हार जांदा इत्थे आके नहीं कुछ हुंदा घाट है पर मैं इक गल जरूर कहना लोग कहिंदे आ ना भी इदां दा 100 साल नहीं आउणा मैं कहना आउणा ही नहीं मुड़ के जी इदां दा बंदा
ਵੀ ਮੈਂ ਅਸੀਂ ਵੀਡੀਓ ਚ ਵੀ ਬੋਲਦੇ ਹੁੰਦੇ ਆ ਵੀ ਜੇ ਕੋਈ ਕਲਾਕਾਰ ਆ ਜੂ ਓਦਾਂ ਦੀ ਆਵਾਜ਼ ਵਾਲਾ ਏਡਾ ਕੱਦ ਨੀ ਹੋਣਾ ਉਹਦਾ ਹੈ, ਜੇ ਏਡਾ ਦੀ ਕੱਦ ਵੀ ਏਦਾਂ ਦਾ ਹੋਇਆ ਤੇ ਓਦਾਂ ਦੀ ਸੋਚ ਉਹ ਨੀ ਹੋਣੀ ਕਿਸੇ ਦੀ। ਉੱਪਰ ਸਿੱਧੂ ਨੀ ਮੁੜ ਕੇ ਆਉਣਾ ਜੀ, ਕਦੇ ਆਉਣਾ ਹੀ ਨੀ ਮੁੜ ਕੇ, ਉਹ ਤਾਂ ਅਮਰ ਹੋ ਗਿਆ ਜੀ। ਗੋਰੇ ਕਾਲੇ ਆਪਾਂ ਦੇਖਦੇ ਆ ਹਨਾ, ਕਿੰਨੇ ਉਹਨੂੰ ਯਾਦ ਕਰਦੇ ਆ, ਕਿੰਨੇ ਉੱਧਰ ਉਹਦੇ ਨਾਂ ਤੇ ਬਲੌਕ ਪਾਉਂਦੇ ਆ ਗੋਰੇ ਕਾਲੇ, ਏਡਾ ਨਾਂ ਨਾ ਕਿਸੇ ਦਾ ਬਣਨਾ ਜੀ। ਪਰ ਅਸੀਂ ਜਿਉਂਦੇ ਬੰਦੇ ਤੋਂ ਉਹਦੀਆਂ ਲੱਤਾਂ ਖਿੱਚਦੇ ਰਹਿੰਦੇ ਆ, ਜਦੋਂ ਬੰਦਾ ਤੁਰ ਜਾਂਦਾ ਉਹਦੇ ਉਹਦੀ ਅਹਿਮੀਅਤ ਦਾ ਉਦੋਂ ਪਤਾ ਲੱਗਦਾ ਜੀ ਵੀ ਕੀ ਚੀਜ਼ ਸੀ। ਤੁਸੀਂ ਵੀ ਰਤਨ ਭਾਈ ਇੰਨੇ ਕਲਾਕਾਰਾਂ ਨੂੰ ਮਿਲਦੇ ਆ, ਇੰਨੇ ਨਾਲ ਤੁਹਾਡਾ ਚੱਲਦਾ, ਪਰ ਤੁਹਾਨੂੰ ਏਦਾਂ ਦੀ ਰੂਹ ਤਾਂ ਨੀ ਕਦੇ ਮਿਲੀ? ਜਿੱਥੋਂ ਦਿਲ ਜਿੱਥੇ ਜੁੜਿਆ ਵਾ ਸੀ ਉਹ ਜੁੜਿਆ ਵਾ ਸੀ। ਖਾਸ ਕਰਕੇ ਆਹ ਗੱਲ ਦੀ ਤਾਂ ਸਾਨੂੰ ਬਹੁਤ ਮਹੱਤਤਾ ਲੱਗਦੀ ਆ। ਪਹਿਲਾਂ ਸਾਨੂੰ ਵੀ ਉਹ ਉਦੋਂ ਲੱਗਦਾ ਸੀ ਵੀ ਜਦੋਂ ਉਹਨੇ, ਹਾਲਾਂਕਿ ਜਦੋਂ ਉਹ ਕਾਂਗਰਸ ਚ ਜਾਂਦਾ ਉਦੋਂ ਬਾਅਦ ਪਹਿਲਾਂ ਇੰਟਰਵਿਊ ਮੇਰੇ ਨਾਲ ਹੀ ਹੁੰਦਾ ਗਾ, ਉਹ ਘਰੇ ਹੋਇਆ ਸੀ ਪੁਰਾਣੇ ਘਰੇ, ਤੇ ਉਦੋਂ ਮੈਂ ਉਹਨੂੰ ਪੁੱਛਦਾ ਵੀ ਸਿੱਧੂ ਤੈਨੂੰ ਸਵਾਲ ਹੀ ਆ, ਸਵਾਲ ਚ ਚੱਲਦੇ ਇੰਟਰਵਿਊ ਚ ਇਹ ਲੋਕਾਂ ਨੇ ਗੱਲ ਵੀ ਬਹੁਤ ਫੇਮਸ ਉਦੋਂ ਬਾਅਦ ਵੀ ਕਰੀ ਵੀ ਚਿੱਟੇ ਕੱਪੜੇ ਤੂੰ ਚਿੱਟੇ ਕੁੜਤੇ ਪੈਮੇ ਦੀ ਗੱਲ ਕਰਦਾ, ਉਹਨੇ ਗਾਣਾ ਆ ਗਿਆ ਸੀ, ਗਾਣਾ ਆ ਗਿਆ ਸੀ, ਤੇ ਮੈਂ ਕਿਹਾ ਵੀ ਚਿੱਟੇ ਕੁੜਤੇ ਤੇ ਮੈਂ ਕਿਹਾ ਦਾਗ ਵੀ ਬਹੁਤ ਨਜ਼ਰ ਆਉ, ਕਹਿੰਦਾ ਚੱਲਦੀ ਗੱਡੀ ਦੇ ਫੇਟਾਂ ਵੱਜਦੀਆਂ ਹੁੰਦੀਆਂ, ਸਾਰਾ ਕੁਛ ਹੁੰਦਾ ਹੀ ਹੈ, ਮਤਲਬ ਇੰਨੀ ਛੋਟੀ ਉਮਰ ਸਕਸੈਸ ਅਗਲਾ ਕਹਿੰਦਾ ਵੀ ਨਹੀਂ ਰਾਜਨੀਤੀ ਚ ਮੈਂ ਕੀ ਲੈਣਾ, ਅਗਲਾ ਬਚ ਬਚ ਕੇ ਕਦਮ ਧਰਦਾ ਗਾ ਜੀ ਜੀ, ਉਹਨੇ ਉਵੇਂ ਬਚ ਕੇ ਵਾਲੀ ਗੱਲ ਨਹੀਂ ਕਰੀ। ਮੈਨੂੰ ਮੇਰਾ 12-1 ਵਜੇ ਘਰੇ ਜਾਂਦਾ ਹੁੰਦਾ ਸੀ ਰਾਤ ਨੂੰ ਵੋਟਾਂ ਵਾਲੇ ਦਿਨਾਂ ਵਿੱਚ, ਤੜਕੇ 6-6:30 ਵਜੇ ਤੈਨੂੰ ਨਿਕਲ ਆਉਂਦਾ ਹੁੰਦਾ ਸੀ, ਤੇ ਮੈਂ ਵੀ ਜਾਂਦਾ ਰਿਹਾ ਕਾਫੀ ਜਾਂਦਾ ਰਿਹਾ ਜੀ ਹਨਾ, ਤੇ ਕਦੇ ਮੈਂ ਇਹ ਨੀ ਗਿਆ ਗਾ ਵੀ ਉਹਦਾ ਫੋਨ ਆਇਆ ਤੇ ਮੈਂ ਫੇਰ ਗਿਆ, ਜਾ ਹੀ ਵੜਦੇ ਸੀਗੇ ਬਸ ਹਨਾ, ਉੱਥੇ ਜਾ ਕੇ ਇਹ ਕਹਿੰਦੇ ਵੀ ਅੱਜ ਤੁਸੀਂ ਫਲਾਨੇ ਫਲਾਨੇ ਪਿੰਡ ਜਾਣਾ, ਤੇ ਉਹਦੇ ਰਤਨ ਬਾਈ ਪੈਰਾਂ 'ਚ ਏਡੇ ਏਡੇ ਛਾਲੇ ਹੋ ਗਏ ਸੀ ਵੋਟਾਂ 'ਚ, ਕਿਉਂਕਿ ਤੁਰੇ ਹੀ ਫਿਰਨਾ ਹਨਾ, ਏਡੇ ਏਡੇ ਛਾਲੇ ਹੋ ਗਏ ਸੀ, ਤੇ ਮੈਂ ਅਸੀਂ ਆਕਲੀਏ ਪਿੰਡ ਸੀਗੇ ਜੀ ਉਹਦੇ, ਤੇ ਅਖੀਰਲਾ ਪਿੰਡ ਹੀ ਆ, ਹਾਂ ਆਕਲੀਆ ਸਿੱਧੂ ਦਾ ਪੁਰਾਣਾ ਪਿੰਡ ਆ, ਹਾਂਜੀ ਹਾਂਜੀ, ਅੱਛਾ ਜੱਦੀ ਪਿੰਡ ਆ ਉਹਨਾਂ ਦਾ ਆਕਲੀਆ, ਹਾਂ ਅੱਛਾ ਮੂਸਾ ਪਿੰਡ ਨਹੀਂ ਹੈ, ਜੱਦੀ ਪਿੰਡ ਉਹਨਾਂ ਦਾ ਆਕਲੀਆ, ਓਕੇ ਅੱਜ ਪਤਾ ਲੱਗਿਆ ਗੱਲ ਦਾ, ਹਾਂ ਕੋਈ ਗਾਂ ਦੀ ਗਾਂ ਹੈਗੇ, ਆਕਲੀਆ ਪਿੰਡ ਉਹਨਾਂ ਦਾ, ਓਕੇ ਪੁਰਾਣਾ ਪਿੰਡ, ਅੱਜ ਪਤਾ ਲੱਗਿਆ ਇਸ ਗੱਲ ਦਾ, ਚਲੋ ਤੇ ਮੈਂ ਉਹਨੂੰ ਆਖਿਆ ਮੈਂ ਯਾਰ ਵੀ ਆਪਾਂ ਮੈਂ ਵੀ ਦੇਖ ਲਾ ਕਿੱਥੇ ਇੰਨਾ ਹਨਾ ਵੀ ਤੇ ਪੈਰਾਂ 'ਚ ਛਾਲੇ ਹੋਇਆ, ਪੜਚੋਲ ਕਰਨ ਲੱਗੇ ਜਾਂ ਕਿਵੇਂ ਆ, ਉਹਦਾ ਕਾਰਨ ਇਹ ਸੀ ਵੀ ਜਿਹੜਾ ਦੁੱਖ ਹੁੰਦਾ ਨਾ, ਦੁੱਖ ਹਮੇਸ਼ਾ ਮਾਂ ਬਾਪ ਨੂੰ ਜਾਂ ਸਾਕ ਸੰਬੰਧੀਆਂ ਨੂੰ ਜਾਂ ਉਵੇਂ ਹੁੰਦਾ ਗਾ ਜਿਹਦੇ ਨਾਲ ਤੁਹਾਡਾ ਰਿਸ਼ਤਾ ਹੋਵੇ, ਫਿਰ ਦੁੱਖ ਦੁਨੀਆਂ ਨੂੰ ਵੀ ਹੁੰਦਾ ਠੀਕ ਆ, ਹਫ਼ਤਾ ਹੁੰਦਾ 10 ਦਿਨ ਮਹੀਨਾ 2 ਮਹੀਨੇ, ਪਰ 1 ਸਾਲ ਤੱਕ ਤੇ ਹੁਣ ਜਿਵੇਂ ਹੁਣ ਵੀ ਇਕੱਠ ਉਵੇਂ ਲੱਗਦਾ ਇਹ ਜਿਹਾ ਬੰਦਾ ਨੀ ਵੀ ਜਿਹੜਾ ਪਹਿਲੀ ਵਾਰ ਜਾਂਦਾ ਉਹ ਆਏ ਨੀ ਵੀ ਇਕੱਲਾ ਘਰ ਜਾਂ ਤਸਵੀਰ ਨਾਲ, ਉੱਥੇ ਵੀ ਜਾ ਕੇ ਆਉਂਦੇ ਆ ਜੀ, ਜਿੱਥੇ ਸਾਰੇ ਹਨਾ ਤੇ ਸਾਰੇ ਕਿਤੇ ਜਾ ਕੇ ਆਉਂਦੇ, ਸਾਰੀਆਂ ਜਾਦਾ ਤੇ ਪੁਰਾਣੇ ਘਰੇ ਵੀ ਜਾ ਕੇ ਆਉਂਦੇ ਸਾਰੇ ਕਿਤੇ ਲੋਕ ਜਾ ਕੇ ਆਉਂਦੇ ਆ। ਰਤਨ ਬਾਈ ਮੈਂ ਨਾ 5-6 ਦਿਨ ਹੋ ਗਏ ਕਿਸੇ ਦੀ ਇੰਟਰਵਿਊ ਸੁਣ ਰਿਹਾ ਸੀ, ਕੋਈ ਮਹਾਂਪੁਰਸ਼ ਸੀਗੇ, ਉਹ ਕਹਿੰਦਾ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ ਤੇ 10-10 ਦਿਨਾਂ 'ਚ ਰਿਸ਼ਤੇਦਾਰ ਨੋਰਮਲ ਹੋ ਜਾਂਦੇ ਆ, ਫਿਰ ਉੱਦਾਂ ਹੀ ਚੱਲਦਾ ਹਨਾ, ਤੇ ਮਹੀਨੇ 'ਚ ਭਰਾ ਭੈਣ ਨੋਰਮਲ ਹੋ ਜਾਂਦੇ ਆ ਹਨਾ, ਜਿਹੜੀ ਮਾਂ ਉਹ ਥੋੜ੍ਹਾ ਲੰਮਾ ਸਮਾਂ ਕਰਦੀ ਹੈ ਪਰ ਫਿਰ ਵੀ ਉਹ ਵੀ ਉਹ ਹੋ ਜਾਂਦਾ ਹਨਾ, ਤੇ ਪਰ 1.5 ਸਾਲ ਹੋ ਗਿਆ ਅੱਜ ਵੀ ਓਨਾ ਹੀ ਦਰਦ ਆ, ਓਨਾ ਹੀ ਦੁੱਖ ਆ, ਓਨੀਆਂ ਹੀ ਗੱਲਾਂ, ਓਨੀਆਂ ਹੀ ਤੁਸੀਂ ਇੰਸਟਾ ਜਿੱਥੇ ਮਰਜ਼ੀ ਖੋਲ ਲਓ, ਤੇ ਮੈਨੂੰ ਲੱਗਦਾ ਉਹ ਨਿਕਲਣੇ ਨੀ ਕਦੇ ਕਿਸੇ ਦੇ ਦਿਲ ਚੋਂ, ਉਹ ਤਾਂ ਕੋਈ ਵੱਖਰੀ ਰੂਹ ਸੀਗੀ ਜੀ। ਸਿੱਧੂ ਦੇਖ ਲਾ ਕਿੱਥੇ ਕਿੱਡੀ ਕਲਾਕਾਰੀ ਤੇ ਕਿੱਥੇ ਆਏ ਹਨਾ, ਤੇ ਮੈਨੂੰ ਕਹਿੰਦਾ ਇਹ ਤਾਂ ਕਰਨਾ ਹੀ ਪਊਗਾ ਫਿਰ ਜੇ ਕੁਛ ਕਰਨਾ ਤਾਂ ਹਨਾ, ਭਜਨ ਅੱਠ ਤਾਂ ਕਰਨੀ ਵੀ ਪਊ, ਜੇ ਮੈਂ ਕਹਿੰਦਾ ਵੀ ਘਰੇ ਬੈਠੇ ਹਾਂ ਨਾ ਜਾਂ ਮੈਨੂੰ ਕੋਈ ਲੋੜ ਨਹੀਂ ਸੀ, ਇਹ ਤਾਂ ਕਹਿੰਦਾ ਜਾਨ ਮਿਹਨਤਾਂ ਤਾਂ ਕਰਨੀਆਂ ਹੀ ਪੈਣਗੀਆਂ, ਕੋਈ ਨਹੀਂ ਛਾਲਿਆ ਇਹ ਭਰ ਜਾਣਗੇ ਹਨਾ, ਤੇ ਉਹ ਦੁੱਖ ਹੁਣ ਜਿਹੜੇ ਬੰਦੇ ਨੂੰ ਵੀ ਤੁਸੀਂ ਮਾਨਸਾ ਦੇ ਨੂੰ ਪੁੱਛ ਲਓ ਉਹ ਪਛਤਾਉਂਦੇ ਆ ਹਨਾ, ਫਿਰ ਉਹ ਆਪ ਪਛਤਾਵੇ ਕੇ ਹੋਵੇ, ਜਦੋਂ ਜੇ ਕਿਤੇ ਉਹਦੇ ਜਿਉਂਦੇ ਤੋਂ ਉਹਦੇ ਕਿਤੇ ਵੋਟਾਂ ਪਾ ਦਿੰਦੇ ਉਹ ਸਾਡੇ ਵਿੱਚ ਹੁੰਦਾ ਜੀ, ਇੱਕ ਤਰ੍ਹਾਂ ਦਾ ਮਿਹਣਾ ਹੀ ਆ, ਮਿਹਣਾ ਹੀ ਆ ਜੀ, ਉਹ ਸਾਰੀ ਉਮਰ ਮਿਹਣਾ ਵੱਜੂਗਾ ਜੀ, ਪੂਰੀ ਦੁਨੀਆਂ ਇੰਨੀ ਹੋਵੇ ਮਾਨਸਾ ਵਾਲੇ ਤੁਸੀਂ ਕਦਰ ਨੀ ਕਰੀ ਉਹਦੀ, ਉਹ ਵੀ ਮੰਨਦੇ ਆ ਮਾਨਸਾ ਦੇ ਜਿਹੜੇ ਲੋਕ ਮਿਲਦੇ ਆ, ਕਦੇ ਕਹਿੰਦੇ ਵੀ ਸਾਤੋਂ ਗਲਤੀ ਹੋਈ ਆ ਵੀ ਅਸੀਂ ਨਹੀਂ, ਥੋੜਾ ਜਿਹਾ ਇਹ ਹੋ ਗਿਆ ਨਾ ਜਦੋਂ ਅਸੀਂ ਸਮਾਜਿਕ ਤੌਰ ਤੇ ਵਿਚਰਦੇ ਆ ਕਿਵੇਂ, ਉਹ ਐਂ ਹੋਇਆ ਵੀ ਕਲਾਕਾਰ ਹੀ ਆ ਯਾਰ, ਹਾਂ
ਜਿਵੇਂ ਅੱਗੇ ਬਹੁਤ ਸਾਰੀਆਂ ਉਦਾਹਰਨਾਂ ਹੈਗੀਆਂ ਨਾ, ਉਦਾਹਰਨਾਂ ਨਾਲ ਲੋਕ ਵੀ ਅੱਗੇ ਆਣੇ ਪਹਿਲਾਂ ਆਣੇ ਨੇ ਕੀ ਕਰਤਾ ਜਾਂ ਕਿਵੇਂ ਆ। ਇੱਕ ਥੋੜੀ ਉਮਰ ਉਹਦੀ ਛੋਟੀ ਸੀ, ਕਹਿੰਦੇ ਵੀ ਨਹੀਂ ਯਾਰ ਉਹ ਗੱਲ ਨੀ, ਹਾਂ ਪਰ ਫਿਰ ਹੌਲੀ ਹੌਲੀ ਗੱਲ ਪਤਾ ਲੱਗਦਾ, ਹਾਲਾਂਕਿ ਸੋਚ ਉਮਰ ਦੇ ਹਿਸਾਬ ਨਾਲ ਜਾਂ ਉਵੇਂ ਨੀ ਹੁੰਦੀ। ਅਸੀਂ ਉੱਥੇ ਉਹ ਮੁੰਡੇ ਦੀ ਜੀ ਵੈਗਨ ਕੋਈ ਲੈ ਕੇ ਆਇਆ ਸੀ ਉੱਥੇ ਖੜੇ, ਉਹ ਮੁੰਡਾ ਕੋਈ ਉਹਨੂੰ ਲੱਗ ਗਿਆ ਕਹਿਣ ਮੈਂ ਕੋਲੇ ਖੜਾ ਸੀ, ਕਹਿੰਦਾ ਯਾਰ ਜਿਹੜੇ ਅੱਜ ਤੱਕ ਕਲਾਕਾਰ ਖੜੇ ਆ ਨਾ ਵੋਟਾਂ ਚ ਉਹ ਜਿੱਤੇ ਨੀ ਗੇ, ਕਹਿੰਦਾ ਕੁਲਦੀਪ ਮਾਨਕ ਤੇ ਹੋਰ ਕਈਆਂ ਦੇ, ਹੰਸਰਾਜ ਦਾ ਵੀ ਦਿੱਤਾ ਵੀ ਚਲੋ ਉਹ ਤੋਂ ਬਾਅਦ ਚ ਤਾਂ ਹੁਣ ਉਹ ਐਮ ਪੀ ਬਣ ਗਏ ਵੀ ਵੋਟਾਂ ਚ ਜਿੱਤੇ ਨੀ ਕੋਈ ਕਲਾਕਾਰ। ਤੇ ਸਿੱਧੂ ਕਹਿੰਦਾ ਕਹਿੰਦਾ ਇਹਦਾ ਮਤਲਬ ਇਹ ਸੋਚ ਕੇ ਫਿਰ ਘਰੇ ਬਹਿ ਜਾਈਏ ਯਾਰ, ਉਹ ਕਲਾਕਾਰ ਨੀ ਜਿੱਥੇ ਵੀ ਘਰੇ ਬਹਿ ਜਾਈਏ, ਜੇ ਤੁਸੀਂ ਕੁਛ ਕਰਨਾ ਮੈਦਾਨ ਚ ਤਾਂ ਜਾਣਾ ਹੀ ਪਊ, ਤੇ ਜੇ ਆਪਾਂ ਇਹ ਸੋਚ ਕੇ ਘਰੇ ਬਹਿ ਗਏ ਆਪਾਂ ਤਾਂ ਹਾਰ ਜਾਂਗੇ, ਫਿਰ ਕਹਿੰਦੇ ਕਿੱਥੋਂ ਹਨਾ ਹਾਰ ਜਿੱਤ ਬਣੀ ਆਈ ਹੈ ਪਰ ਲੜਾਂਗੇ। ਜੀ ਜੀ ਜਿਵੇਂ ਤੁਸੀਂ ਬਾਹਰ ਗਏ, ਜਿਵੇਂ ਤੁਸੀਂ ਉਹ ਆਫ ਰਿਕਾਰਡ ਗੱਲ ਦੱਸ ਰਹੇ ਸੀ, ਆਪਾਂ ਕਰ ਸਕਦੇ ਹਾਂ ਗੱਲ ਕਿਹੜੀ ਵੀ ਨੌਜਵਾਨ ਕਹਿੰਦੇ ਵੀ ਉਹਦੀਆਂ ਗੱਲਾਂ ਸੁਣਾਓ ਸਾਨੂੰ? ਹਾਂ ਮੈਂ ਦੱਸ ਸਕਦਾ ਵੀ ਉਹ ਮੈਂ ਤਾਂ ਇਹ ਗੱਲ ਕਹਿੰਦਾ ਜੀ ਚਲੋ ਪਹਿਲਾਂ ਵੀ ਜਾਣਦੇ ਸੀ ਲੋਕ ਜਿੰਨੇ ਕੁ ਜਾਣਦੇ ਸੀ, ਪਰ ਸਿੱਧੂ ਦਾ ਕਰਕੇ ਜੀ ਸਾਡਾ ਨਾਮ ਮਤਲਬ ਏਡੇ ਏਡੇ ਜਿਹੜੇ ਉਧਰਲੇ ਬੋਰਨ ਬੱਚੇ ਉਹ ਵੀ ਜਾਣਦੇ ਆ ਵੀ ਇਹ ਸਿੱਧੂ ਮੂਸੇਵਾਲੇ ਨਾਲ ਫਲਾਨੇ ਗਾਣੇ ਚ ਸੀਗੇ ਹਨਾ। ਤੇ ਜੇ ਮੈਂ ਕਹਾਂ ਵੀ ਉਹ ਮੇਰੀਆਂ ਵੀਡੀਓ ਦੇਖ ਕੇ ਹੀ ਮੈਨੂੰ ਜਾਣਦੇ ਸੀਗੇ, ਉਹ ਬੋਰਨ ਬੱਚੇ ਨਹੀਂ ਦੇਖਦੇ ਗੇ ਸਾਡੀਆਂ ਵੀਡੀਓ, ਤੇ ਉਹ ਉਹਦਾ ਕਰਕੇ ਸਿੱਧੂ ਦਾ ਕਰਕੇ। ਤੇ ਉਹ ਮਤਲਬ ਉੱਧਰ ਲਈ ਸੀਗੇ ਬੰਦੇ, ਉਹ ਕਹਿੰਦੇ ਯਾਰ ਸਾਨੂੰ ਪਹਿਲਾਂ ਤਾਂ ਕਹਿੰਦੇ ਵੀ ਉਹਦੀਆਂ ਗੱਲਾਂ ਸੁਣਾ, ਉਹਨਾਂ ਨੇ ਫੋਨ ਫਾਨ ਬੰਦ ਕਰਤੇ ਆਪਦੇ ਵੀ ਅਸੀਂ ਕੋਈ ਸਟੋਰੀ ਨਹੀਂ ਪਾਉਣੀ ਗੀ ਵੀ ਸਿੱਧੂ ਦੀਆਂ ਗੱਲਾਂ ਕਰਕੇ ਕੋਈ ਅਸੀਂ ਵੀ ਵਿਊ ਲੈਣੇ ਆ ਜਾਂ ਅਸੀਂ ਰੀਲ ਪਾਉਣੀ ਆ, ਅਸੀਂ ਗੱਲਾਂ ਸੁਣਨੀ ਵੀ ਕਿੱਦਾਂ ਦੀ ਨੇਚਰ ਸੀ ਜਾਂ ਕਿੱਦਾਂ ਦੀ। ਮੈਂ ਉਹਨਾਂ ਨੂੰ ਸੁਣਾਉਣ ਲੱਗ ਗਿਆ ਵੀ ਜਿੰਨਾ ਕੁ ਮੈਂ ਵਿਚ ਰਿਹਾ ਜਿੰਨਾ ਕੁ ਮੇਰਾ ਉਹਦੇ ਨਾਲ ਸੰਬੰਧ ਰਿਹਾ। ਇੱਕ ਗੱਲ ਰਤਨ ਬਈ ਮੈਂ ਦੱਸਦਾ ਵੀ ਇਹਨੇ ਜਿਹੜੇ ਲੈ ਕੇ ਜਾਣੇ ਸੀ ਸ਼ੋਅ ਵਰਲਡ ਟੂਰ ਕਰਨਾ ਸੀ, ਤੇ ਜਲੰਧਰ ਤੋਂ ਸਾਡੇ ਦੋਸਤ ਆਇਆ ਤੇ ਉਹ ਕਹਿੰਦੇ ਵੀ ਅਸੀਂ ਇੰਗਲੈਂਡ ਵਾਲਾ ਸ਼ੋਅ ਕਰਨਾ। ਅੱਛਾ ਜੀ। ਤੇ ਵੀ ਤੂੰ ਗੱਲ ਕਰ, ਇਹਨਾਂ ਨੇ ਸ਼ੋਅ ਪਤਾ ਨੀ ਕਿਹਨੂੰ ਦੇਤੇ ਸੀ ਸਾਰੇ ਵੀ ਉਹਦੇ ਅੰਡਰ ਸੀਗੇ, ਤੇ ਇਹਨਾਂ ਦੇ ਫਾਦਰ ਸਾਹਿਬ ਵੀ ਬੈਠੇ ਸੀਗੇ। ਅਸੀਂ ਸੁਬਹ ਗਏ ਹੈ ਨੀ ਸੀਗਾ, ਦੁਪਹਿਰੋਂ ਆ ਗਿਆ ਲਾਡੀ ਕਾਂਗੜ ਮੁੰਡਾ ਉਹ ਵੀ ਕੋਲੇ ਸੀਗਾ ਉਦੋਂ। ਤੇ ਉਹ ਕਹਿੰਦੇ ਇਹਨੇ ਨੰਬਰ ਦੇਤਾ ਉਹਨਾਂ ਨੂੰ, ਕਹਿੰਦਾ ਆਹ ਬੰਦੇ ਨਾਲ ਤੁਸੀਂ ਗੱਲ ਕਰ ਲਓ ਇੰਗਲੈਂਡ ਦੇ ਸ਼ੋਅ ਦੀ, ਜੇ ਤੁਹਾਨੂੰ ਕੋਈ ਪੈਸਿਆਂ ਦੀ ਵਾਧ ਘਾਟ ਲੱਗੇ ਵੀ ਤੁਸੀਂ ਕਰਨਾ ਵੀ, ਕਹਿੰਦਾ ਮੇਰਾ ਨਾਂ ਲੈ ਕੇ ਐਂ ਮੇਰੇ ਹੱਥ ਰੱਖ ਕੇ ਬਰਾਬਰ ਐਂ ਲੱਤ ਦੇ, ਕਹਿੰਦਾ ਬੰਦਾ ਆ ਗਿਆ ਕਹਿੰਦਾ ਤੁਹਾਨੂੰ ਸ਼ੋਅ ਮਿਲੂਗਾ ਜੀ, ਗੱਲ ਖਤਮ। ਤੇ ਉਹ ਬੜਾ ਉਹ ਅਸੀਂ ਗੱਲਾਂ ਕਰਦੇ ਹੁੰਦੇ ਹਾਂ ਬੜੇ ਪ੍ਰਾਊਡ ਵਾਲੀ ਗੱਲ, ਤੇ ਉਹਨਾਂ ਨੂੰ ਗੱਲਾਂ ਲੱਗ ਗਿਆ ਮੈਂ ਰਤਨ ਬਾਈ ਸੁਣਾਉਣ ਵੀ ਏਦਾਂ ਸੀ ਏਦਾਂ ਸੀ। ਮੈਂ ਇੱਕ ਗੱਲ ਕਰਦਾ ਸੀ ਹਨਾ, ਉਹ ਦੋਨੇ ਜਾਣੇ $200 ਮੇਰੀ ਜੇਬ ਚ ਰੱਖ ਐਂ ਝੋਲੀ ਚ ਰੱਖ ਦਿੰਦੇ, ਮੈਨੂੰ ਘੱਟੋ ਘੱਟ $6,000-7,000 ਦਿੱਤਾ ਉਹਨਾਂ ਨੇ, ਤੇ ਉਹਦੀ ਕਮਾਈ ਹੋਈ ਆ ਉਹਦਾ ਹੀ ਆ ਵੀ ਲੋਕ ਇੰਨਾ ਪਿਆਰ ਕਰਦੇ ਆ ਉਹਦਾ ਕਰਕੇ। ਤੇ ਆਪਣੇ ਚ ਇਹ ਵੀ ਨੀ ਵੀ ਆਪਾਂ ਐਵੇਂ ਦਿਖਾਈ ਜਾਈਏ ਲੋਕਾਂ ਨੂੰ ਵੀ ਆਪਾਂ ਆਏ ਆ, ਪਰ ਮੈਂ ਤਾਂ ਇਹ ਗੱਲ ਮੰਨਦਾ ਜੀ ਉਹਦੇ ਨਾਲ ਸਾਡਾ ਨਾਂ ਬਹੁਤ ਵੱਡਾ ਹੋਇਆ ਜੀ ਹੋਰ ਵੀ ਹਨਾ, ਵੀ ਉਹਦੇ ਨਾਲ ਜੁੜੇ ਸੀ ਤੇ ਉਹ ਰੂਹੀ ਇਹੋ ਜਿਹੀ ਸੀਗੀ, ਤੇ ਜਿਹੜਾ ਬੰਦਾ ਉਹਦੇ ਨਾਲ ਜੁੜ ਗਿਆ ਚਾਹੇ ਮਿੱਟੀ ਸੀ ਉਹ ਸੋਨਾ ਹੀ ਬਣ ਗਿਆ, ਤੇ ਜਿਹੜਾ ਬੰਦਾ ਉਹਦੇ ਨਾਲ ਖਹਿ ਗਿਆ ਚਾਹੇ ਉਹ ਸੋਨਾ ਸੀ ਉਹ ਮਿੱਟੀ ਬਣ ਗਏ, ਤੇ ਬਣ ਵੀ ਰਹੇ ਆ ਸਾਰਾ ਕੁਛ ਸਾਹਮਣੇ ਜੀ, ਸੱਚ ਹੈ ਇਹ ਕੁਦਰਤ ਹੈ ਜਿਹੜੀ ਨਿਆਂ ਕਰ ਦਿੰਦੀ ਹੁੰਦੀ ਹੈ ਜੀ। ਹਾਂ ਬਹੁਤ ਲੋਕ ਕਹਿੰਦੇ ਵੀ ਪਾਰਸ ਸੀ ਬਿਲਕੁਲ ਕੋਈ ਸ਼ੱਕ ਨਹੀਂ। ਹੁਣ ਜਦੋਂ ਜਾਂਦੇ ਹੋ ਆਪਾਂ ਅਕਸਰ ਚਲੋ ਉੱਥੇ ਮਿਲਦੇ ਰਹਿੰਦੇ ਆ, ਹੁਣ ਫਿਰ ਕੀ ਮਹਿਸੂਸ ਹੁੰਦਾ ਜਿਹੜਾ ਸਿੱਧੂ ਜਦੋਂ ਹੈਗਾ ਸੀ ਉਦੋਂ ਚੀਜ਼ਾਂ ਚਲੋ ਹੋਰੋ ਸੀ, ਹੁਣ ਗੱਲ ਕੀ ਹੈ ਜਿਵੇਂ ਆਪਾਂ ਕਹਿੰਦੇ ਹਾਂ ਵੀ ਬਾਅਦ ਦੇ ਵਿੱਚ ਦੁੱਖ ਦੀ ਘੜੀ ਚ ਪਤਾ ਲੱਗਦਾ ਵੀ ਔਖੇ ਸਮੇਂ ਤੁਹਾਡੇ ਨਾਲ ਕੌਣ ਖੜਦਾ, ਜਿਹੜਾ ਖੜਦਾ ਉਹੀ ਤੁਹਾਡਾ ਅਸਲੀ ਮਿੱਤਰ ਉਹੀ ਜਿਗਰੀ ਯਾਰ ਨਹੀਂ ਸਭ ਕੁਛ ਐਵੇਂ ਆ। ਬਹੁਤ ਦੁੱਖ ਹੁੰਦਾ ਜਦੋਂ ਕਿੱਥੇ ਦਾ ਰਤਨ ਬਾਈ ਅੱਗੇ ਜਾਂਦੇ ਹੁੰਦੇ ਹਨਾ ਵੀ ਖਿੱਚੀ ਜਾਣੀ ਗੱਡੀ ਮਿਲਾਂਗੇ ਗੱਲਾਂ ਬਾਤਾਂ ਹੋ ਜੇ ਵੋ, ਹੁਣ ਦੁੱਖ ਹੁੰਦਾ ਵੀ ਬੰਦਾ ਹੈ ਹੀ ਨਹੀਂ ਉੱਥੇ ਹਨਾ, ਉਹਦੇ ਮਾਂ ਪਿਓ ਨੂੰ ਦੇਖ ਕੇ ਉਹਦੇ ਮਾਂ ਪਿਓ ਆ ਜਿਹੜਾ ਉਹ ਪੁੱਤ ਦਾ ਦਰਦ ਉਹੀ ਜਾਣ ਸਕਦੇ ਆ, ਅਸੀਂ ਤਾਂ ਸਿਰਫ ਮਹਿਸੂਸ ਕਰ ਸਕਦੇ ਹਾਂ ਵੀ ਦੁਖੀ ਹੈ, ਪਰ ਜਿਹੜਾ ਉਹਨਾਂ ਦੇ ਦੁੱਖ ਅੰਦਰ ਉਹ ਉਹੀ ਜਾਣਦੇ ਆ ਹਨਾ। ਉਹ ਮੇਰੇ ਖਿਆਲ ਚ ਉਹ ਸ਼ਬਦਾਂ ਚ ਬਿਆਨ ਨਹੀਂ ਹੋ ਸਕਦਾ ਜੀ, ਜਿਹਦਾ ਕੱਲਾ ਪੁੱਤ ਸਰਬਣ ਪੁੱਤ ਐਡਾ ਵਰਲਡ ਚ ਨਾਂ ਕਰਕੇ ਤੁਰ ਜਾਣਾ ਉਹ ਉਹੀ ਜਾਣਦੇ ਆ ਜੀ ਉਹ ਬਿਲਕੁਲ ਜੀ। ਹੁਣ ਮਾਰਿਆ ਕਿਹੜਾ ਫਿਰ ਤੁਸੀਂ ਜਾ ਕੇ? ਹਾਂਜੀ ਮੈਂ ਹੁਣ ਸਾਰੀ ਅਸੀਂ ਜਾ ਕੇ ਆ ਜੀ ਹਨਾ, ਤੇ ਆਪਾਂ ਤਾਂ ਜਿੰਨਾ ਚਿਰ ਸਾਹ ਹੈਗੇ ਆ ਜੀ ਜਿੰਨੀ ਕੁ ਜੋਗੇ ਆ ਜਿੰਨੀ ਕੁ ਮੇਰੀ ਹੈਸੀਅਤ ਆ ਆਪਾਂ ਉਹਨਾਂ ਦੇ ਨਾਲ ਖੜੇ ਆ ਨਾ ਜੀ, ਤੇ ਇਹੀ ਹੁੰਦਾ ਜੀ ਦੇਖੋ ਜਿਹੜੇ ਜਿਵੇਂ ਉਹਦੇ
ਸਿੱਧੂ ਦੇ ਦੋਸਤ ਸੀ ਜਦੋਂ ਉੱਥੇ ਜਾਂਦੇ ਆ ਉਹਨਾਂ ਦੇ ਮਾਂ ਪਿਓ ਦੇਖਦੇ ਉਹਨਾਂ ਨੂੰ ਥੋੜਾ ਜਿਹਾ ਹੌਸਲਾ ਹੁੰਦਾ ਵੀ ਸਾਡੇ ਪੁੱਤ ਦੇ ਯਾਰ ਦੋਸਤ ਆ ਚੱਲ ਆਉਂਦੇ ਜਾਂਦੇ ਆ ਹਨਾ ਤੇ ਜਿਹੜੇ ਨਹੀਂ ਜਾਂਦੇ ਉਹਨਾਂ ਨੂੰ ਫਿਰ ਉਹਦੇ ਮਾਂ ਪਿਓ ਨੂੰ ਦੁੱਖ ਵੀ ਹੁੰਦਾ ਵੀ ਜਦੋਂ ਜਿਉਂਦਾ ਸੀ ਇੱਥੇ ਖੜੇ ਸੀ ਹੁਣ ਉਹ ਆਉਂਦੇ ਨੇ ਉਹ ਦੁੱਖ ਵੀ ਹੁੰਦਾ ਉਹਨਾਂ ਨੂੰ ਤੇ ਪਰ ਇਹ ਰਤਨਬਾਈ ਕਾਲਜ ਹੋ ਗਿਆ ਦੁਨੀਆਂ ਬਹੁਤ ਹੋਰ ਹਿਸਾਬ ਦੀ ਹੋ ਗਈ ਜੀ ਪਿਆਰ ਪਿਓਰ ਤਾਂ ਮੈਨੂੰ ਲੱਗਦਾ ਜੀ ਖਤਮ ਹੀ ਹੋ ਗਿਆ ਜੀ ਨਾ ਤਾਂ ਹੁਣ ਤੁਸੀਂ ਆਪ ਤੇ ਜਾਂ ਆਪਾਂ ਸਾਰੇ ਜਣੇ ਬੈਠੇ ਪੁੱਛ ਲਓ ਅੱਗੇ ਛੋਟੇ ਹੁੰਦਿਆਂ ਨੂੰ ਨਾਨਕੇ ਜਾਣ ਦਾ ਚਾਹ ਜਾਂ ਭੂਹਾ ਕੋਲੇ ਜਾਣ ਦਾ ਹੁਣ ਕਿਸੇ ਨੂੰ ਹੈ ਹੀ ਨੀ ਹਨਾ ਮਤਲਬ ਉਹ ਖਿੱਚ ਜੀ ਨੀ ਹੈਗੀ ਜਦ ਜਾਵਾਂਗੇ ਵੀ ਤਾਂ ਘੰਟਾ ਜਾ ਆਵਾਂਗੇ ਕਿਉਂਕਿ ਮੋਬਾਇਲ ਫੋਨ ਕਰਕੇ ਆ ਗਏ ਆ ਰਹੇ ਹਨ ਤੇ ਉਹ ਚੀਜ਼ਾਂ ਤਾਂ ਖਤਮ ਹੋ ਗਈਆਂ ਜਿਹੜੀਆਂ 40-30-40 ਸਾਲ ਪਹਿਲਾਂ ਸੀ ਉਹ ਤਾਂ ਖਤਮ ਹੋ ਗਿਆ ਕੰਮ ਚਲੋ ਵੈਸੇ ਤੁਸੀਂ ਜਿਉਂਦਾ ਰੱਖ ਰਹੇ ਹੋ ਚਲੋ ਫਿਲਮਾਂ ਦੇ ਤਰੀਕੇ ਸਹੀ ਹਾਂਜੀ ਪਤਾ ਤਾਂ ਲੱਗ ਰਿਹਾ ਨਾ ਵੀ ਐਂ ਸੀ ਐਂ ਹਾਂਜੀ ਬਿਲਕੁਲ ਬਿਲਕੁਲ ਨਹੀਂ ਮੈਂ ਤਾਂ ਮਤਲਬ ਹੁਣ ਅਸੀਂ ਸਟੇਜ ਤੇ ਵੀ ਬਹੁਤ ਵਾਰੀ ਨਾ ਐਂ ਡਰ ਲੱਗਦਾ ਵੀ ਯਾਰ ਜੇ ਉਹਦਾ ਮੈਂ ਇੱਕ ਗੱਲ ਹੋਰ ਛੋਟੀ ਜਿਹੀ ਗੱਲ ਕਹਿਣਾ ਮੈਂ ਉਹਦੇ ਫੋਨ 'ਚ ਦਿਖਾ ਸਕਦਾ ਹਨਾ ਅਸੀਂ ਜਾਣਾ ਸੀਗਾ ਕੈਨੇਡਾ ਤੇ ਅਸੀਂ ਘਰੇ ਚਲੇ ਗਏ ਤੇ ਮੈਂ ਕਿਹਾ ਨਾ ਸਿੱਧੂ ਦੇ ਡੈਡੀ ਨੂੰ ਮੈਂ ਕਿਹਾ ਜੀ ਅਸੀਂ ਕੈਨੇਡਾ ਚੱਲੇ ਹਾਂ ਵੀ ਮਾੜਾ ਜਿਹਾ ਬੋਲ ਦਿਓ ਤੇ ਉਹਨਾਂ ਨੇ ਬੋਲਤਾ ਸਿੱਧੂ ਦੇ ਮੰਮੀ ਬਹਿ ਗਏ ਅਸੀਂ ਦੋਨੇ ਬਹਿ ਗਏ ਤੇ ਉਹਦੇ ਫਾਦਰ ਸਾਹਿਬ ਨੇ ਬੋਲਤਾ ਵੀ ਭਾਨਾ ਕੈਨੇਡਾ ਆ ਰਿਹਾ ਵੀ ਸ਼ੋਅ ਵਗੈਰਾ ਪਰ ਮੈਂ ਸੋਚਿਆ ਮੈਂ ਕਿਹਾ ਵੀ ਮੈਂ ਤਾਂ ਫਿਰ ਫਾਇਦਾ ਲੈਣ ਵਾਲੀ ਗੱਲ ਹੀ ਹੋ ਗਈ ਵੀ ਗਲਤ ਹੋ ਗਿਆ ਕੰਮ ਤਾਂ ਮਤਲਬ ਇਹ ਫਾਇਦਾ ਲੈ ਰਹੇ ਹਨਾ ਤੇ ਮੈਂ ਖੁਦਾ ਦੀ ਕਸਮ ਮੈਂ ਉਹ ਵੀਡੀਓ ਕਿਸੇ ਨੂੰ ਦਿਖਾਇਆ ਵੀ ਨੀਗਾ ਤੇ ਮੈਂ ਤੁਹਾਨੂੰ ਆਫ ਕੈਮਰਾ ਦਿਖਾ ਕੇ ਜਾਊਂਗਾ ਵੀ ਮੈਂ ਮੇਰੇ ਲਈ ਉਹ ਬੋਲੇ ਮਤਲਬ ਲਈ ਜਾਣੇ ਆ ਵੀਡੀਓ ਬਣਾ ਲਿਆ ਤੇ ਉੱਥੇ ਦੋ ਸ਼ੋਅ ਮੈਨੂੰ ਮਿਲ ਜਾਣਗੇ ਤੇ ਫਿਰ ਮੈਂ ਕਿਹਾ ਨਹੀਂ ਮੈਂ ਉਹ ਦਿਖਾਇਆ ਵੀ ਨੀ ਕਿਸੇ ਨੂੰ ਜੀ ਵੀ ਨਹੀਂ ਕਰਨਾ ਗਾ ਵੀ ਮੈਂ ਉਹਨਾਂ ਚੋਂ ਨੀ ਹੈਗਾ ਵੀ ਉੱਥੇ ਕੋਈ ਮਤਲਬ ਲਈ ਮਕਸਦ ਲਈ ਉਹਨਾਂ ਦੇ ਪਰਿਵਾਰ ਨਾਲ ਖੜੇ ਰਵਾਂਗੇ ਜੀ ਹਨਾ ਹਾਲਾਂਕਿ ਉਹਨਾਂ ਦੇ ਉਹ ਆਪਦੇ ਮਾਂ ਪਿਓ ਨੂੰ ਇੰਨਾ ਕੁਛ ਦੇ ਗਿਆ ਉਹਨਾਂ ਨੂੰ ਕੋਈ ਕਿਸੇ ਚੀਜ਼ ਦੀ ਲੋੜ ਨਹੀਂ ਕੋਈ ਇਨਸਾਫ ਲਈ ਭੱਜੇ ਫਿਰਦੇ ਆ ਤੇ ਪਰਮਾਤਮਾ ਮੂਹਰੇ ਅਰਦਾਸ ਕਰਦੇ ਆ ਉਹਨਾਂ ਨੂੰ ਇਨਸਾਫ ਮਿਲੇ ਹਨਾ ਤੇ ਬਸ ਮਤਲਬ ਫਾਇਦਾ ਨੀ ਲੈਂਦੇ ਉਹਨਾਂ ਦੇ ਨਾਂ ਤੋਂ ਨਾ ਲਿਆ ਨਾ ਲਈਏ ਉਹਦਾ ਨਾਂ ਵੇਚ ਕੇ ਅਸੀਂ ਦੋ ਉੱਥੇ ਕਿਤੋਂ ਪੈਸੇ ਲੈ ਲਏ ਹੁਣ ਕਿਸੇ ਤੋਂ ਕਦੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਆ ਵੀ ਜਿੰਨੇ ਲੋਕ ਪਹਿਲਾਂ ਜਾਂਦੇ ਸੀ ਚਲੋ ਕੋਈ ਗਾਣੇ ਵਾਲਾ ਮੁੰਡਾ ਕੋਈ ਲਿਖਾਰੀ ਕੋਈ ਗੀਤਕਾਰ ਜਾਂ ਕਿਵੇਂ ਵੀ ਆ ਚਲੋ ਹੁੰਦਾ ਹੀ ਆ ਵੀ ਅਸੀਂ ਵੀ ਐਡਾ ਨਾਂ ਬਣ ਗਿਆ ਸੀ ਤੇ ਉਹਨੇ ਕਰੇ ਵੀ ਆ ਬਹੁਤ ਸਾਰੇ ਨੌਜਵਾਨਾਂ ਨਾਲ ਉਹਨੇ ਆਪਦੇ ਉਹ ਚੈਨਲ ਤੋਂ ਨਾ 11 ਤੋਂ ਉਹਨਾਂ ਨੂੰ ਲਾਂਚ ਕੀਤਾ ਜਾਂ ਕਿਵੇਂ ਵੀ ਆ ਠੀਕ ਆ ਸਿੱਧੂ ਦਾ ਵੀ ਬਿਜ਼ਨਸ ਸੀ ਪਰ ਉਹਨੇ ਨਵੇਂ ਮੁੰਡਿਆਂ ਨੂੰ ਵੀ ਮੂਹਰੇ ਲੈ ਕੇ ਆਉਂਦਾ ਤੇ ਲੈ ਕੇ ਵੀ ਆਉਣਾ ਜਿਵੇਂ ਉਹ ਕਹਿੰਦਾ ਸੀ ਵੀ ਉਹ ਫਿਲਮ ਉਹ ਬਣਾ ਦੇਣੀ ਆ ਸਿਟੀ ਬਣਾ ਦੇਣੀ ਆ ਤੇ ਉਹ ਹੁਣ ਤੁਹਾਨੂੰ ਕੀ ਲੱਗਦਾ ਵੀ ਹੁਣ ਕੋਈ ਡਰ ਆ ਵੀ ਉੱਥੇ ਜਾ ਨਹੀਂ ਰਹੇ ਉਵੇਂ ਨੌਜਵਾਨ ਜਾਂ ਕਿਵੇਂ ਮੈਂ ਇੱਕ ਦੋ ਕਲਾਕਾਰਾਂ ਦਾ ਚਲੋ ਮੈਂ ਨਾਂ ਦਾ ਕੀ ਲੈਣਾ ਮੈਂ ਉਹਦੇ ਉੱਥੇ ਸੀਗਾ ਗੱਲ ਕਰ ਰਿਹਾ ਸੀ ਵੀ ਅਨਫੋਲੋ ਕਰਿਆ ਕਿਸੇ ਕਲਾਕਾਰ ਨੇ ਇਹਨੇ ਉਹਦਾ ਸਾਥ ਦਿੱਤਾ ਸੀ ਹਨਾ ਕਹਿੰਦਾ ਯਾਰ ਸਾਲਾ ਦੁੱਖ ਲੱਗਿਆ ਲੈ ਵੀ ਮੈਂ ਇਹਦਾ ਸਾਥ ਦਿੱਤਾ ਇਹ ਅਨਫੋਲੋ ਅੱਛਾ ਉਹਦੇ ਹੁੰਦੇ 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 ਦੀ ਗੱਲ ਅਸੀਂ ਘਰੇ ਬੈਠੇ ਸੀਗੇ ਰਾਤ ਨੂੰ ਕਾਫੀ ਜਾਣੇ ਤੇ ਉਦੋਂ ਬਾਈ ਜੀ ਆਏ ਹੋਏ ਸੀ ਸਿੱਧੂ ਜਿਹਨਾਂ ਕੋਲੇ ਕੈਨੇਡਾ ਗਿਆ ਸੀ ਉਸ ਦਿਨ ਦੀ ਗੱਲ ਹੈ ਕਹਿੰਦਾ ਲੈ ਅਨਫੋਲੋ ਕਰ ਗਿਆ ਬੰਦਾ ਹਨਾ ਤੇ ਦੱਸ ਮਤਲਬ ਕੰਮ ਲੈਣ ਲਈ ਤਾਂ ਉਹਦੇ ਕੋਲੇ ਮਤਲਬ ਸੀਗੇ ਵੀ ਕੰਮ ਲੈ ਰਹੇ ਹਾਂ ਜੀ ਹੁਣ ਮੱਖੀ ਨਾਲ ਸ਼ਾਹ ਜੀ ਹੈ ਤੇ ਜਦੋਂ ਕੰਮ ਲੈ ਲਿਆ ਉਦੋਂ ਮੁੜ ਕੇ ਫਿਰ ਨਹੀਂ ਹੈਗਾ ਉਹੀ ਗੱਲ ਹੁਣ ਜਿਵੇਂ ਜਿਵੇਂ ਬਹੁਤ ਵੱਡੇ ਕਲਾਕਾਰ ਉਹਦੇ ਨਾਲ ਸਨੈਪ ਜਾਂ ਉਹ ਪਾਉਂਦੇ ਸੀ ਪਰ ਹੁਣ ਉੱਥੇ ਘਰੇ ਜਾਂ ਉਵੇਂ ਬੇਬੇ ਬਾਪੂ ਕੋਲੇ ਉਵੇਂ ਨੀ ਗੱਲ ਨਾ ਨਾ ਬਸ ਜੇ ਜਾਂਦੇ ਵੀ ਤਾਂ ਜਾਂ ਜੇ ਪੜਦੇ ਨਾ ਗਏ ਵੀ ਆ ਤਾਂ ਉਹ ਨਾਲ ਦੇ ਨੂੰ ਕਹਿੰਦਾ ਵੀ ਫੋਟੋ ਜੀ ਖਿੱਚ ਲੈ ਜੇ ਕਰਕੇ ਵੀ ਫੋਟੋ ਬਣਾ ਕੇ ਰੱਖ ਲਈ ਤੇ ਜੇ ਮੈਂ ਇਹ ਗੱਲ ਕਹਿੰਦਾ ਵੀ ਜਿਵੇਂ ਜਿੰਨਾ ਕਲਾਕਾਰ ਮੈਂ ਕਹਾਂ ਜੇ ਸਾਥ ਦੇਣ ਤਾਂ ਬਹੁਤ ਫਰਕ ਪਊਗਾ ਇਨਸਾਫ ਮਿਲਣ ਦੇ ਵਿੱਚ ਪਰ ਕੋਈ ਬੋਲਦਾ ਹੀ ਨੀ ਕੋਈ ਗੱਲ ਹੀ ਨੀ ਕਰਦਾ ਜੀ ਹੁਣ ਥੋੜੀ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਗਾ ਬਸ ਇਹ ਲਾਸਟ ਗੱਲ ਆ ਉਦੋਂ ਬਾਅਦ ਇੱਕ ਦੋ ਹੋਰ ਗੱਲਾਂ ਛੋਟੀਆਂ ਗੱਲਾਂ ਕਰਾਂਗੇ ਆਪਾਂ ਕੋਈ ਗੱਲ ਇਹ ਜੀ ਸੁਣ ਕੇ ਜਿਹੜੀ ਉਹ ਮਤਲਬ ਫਰਮਾਇਸ਼ ਤੁਹਾਨੂੰ ਕਰਦਾ ਸੀਗਾ ਵੀ ਆਹ ਗੱਲ ਸੁਣਾ ਦੇ ਯਾਰ ਜਿਵੇਂ ਜਟਵੈਟ ਵਾਲੀ ਤਾਂ ਹੈਗੀ ਤੂੰ ਉਵੇਂ ਮੈਨੂੰ ਹਸਾ ਲੈਣਾ ਊਂ ਨੀ ਮੈਂ ਆਦਾ ਮੈਂ ਤੈਨੂੰ ਹਸਾ ਲੈਣਾ ਜਾਂ ਮੈਨੂੰ ਕਹਿੰਦਾ ਹਾਏ ਗੁਰੂ ਭਲਾ ਕਰੇ ਅਸਲ ਚ ਨਾ ਵੋਟਾਂ ਚ ਅਸੀਂ ਬਹੁਤ ਖੁੱਲ ਗਏ ਸੀ ਜਦੋਂ ਵੋਟਾਂ ਸੀ ਪਹਿਲਾਂ ਮੈਂ ਥੋੜਾ ਜਿਹਾ ਰਹਿੰਦੇ ਹੁੰਦੇ ਵੋਟਾਂ ਚ ਬਹੁਤ ਜ਼ਿਆਦਾ ਖੁੱਲ ਗਏ ਸੀਗੇ ਬਸ ਅਸੀਂ ਖੇਡੀ ਜਾਣਾ ਤੇ ਮਤਲਬ ਜਿੰਨਾ ਵੋਟਾਂ ਚ ਨੇੜੇ ਹੋਏ ਸੀ ਪਹਿਲਾਂ ਇੰਨਾ ਨੇੜੇ ਨੀ ਸੀ ਵੋਟਾਂ ਚ ਤਾਂ ਬਹੁਤ ਜ਼ਿਆਦਾ ਉਹ ਹੋ ਗਿਆ ਸੀਗਾ ਜੀ ਤੇ
ਤੇ ਹੁਣ ਜਦੋਂ ਤੁਸੀਂ ਫਿਰ ਚਲੋ ਬਾਹਰ ਆਪਾਂ ਬਾਹਰ ਦੀ ਗੱਲ ਕਰਦੇ ਆ, ਬਾਹਰ ਇਹ ਜਿਹੜੇ ਸਟੇਜ ਲਾ ਕੇ ਹੁਣ ਪੰਜਾਬ ਦੇ ਵਿੱਚ ਵੀ ਤੁਸੀਂ ਏਦਾਂ ਸੋਚਿਆ ਪੰਜਾਬ ਚ ਮੇਲੇ ਮੂਲੇ ਲੱਗਦੇ ਕਿਉਂ ਪਹਿਲਾਂ ਤੋਂ ਕਰਦੇ ਹੋ? ਨਾ ਪਹਿਲਾਂ ਵੀ ਕਰਦੇ ਆ ਪਰ ਰਤਨ ਬਾਈ ਵਾਲੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਲਾਈਵ ਸ਼ੋਅ ਵੀ ਕਰਦੇ ਆ। ਅੱਛਾ, ਮਤਲਬ ਲੋਕਾਂ ਨੂੰ ਇਹ ਵੀ ਵੀਡੀਓ ਹੀ ਬਣਾਉਂਦੇ ਆ ਪਰ ਹੁਣ ਅਸੀਂ ਲੋਕਾਂ ਤੱਕ ਪਤਾ ਵੀ ਬਹੁਤ ਲੋਕਾਂ ਨੂੰ ਲੱਗ ਗਿਆ ਪਰ ਹੁਣ ਅਸੀਂ ਉਹ ਲੈ ਕੇ ਜਾਵਾਂਗੇ ਵੀ ਅਸੀਂ ਲਾਈਵ ਸ਼ੋਅ ਮੇਲੇ ਕਬੱਡੀ ਟੂਰਨਾਮੈਂਟ ਵਿਆਹ ਸ਼ਾਦੀ ਤੇ ਅਸੀਂ ਕਰਦੇ ਆ। ਔਰ ਇਹ ਵੀ ਗੱਲ ਗਰੰਟੀ ਆ ਵੀ ਹਸਾ ਕੇ ਬੱਖੀਆਂ ਤੜਾ ਕੇ ਆਉਣੇ, ਐ ਨੀ ਵੀ ਕੋਈ ਜਾ ਕੇ ਉਹ ਜੇ ਕਰਕੇ ਆਉਂਦਾ। ਸਕ੍ਰਿਪਟ ਹੀ ਸਾਡੇ ਕੋਲ ਏਦਾਂ ਦੀ ਆ, ਮਤਲਬ ਉਹ ਇੱਕ ਤਾਂ ਸ਼ੁਰੂ ਕਰ ਲੈਣਾ ਫਿਰ ਉਹ ਘੰਟਾ ਡੇਢ ਘੰਟਾ ਉਹੀ ਚੱਲੀ ਜਾਂਦਾ ਕੰਮ। ਤੇ ਉਹਦੇ ਚ ਫਿਰ ਇਹ ਕੀ ਆ, ਮਤਲਬ ਉਹ ਚ ਉਹ ਟੀਮ ਵਰਕ ਵਾਲਾ ਕਿ ਤੁਸੀਂ ਇਕੱਲੇ ਵੀ ਮਤਲਬ ਸਾਂਭ ਲੈਂਦੇ ਹੋ? ਇਕੱਲਾ ਵੀ ਸਾਂਭ ਲੈਣਾ ਪਰ ਜਿਹੜਾ ਦੋ ਜਣਿਆਂ ਚ ਗੱਲ ਬਣਦੀ ਆ ਨਾ, ਕਿਉਂਕਿ ਇੱਕ ਨੇ ਸਵਾਲ ਕਰਿਆ ਦੂਜੇ ਨੇ ਉੱਤਰ ਦਿੱਤਾ, ਪੰਚ ਵਾਲਾ ਉਹ ਦੋ ਜਣਿਆਂ ਚ ਹੀ ਗੱਲ ਬਣਦੀ ਆ। ਜਿਹੜੀ ਸਟੈਂਡਿੰਗ ਕਮੇਡੀ ਆ ਇਕੱਲੇ ਬੰਦੇ ਤੋਂ ਉਹ ਗੱਲ ਨਹੀਂ ਬਣਦੀ ਜਿਹੜੀ ਦੋ ਜਣਿਆਂ ਚ ਗੱਲ ਬਣ ਜਾਣੀ। ਜੀ ਜੀ, ਅਸੀਂ ਹੁਣ ਚਾਹੁੰਦੇ ਆ ਵੀ ਤੁਸੀਂ ਕਰੋ ਆਪਦਾ ਕੀ, ਇਹਨੂੰ ਕਹਿੰਦੇ ਕੀ ਆ ਵੀ ਕਲਾਕਾਰ ਦਾ ਅਖਾੜਾ ਹੋ ਜਾਂਦਾ? ਤੁਹਾਡਾ ਕਲਾਕਾਰ ਦਾ ਅਖਾੜਾ ਹੋ ਜਾਂਦਾ ਇਹ ਕਮੇਡੀ ਪ੍ਰੋਗਰਾਮ, ਹਾਸੇ ਡੱਠੇ ਵਾਲਾ ਪ੍ਰੋਗਰਾਮ। ਹਾਂਜੀ, ਹਾਸੇ ਡੱਠੇ ਵਾਲਾ ਪ੍ਰੋਗਰਾਮ ਕਹਿ ਦਿੰਦੇ ਆ। ਤੇ ਜਿਵੇਂ ਹੁਣ ਉਹੀ ਉਹੀ ਸੀ ਉਹ ਬੋਲੀ ਇਧਰੋਂ ਤੂੰ ਉਹ ਵੀ ਤੇਰਾ ਪੱਗ ਥਾ ਤੇਰੇ ਲੀੜੇ ਪਾਉਣੇ ਨੇ ਉਹਦੀ ਬੋਲੀ। ਕਿਉਂ ਲੀੜੇ ਪਾਉਣ ਨੂੰ ਛੁੱਡ ਲਿਆ? ਮੈਨੂੰ ਕੀ ਹੋਇਆ? ਇਹੀ ਲੀੜੇ ਪਾ ਕੇ ਮੈਂ ਕੈਪਟਨ ਸਾਹਿਬ ਨੂੰ ਮਿਲਿਆ, ਇਹੀ ਲੀੜੇ ਪਾ ਕੇ ਮੈਂ ਬਾਦਲ ਸਾਹਿਬ ਨੂੰ ਮਿਲਿਆ, ਇਹੀ ਲੀੜੇ ਪਾ ਕੇ ਮੈਂ ਭਗਵੰਤ ਮਾਨ ਨੂੰ ਮਿਲਿਆ। ਲੀੜੇ ਚ ਮੇਰੇ ਚ ਕੀ ਖਰਾਬੀਆਂ ਨੇ? ਥੋਡੀ ਬੁੜੀ ਵੀਹ ਵਾਰੀ ਨਿਕਲੀ ਆ, ਮੈਂ ਤੈਨੂੰ ਕਦੇ ਕਿਹਾ ਲੜ ਨਿਕਲੀ ਆ? ਏਦਾਂ ਦੀਆਂ ਉਹ ਖੇੜਾ ਪਰ ਇਹ ਲੋਕਾਂ ਨੇ ਥੋੜਾ ਜਿਹਾ ਇਤਰਾਜ਼ ਕਰ ਲੈਣਾ ਗਾ, ਇਹ ਵਿੱਚ ਨੀ ਬੈਠੇ ਵੀ ਤੁਸੀਂ ਬਾਹਰੋਂ ਬੁਲਾਈ ਜਾਂਦੇ ਹੋ, ਇਤਰਾਜ਼ ਕਰ ਲੈਣਾ। ਆ ਜਾਓ ਫਿਰ ਕੁਰਸੀ ਤੁਸੀਂ ਬੈਠਣਾ, ਹਾਂ ਅਸੀਂ ਆਈ ਬਿਠਾਉਣੇ ਹੁੰਦੇ ਤਾਂ ਆਈ। ਹਾਂ ਆ ਜਾਓ ਆ ਜਾਓ ਆਈ ਆ, ਹਾਂ ਬਿਠਾਓ ਜੀ। ਹਾਂ ਆ ਜਾਓ, ਇਹ ਤਾਂ ਆਈ ਚੱਲੂਗਾ ਕੰਮ, ਕੋਈ ਗੱਲ ਨਹੀਂ। ਆ ਵੀ ਭੂਟੋ ਪਾਸੋਂ ਬੋਲੀ ਜਾਂਦੀ ਆ, ਮਤਲਬ ਸਾਨੂੰ ਇਹ ਚੀਜ਼ ਲੱਗ ਰਹੀ ਆ। ਹਾਂ ਆ ਜਾਓ, ਕੋਈ ਥੋੜੇ ਬੈਠ ਜਾਣਾ। ਹਾਂ ਹਾਂ, ਇਹ ਵੀ ਆ ਮਤਲਬ ਉਹ ਚੀਜ਼ ਦਾ ਫਿਰ ਉਹ ਹੋ ਰਿਹਾ ਹਨਾ। ਹਾਂਜੀ ਹਾਂਜੀ, ਇਹਦਾ ਆਵਾਜ਼ ਘੱਟ ਆਊਗੀ। ਹਾਂ ਹਾਂ ਹਾਂ, ਨਾਮ ਕੀ ਆ? ਜਸਪ੍ਰੀਤ ਕੌਰ। ਹੁਣ ਭੂਟ ਹੋਈ ਆ? ਚਲੋ ਤੁਸੀਂ ਕਰ ਲਿਓ ਆਪਦਾ ਜੋ ਪਰਫੋਰਮੈਂਸ ਵਾਲਾ। ਇਹ ਨਾਮ ਹੁਣ ਕਿਵੇਂ? ਇਹ ਨਾ ਜੀ ਅਸੀਂ ਵੀਡੀਓ ਕਰਦੇ ਸੀ ਉਹ ਸਹੁਰੇ ਵਾਲਾ ਤੇ ਸਾਲੀ ਜਦੋਂ ਜਾਂਦੇ ਆ ਤੇ ਮੈਂ ਸਾਡੇ ਵਾਲਾ ਭਾਨਾ ਮੈਨੂੰ ਸਾਰੇ ਬੇਟੇ ਵੀ ਕੀ ਨਾਂ ਰੱਖੀਏ, ਕਿ ਅਲੱਗ ਜਿਹਾ ਨਾਂ ਰੱਖੀਏ ਹਨਾ। ਅੱਛਾ ਜੀ, ਤੇ ਉਹ ਭੂਟੋ ਨਾਂ ਪਤਾ ਨੀ ਕਿਹਨੇ ਬੋਲਤਾ, ਭੂਟੋ ਹੀ ਰੱਖ ਲਏ। ਹਾਂਜੀ, ਪਰ ਤੁਹਾਡੇ ਨਾਮ ਨਾਲ ਮੈਚ ਕਰਦਾ ਹਨਾ? ਮੈਚ ਕਰਦਾ, ਮੈਚ ਕਰਦਾ, ਬਿਲਕੁਲ ਬਿਲਕੁਲ ਜੀ ਬਿਲਕੁਲ। ਤੇ ਇਹਨਾਂ ਨਾਲ ਤੁਹਾਡਾ ਫਿਰ ਮੇਲ ਕਦੋਂ ਹੋਇਆਗਾ? ਮਤਲਬ ਵੀ ਇਸ ਹੋ ਗਿਆ ਜੀ 5 ਸਾਲ ਤੇ ਇਹ ਕਿਸੇ ਕਲਾਕਾਰ ਦਾ ਅਸੀਂ ਗਾਣਾ ਕਰਨ ਗਏ ਸੀ ਤੇ ਇਹਨਾਂ ਕੁੜੀ ਇਹਦੀ ਕੋਈ ਫਰੈਂਡ ਸੀ, ਉਹ ਕਹਿੰਦੀ ਵੀ ਉੱਥੇ ਭਾਨੇ ਨੇ ਆਉਣਾ ਤੇ ਵੀ ਨਾਲ ਚਾਹਨਾ, ਇਹ ਕਹਿੰਦੀ ਮੈਂ ਦੇਖ ਕੇ ਆਉਣਾ ਫੋਟੋ ਖਿਚਾ ਕੇ ਆਉਣਾ। ਅੱਛਾ ਜੀ, ਤੇ ਬਸ ਫਿਰ ਫੋਟੋ ਖਿਚਾਉਣ ਆਈ, ਫੋਟੋ ਖਿੱਚੀ ਇਹਨੂੰ ਇਸ ਲੈਣ ਸੇ ਲਿਆਂਦਾ। ਤੇ ਸੁਣੋ ਸੀਗਾ ਜੀ ਪਹਿਲਾਂ ਮਤਲਬ ਇਹ ਥੀਏਟਰ ਦਾ ਜਾਂ ਏਦਾਂ ਸ਼ੌਂਕ ਕਮੇਡੀ ਦਾ ਕਿ ਦੇਖਣ ਦਾ ਹੀ ਸੀ? ਨਹੀਂ ਜੀ, ਪਹਿਲਾਂ ਮੈਂ ਸਕੂਲ ਦੇ ਕਾਲਜ ਵਿੱਚ ਕਰਦੀ ਹੁੰਦੀ ਸੀਗੀ, ਮੈਂ ਬਰਨਾਲਾ ਸਕੂਲ ਚ ਪੜ੍ਹੀ ਆ। ਅੱਛਾ ਜੀ, ਮਤਲਬ ਉੱਥੇ ਮੈਂ ਕਮੇਡੀ ਵਗੈਰਾ ਤੇ ਸਟੇਜ ਸ਼ੋਅ ਲਾ ਲੈਂਦੀ ਸੀ, ਕਰ ਲੈਂਦੀ ਸੀ ਪਹਿਲਾਂ ਮਾੜਾ ਮੋਟਾ ਸਕੂਲ ਦੇ ਵਿੱਚ, ਹਾਂ ਸਕੂਲ ਦੇ ਵਿੱਚ ਗਾ ਲੈਂਦੇ ਸੀ। ਅੱਛਾ, ਤੇ ਫਿਰ ਇਹਨੂੰ ਦੇਖ ਦੇਖ ਕੇ ਜਾਨੇ ਮੈਨੂੰ ਕਹਿਣਾ ਤੂੰ ਮੈਨੂੰ ਦੱਸਦਾ ਨਹੀਂ ਮੈਨੂੰ ਸਿਖਾ, ਮੈਂ ਕਹਿਣਾ ਨਾ ਦੇਖ ਕੇ ਜਿਹੜਾ ਸਿੱਖਣਾ ਉਹਦਾ ਫਰਕ ਹੈ, ਪਰ ਅੱਜ ਤੱਕ ਇਹਨੇ ਮੈਨੂੰ ਸਿਖਾਇਆ ਕਦੇ ਤੇ ਦੇਖ ਕੇ ਹੀ ਲੰਬਾ ਆਇਆ ਹੈ। ਹਾਂ ਸਿਖਾਇਆ ਨਹੀਂ, ਸਿਖਾਇਆ ਨਹੀਂ, ਪਰ ਵਧੀਆ ਕਰ ਲੈਂਦੀ ਹੈ ਵੀ ਆਪਾਂ ਰਿਹਰਸਲ ਕਰ ਲਈਏ, ਵੀ ਆਪਾਂ ਘਰ ਰਿਹਰਸਲ ਕਰ ਲਈਏ, ਨਹੀਂ ਆਪਾਂ ਰਾਹ ਦੇ ਵਿੱਚ ਜਾਂਦੇ ਜਾਂਦੇ ਕਰਾਂਗੇ, ਉਹ ਤੇ ਸਟੇਜ ਤੇ ਪਹੁੰਚ ਜਾਂਦੇ ਆ। ਉੱਥੇ ਵੀ ਬਾਏ ਵਧਾ ਦੇ ਥੋੜੀ, ਤੈਨੂੰ ਘੱਟ ਲੱਗਦੀ ਉਹਨਾਂ ਵਾਲੇ ਮਾਈਕ ਦੀ, ਠੀਕ ਹੈ ਪਰ ਸਿਖਾਉਂਦੇ ਨੀ, ਪਰ ਮੈਨੂੰ ਲੱਗਦਾ ਕਮੇਡੀ ਜੀ ਕਿਸੇ ਨੂੰ ਸਿਖਾ, ਜੇ ਤੁਸੀਂ ਕਿਸੇ ਨੂੰ ਰਤਨ ਬਾਈ ਸਿਖਾਉਂਦੇ ਆ ਨਾ ਤੇ ਉਹਦਾ ਤੇ ਆਪ ਜਿਹੜੀ ਅੰਦਰ ਚਾਹਣਾ ਹੋਣੀ ਵੀ ਮੈਂ ਆਹ ਚੀਜ਼ ਇਹ ਕਰਦਾ ਤੇ ਉਹਨੂੰ ਕਾਪੀ ਕਰਨਾ, ਉਹਦੇ ਚ ਬਹੁਤ ਫਰਕ ਹੈ ਜੀ। ਹਨਾ ਜੀ, ਜੇ ਹੁਣ ਆਪਾਂ ਕਹਿ ਦਈਏ ਵੀ ਹਸਾਉਣਾ ਹਸਾਉਣਾ ਤੇ ਖੁਦ ਕਤਾੜੀਆਂ ਗਾ ਕੇ ਵੀ ਬੰਦਾ ਹਸਾ ਲੂਗਾ ਹਨਾ, ਤੇ ਪਰ ਇੱਕ ਗੱਲ ਕਰਕੇ ਇੱਕ ਉਹਨੂੰ ਉਹਦਾ ਪੰਚ ਬਣਾ ਕੇ ਦੱਸਣਾ, ਉਹਦੇ ਚ ਬਹੁਤ ਫਰਕ ਹੈ ਜੀ। ਬਿਲਕੁਲ, ਪਰ ਇਹਨੂੰ ਸਟੇਜ ਇੱਕ ਹੋਰ ਵੀ ਬਹਿਣ ਦੱਸਦਾ ਜੀ, ਸੱਚੀ ਗੱਲ ਹੈ, ਕੋਈ ਨੀ ਦੱਸਦਾ।
ਅਸੀਂ ਪਹਿਲਾਂ ਸਟੇਜ ਲਾਈ ਤੇ ਮੈਂ ਕੀ ਕਰਿਆ ਜੀ ਚਾਹ ਬਣਾਉਂਦੇ ਬਣਾਉਂਦੇ ਨੇ ਤੇ ਅੱਧਾ ਚਮਚਾ ਡੋਡਿਆਂ ਦਾ ਮੈਨੂੰ ਪਤਾ ਨੀ ਸੀ ਤੇ ਅਸੀਂ ਸਟੇਜ ਤੇ ਗਏ ਤੇ ਮੈਨੂੰ ਤਾਂ ਬਹੁਤ ਵਧੀਆ ਪਰਫੋਰਮੈਂਸ ਕਰੀ ਮੈਨੂੰ ਉਹਨਾਂ ਨੇ ਤਿੰਨ ਐਂਟਰੀਆਂ ਲਵਾਈਆਂ ਜੀ ਮੈਨੂੰ ਕਹਿੰਦੇ ਇੱਕ ਅੱਧੀ ਹੋਰ ਐਂਟਰੀ ਲਾਈ ਕਹਿੰਦੇ ਮੈਨੂੰ ਤਾਂ ਜਮੇ ਨੀ ਜਾ ਕੇ ਲੱਗੀ ਮੈਂ ਕਿਹਾ ਵੀ ਮੈਂ ਚਾਹ ਚ ਡੋਡਿਆਂ ਦਾ ਚਮਚਾ ਪਾਤਾ ਸੀ ਚਲੋ ਹੋ ਗਈ ਨਿਬੜ ਗਈ ਗੱਲ ਜਿਹੜਾ ਅਸੀਂ ਦੂਜਾ ਪ੍ਰੋਗਰਾਮ ਲਾਉਣਾ ਸੀ ਉਹ ਚ ਮੈਨੂੰ ਕਹਿੰਦੀ ਚਾਹ ਚ ਡੋਡੇ ਪਾ ਕੇ ਦੇ ਵੀ ਬੰਦੇ ਮੈਂ ਵਧੀਆ ਕਰਿਆ ਮਨ ਚ ਬਹਿ ਗਿਆ ਵਧੀਆ ਲੱਗ ਗਈ ਜੀ ਨਾਲ ਲਾਈਵ ਸ਼ੋਅ ਵਧੀਆ ਐਨ ਕਰਦੀ ਆ ਜਿੰਨੀ ਕੁ ਜੋਗਿਆ ਕਰਦੇ ਠੀਕ ਆ ਇਹ ਤੁਸੀਂ ਕਦੇ ਸੋਚੀ ਸੀ ਜੀ ਪੂਰਾ ਘੈਂਟ ਬੋਲ ਲੈਂਦੀ ਆ ਪੂਰਾ ਥੋੜੀਆਂ ਰੀਲਾਂ ਰੂਲਾਂ ਦੇਖੀਆਂ ਸੀ ਫਿਰ ਕੋਈ ਉਹ ਦੱਸੋ ਕੀ ਕਹਿੰਦੇ ਸੀ ਹੁਣ ਤੁਸੀਂ ਹੁਣ ਬੋਲ ਦੁਬਾਰਾ ਤੇ ਜਿੱਦਾਂ ਅਸੀਂ ਕਰਦੇ ਆ ਸਟੈਂਡਿੰਗ ਕਮੇਡੀ ਦੇ ਵਿੱਚ ਜੀਜਾ ਦੇਖੀ ਮੇਰੇ ਪੈਰ ਤਾਂ ਹੈਗੇ ਵਿੱਚ ਝਾਂਜਰਾ ਹੈ ਨੀ ਵੇ ਮੇਰੇ ਹੱਥ ਤਾਂ ਹੈਗਾ ਵਿੱਚ ਬੰਗਾ ਹੈ ਨੀ ਮੇਰੇ ਗਲ ਤਾਂ ਹੈਗਾ ਵਿੱਚ ਗਾਨੀ ਹੈ ਨੀ ਦੇਖੀ ਮੇਰੇ ਕੰਨ ਤਾਂ ਹੈਗਾ ਵਿੱਚ ਕਾਂਟੇ ਹੈ ਨੀ ਦੇਖੀ ਮੇਰੇ ਕੋਲੇ ਬਟੂਆ ਤਾਂ ਹੈਗਾ ਵਿੱਚ ਪੈਸੇ ਹੈ ਬਾਕੀ ਇਨ ਜਿਹੜੇ ਅਸੀਂ ਆਪ ਹੀ ਲਿਖਦੇ ਆ ਜੀ ਇਹ ਵੀ ਆਹ ਆਹ ਗੱਲ ਆਇਆ ਇਹ ਤਾਂ ਗੱਲ ਦਾ ਐ ਜਵਾਬ ਹੈ ਤੇ ਪਰ ਇਹ ਮੈਨੂੰ ਇਹ ਲੱਗਦਾ ਹੈਗਾ ਵੀ ਜਿਵੇਂ ਕਈ ਗੱਲਾਂ ਗਈਆਂ ਉਹ ਜਦੋਂ ਆਪਾਂ ਜ਼ਿੰਦਗੀ ਚ ਗਾਂਹ ਵੱਧਦੇ ਆ ਜਾਂ ਘਰੇਲੂ ਜ਼ਿੰਦਗੀ ਚ ਜਾਂ ਖਾਸ ਕਰਕੇ ਗ੍ਰਸਤੀ ਜੀਵਨ ਦੇ ਵਿੱਚ ਉਦੋਂ ਵੀ ਬਹੁਤ ਸਾਰੀਆਂ ਗੱਲਾਂ ਥੋੜੀਆਂ ਮੈਨੇਜ ਹੋ ਜਾਂਦੀਆਂ ਕਿ ਗੁੱਸਾ ਨੀ ਆਉਂਦਾ ਜੇ ਤੁਸੀਂ ਉੱਥੇ ਗੁੱਸਾ ਕੰਟਰੋਲ ਕਰਨ ਆਪਾਂ ਕਹਿ ਦਿੰਦੇ ਆ ਵੀ ਉਹ ਤਾਂ ਬਈ ਉਹਨਾਂ ਦੀ ਬੁੜੀ ਜਿਆਦਾ ਗੁੱਸਾ ਕਰਦੀ ਉਹਨਾਂ ਦਾ ਬੰਦਾ ਜਿਆਦਾ ਗੁੱਸਾ ਪਰ ਉਹ ਫਿਰ ਬੈਲੈਂਸ ਹੋ ਜਾਂਦਾ ਸਹੀ ਗੱਲ ਕੋਈ ਸਲਾਹ ਲੈਂਦਾ ਉੱਥੋਂ ਵੀ ਅਸੀਂ ਆਪਦੇ ਪਰਿਵਾਰਕ ਜੀਵਨ ਨੂੰ ਜਾਂ ਕਿਵੇਂ ਵੀ ਕੋਈ ਵਧੀਆ ਖੁਸ਼ਹਾਲੀ ਵੱਲ ਕਿਵੇਂ ਜਾਂ ਹੱਸ ਤੁਸੀਂ ਕਿਵੇਂ ਯਾਰ ਇਹਨਾਂ ਹੱਸ ਲੈਂਦੇ ਹੋ ਕੋਈ ਇੱਦਾਂ ਦੀ ਕੋਈ ਹੱਸਣਾ ਤਾਂ ਲੋਕ ਭੁੱਲ ਗਏ ਜੀ ਹਰ ਇੱਕ ਬੰਦੇ ਨੂੰ ਟੈਨਸ਼ਨ ਆ ਹਾਲੇ ਆਪਣੇ ਤਾਂ ਫੇਰ ਵੀ ਮੈਂ ਨਾ ਸੌਖੇ ਆ ਜੀ ਲੋਕ ਬਹੁਤ ਸੌਖੇ ਆ ਪਰ ਇੱਥੇ ਲੋਕਾਂ ਨੂੰ ਟੈਨਸ਼ਨ ਆ ਵੀ ਅਸੀਂ ਛੇਤੀ ਬਾਹਰ ਜਾਈਏ ਛੇਤੀ ਬਾਹਰ ਜਾਈਏ ਉੱਥੇ ਆ ਕੀ ਹੈ ਬੰਦਾ ਚਲੋ ਮਿਹਨਤ ਕਰਦਾ ਹਰ ਇੱਕ ਬੰਦਾ ਸੋਚੀ ਜਾਂਦਾ ਰਿਸੈਸ਼ਨ ਚੱਲ ਰਿਹਾ ਕਰਕੇ ਹਨਾ ਹਾਸੇ ਤਾਂ ਗਏ ਵੀ ਹੋ ਗਏ ਜੀ ਤੇ ਹੱਸਣਾ ਹਾਸਾ ਤਾਂ ਕਹਿੰਦੇ ਇੱਕ ਬਹੁਤ ਵਧੀਆ ਚੀਜ਼ ਹੈ ਤੁਹਾਡੀ ਬੋਡੀ ਲਈ ਤੁਹਾਡੀਆਂ ਬਿਮਾਰੀਆਂ ਦੂਰ ਕਰਦਾ ਤੇ ਸ਼ੁਕਰ ਆ ਉਸ ਪ੍ਰਮਾਤਮਾ ਦਾ ਵੀ ਅਸੀਂ ਇਸ ਫੀਲਡ ਚ ਜੇ ਕਿਸੇ ਨੂੰ ਅਸੀਂ ਹਸਾ ਲਿਆ ਤੇ ਬਹੁਤ ਵੱਡੀ ਗੱਲ ਹੈ ਜੀ ਇੱਕ ਮੈਨੂੰ ਹੋਰ ਦੱਸੋ ਜਿਹੜਾ ਮੈਂ ਮੈਨੂੰ ਜਿਆਦਾ ਐਕਸਾਈਟ ਕਰਦਾ ਤੁਹਾਨੂੰ ਦੇਖ ਕੇ ਜਿਹੜਾ ਤੁਹਾਡਾ ਤੁਰਨ ਦਾ ਸਟਾਈਲ ਆ ਉਹ ਵੀ ਉਵੇਂ ਤਾਂ ਨਹੀਂ ਯਾਰ ਜਿਹੜੇ ਸਕੂਲ ਦੇ ਵਿੱਚ ਆਪਣਾ ਸਟੂਡੈਂਟ ਜਾਂਦਾ ਤੇ 50 ਨੰਬਰ ਉਹਨੂੰ ਦੀ ਵਰਦੀ ਦੇ ਮਿਲਦੇ ਆ ਕਲਾਕਾਰ ਵੀ ਜੇ ਸਟੇਜ ਤੇ ਪ੍ਰੋਪਰ ਡਰੈਸ ਪਾ ਕੇ ਜਾਂਦਾ ਨਾ ਕੁੜਤਾ ਚਾਦਰਾ ਲਾ ਕੇ ਚਾਹੇ ਸਿੰਗਰ ਆ ਜੋ ਵੀ ਹੈ ਤਾਂ 50 ਨੰਬਰ ਉਹਦੇ ਉਹਨੂੰ ਡਰੈਸ ਦੇ ਹੀ ਮਿਲਦੇ ਆ ਹਨਾ ਤੇ ਡਰੈਸ ਇੱਕ ਐਸੀ ਚੀਜ਼ ਆ ਵੀ ਜਦੋਂ ਤੁਸੀਂ ਉਹ ਚੀਜ਼ ਪਾ ਲਈ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਭਾਨੂ ਵਾਲਾ ਕਰੈਕਟਰ ਕਰਦਾ ਰਿਹਾ ਜੀ ਪਹਿਲਾਂ ਹੁਣ ਤਾਂ ਮੈਂ ਬਹੁਤ ਘੱਟ ਕਦੇ ਕਰਿਆ ਹੋਊਗਾ ਪਰ ਸੱਚੀ ਗੱਲ ਆ ਜਦੋਂ ਮੈਂ ਉਹ ਪਾ ਕੇ ਉਹ ਮੇਕਅਪ ਜਿਹਾ ਕਰ ਦਿੰਦੇ ਸੀ ਤੇ ਐਵੇਂ ਸੀਸੇ 'ਚ ਦੇਖ ਲੈਂਦੇ ਮੇਰੇ 'ਚ ਆਟੋਮੈਟਿਕ ਕਰੈਕਟਰ ਬਣ ਜਾਂਦਾ ਸੀ ਮੈਂ ਉਵੇਂ ਹੀ ਬੋਲਦਾ ਕੁਦਰਤੀ ਹਨ ਡਰੈਸ ਨਾਲ ਬਹੁਤ ਫਰਕ ਪੈ ਜਾਂਦਾ ਸੀ ਉਹ ਹੁਣ ਤਾਂ ਨਹੀਂ ਕਦੇ ਕਰਿਆ ਤੁਸੀਂ ਨਹੀਂ ਹੁਣ ਨਹੀਂ ਕਰਿਆ ਮਤਲਬ ਘੱਟ ਹੀ ਕਰਿਆ ਕਦੇ ਕੋਈ ਪਰ ਉਹ ਵਧੀਆ ਲੱਗੂ ਜੇ ਤੁਹਾਡੇ ਨਾਲ ਇਹ ਵੀ ਨੇ ਬਾਕੀ ਚੱਲੀ ਜਾਣਾ ਜੀ ਜਿੰਨੀ ਕ ਮਿਹਨਤ ਹੈ ਕਰੀ ਜਾਵਾਂਗੇ ਜੀ
ਜਿੰਨਾ ਕੁ ਪਰਮਾਤਮਾ ਨੇ ਜਦੋਂ ਤੱਕ ਲਿਖਿਆ ਉਹਨਾਂ ਤੱਕ ਕਰਾਂਗੇ ਜੀ ਜ਼ਰੂਰ। ਮੈਂ ਤੁਹਾਨੂੰ ਸਵਾਲ ਕਰੂੰਗਾ ਵੀ ਕੈਨੇਡਾ ਦੇ ਵਿੱਚ ਹੁਣ ਬਹੁਤ ਭਰਮਾ ਹੰਗਾਰਾ ਮਿਲਿਆ? ਹਾਂਜੀ ਬਹੁਤ ਵਧੀਆ, ਬਹੁਤ ਪਿਆਰ ਮਿਲਿਆ। ਤੇ ਤੁਸੀਂ ਕਦੇ ਜ਼ਿੰਦਗੀ ਸੋਚਿਆ ਸੀ ਵੀ ਕੈਨੇਡਾ ਅਮਰੀਕਾ ਆਏ ਟੂਰ ਜਾਂ ਆਹ ਚੀਜ਼ ਆਏ? ਨਹੀਂ ਜੀ ਮੈਂ ਸੋਚਿਆ ਨਹੀਂ ਸੀਗਾ। ਇੱਕ ਛੋਟੀ ਜਿਹੀ ਗੱਲ ਦੱਸਦੇ ਆ, ਨਹੀਂ ਚਲੋ ਉਹ ਤਾਂ ਆਪੋ ਆਪਣੇ ਕਰਮ ਹੁੰਦੇ ਆ ਜੀ। ਜਦੋਂ ਅਸੀਂ ਮੈਂ ਇਹਨੂੰ ਲੈ ਕੇ ਆਉਣਾ ਜੀ, ਮਤਲਬ ਕਈ ਵਾਰੀ ਇਹ ਹੁੰਦਾ ਵੀ ਚੰਡੀਗੜ੍ਹ ਰਹਿੰਦੇ ਸੀਗੇ ਵੀ ਸ਼ੂਟਿੰਗ ਤੇ ਜਾਣਾ, ਤੇ ਇਹਦੇ ਘਰੇ ਬਹੁਤ ਮਿਹਨਤ ਮਾਰਨੇ ਵੀ ਸ਼ਰਮ ਨੀ ਆਉਂਦੀ ਤੁਹਾਨੂੰ, ਤੁਸੀਂ ਕੱਲੀ ਕੁੜੀ ਨੂੰ ਬੰਦਾ ਆ ਕੇ ਲੈ ਜਾਂਦਾ, ਤੁਸੀਂ ਆਏ ਆ ਜੇ ਉਹ ਹੈ। ਪਰ ਅੱਜ ਉਹੀ ਬੰਦੇ ਇਹ ਗੱਲ ਕਹਿੰਦੇ ਆ ਵੀ ਯਾਰ ਬਹੁਤ ਵਧੀਆ ਤੂੰ ਕੈਨੇਡਾ ਆ ਗਈ ਹੈ। ਹੁਣ ਜਿਨ੍ਹਾਂ ਨੂੰ ਨਹੀਂ ਲੱਗਦਾ ਵੀ ਕੈਨੇਡਾ ਕਿਵੇਂ ਜਾ ਵੜੂ, ਇਹਨਾਂ ਦਾ ਗਵਾਂਢੀ ਕਹਿੰਦਾ ਉਹ ਨਹੀਂ ਦੁਬਈ ਜਾ ਕੇ ਆਈ ਹੈ। ਸਾਡੇ ਰਿਸ਼ਤੇਦਾਰ ਸੀ ਉਹ ਮੇਰੇ ਤੇ ਬਹੁਤ ਲੱਗਦੀ ਆ, ਮੈਨੂੰ ਕਹਿੰਦੀ ਕਹਿੰਦੀ ਇਹ ਗੱਲ ਕਦੇ ਕੈਨੇਡਾ ਤਾਂ ਫਿਰ ਜਾਣਾ ਖਾਣਾ ਉੱਠ ਕੇ ਵਗ ਜੇ। ਹਾਂ ਆਏ ਨੀ ਕਲਾਕਾਰ ਨੂੰ ਕੈਨੇਡਾ ਵਾਣ ਦਿੰਦੇ, ਕਿੰਨੇ ਵਧੀਆ ਕਲਾਕਾਰ ਚਾਹੀਦਾ। ਮੇਰਾ ਕੈਨੇਡਾ ਦਾ ਵੀਜ਼ਾ ਲੱਗ ਗਿਆ, ਮੈਂ ਕੈਨੇਡਾ ਜਾ ਵੜਿਆ। ਹੁਣ ਉਹਨੂੰ ਜਾ ਕੇ ਦੱਸਤਾ ਬੁੜੀ ਨੂੰ ਵੀ ਉਹ ਤਾਂ ਜਾ ਵੜਿਆ ਕੈਨੇਡਾ। ਨੀ ਗੱਪ ਮਾਰਦਾ ਹੋਊਗਾ, ਫੋਟੋ ਐਡਿਟ ਕਰੀ ਹੋਊ, ਮਗਰ ਹੋਰ ਲਾਤਾ ਹੋਣਾ ਉਹਨੇ। ਉਹ ਕਹਿੰਦੀ ਨਹੀਂ, ਕਹਿੰਦੀ ਆਹ ਦੇਖ ਲਾਈਵ ਹੋਇਆ ਵਾ ਹਨਾ। ਹੁਣ ਭਾਈ ਕੈਨੇਡਾ ਉਹ ਕਿੱਥੇ ਦੇ ਗਈ ਜਣਾ ਖਣਾ ਦੱਤ ਦਿਆ ਫਿਰ ਇੰਗਲੈਂਡ ਵਗ ਗਿਆ। ਕਹਿੰਦੀ ਮੂੰਹ ਮੱਚ ਗਈ, ਨੀ ਇਹੋ ਜਿਹਾ ਕਿਹੜਾ ਗੁਰਦਾਸ ਮਾਨ ਕਾ ਇਹ ਜਿਹੜਾ ਵੀ ਕਦੇ ਇੰਗਲੈਂਡ ਵਗ ਗਿਆ। ਨੀ ਇੰਗਲੈਂਡ ਵੀ ਬਥੇਰੇ ਤੁਰੇ ਜਾਂਦੇ ਆ ਜਾਏ ਖਾਣੇ, ਅਮਰੀਕੇ ਨੀ ਜਾਇਆ ਜਾਂਦਾ ਉਹਨੂੰ ਕਹਿੰਦੀ ਹਨਾ। ਹੁਣ ਮੈਂ ਜਦੋਂ ਅਮਰੀਕਾ ਜਾ ਵੜਿਆ ਨੂੰ ਹਟੈਕ ਹੋ ਜਾਣਾ, ਜਿਹੜਾ ਹੁਣ ਕੱਲ ਵੀ ਹੁੰਦੀ ਆ ਜੀ ਵਿੱਚ ਬਣਾ ਦੇਈਦੀ ਆਪਦੀ। ਐਂ ਜਿਹੜੇ ਵੀ ਰਿਸ਼ਤੇਦਾਰ ਸਾਲਾਂਗੇ ਜਾਂ ਕਿਤੇ ਜ਼ਿਆਦਾ ਉੱਥੇ ਨਾ, ਉਹ ਤਾਂ ਹੁਣ ਜਿਹੜੇ ਆਪਾਂ ਵੀਡੀਓ ਬਣਾਉਣੇ ਜੀ ਉਹ ਤਾਂ ਹੁਣ ਮੈਨੂੰ ਪਤਾ ਨਾ ਵੀ ਮੇਰੇ ਫਲਾਣੇ ਰਿਸ਼ਤੇਦਾਰ ਆ, ਪਰ ਦੁਨੀਆਂ ਨੂੰ ਤਾਂ ਉਹ ਵੀਡੀਓ ਹੀ ਹੁੰਦਾ ਦੁਨੀਆਂ ਲਈ ਤਾਂ, ਤੇ ਜਾਂ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਰੌਲਾ ਤਾਂ ਰਿਸ਼ਤੇਦਾਰਾਂ ਦੀ ਹੈ ਨਾ, ਰੌਲਾ ਤੁਹਾਡੇ ਘਰ ਚ ਇੱਥੇ ਭਾਂਡੇ ਖੜਕਣੇ ਆ, ਨਹੀਂ ਖੜਕਦੇ ਆ ਫਿਰ? ਹਾਂ ਖੜਕਦੇ ਆ ਫਿਰ ਉਹ ਐਂ ਕਹਿੰਦੇ ਤਾਂ ਭਾਈ ਇਹਦਾ ਕੀ ਹੈ ਹੁਣ ਛੱਡੋ ਪਹਿਲਾਂ ਆਪਾਂ ਕੀ ਕਹਿੰਦੇ ਆ, ਐਂ ਕਹਿ ਕੇ ਸੰਤੁਸ਼ਟੀ ਕਰ ਲੈਂਦੇ ਨੂੰ ਕਰ ਤਾਂ ਕੁਛ ਸਕਦੇ ਨਹੀਂ। ਆਪਦੇ ਮੁੰਡੇ ਨੂੰ ਕਹਿੰਦੀ ਇਹ ਤੇ ਪਰਚਾ ਦਰਜ ਕਰਾ ਦੇ ਦਾਵਾ ਕਰਾ। ਉਹ ਕਹਿੰਦਾ ਵੀ ਉਹਦਾ ਨਾਂ ਤੇਰਾ ਨਾਂ ਲਿਆ ਉਹਨੇ ਕਦੇ ਹਨਾ, ਨਿਗਾਹ ਰੱਖਿਆ ਕਰੋ ਹਰ ਇੱਕ ਵੀਡੀਓ ਦੇਖੇ ਮਾੜਾ ਜਿਹਾ ਨਾਂ ਲਿਆ ਪਰਚਾ ਕਰਾ ਦੇ। ਦੁਨੀਆਦਾਰੀ ਹੈ ਜੀ ਬਸ। ਕਮੇਟੀ ਆ ਜਿਹੜੀ ਘਰ ਚੋ ਹੀ ਨਿਕਲਦੀ ਆ ਜੀ, ਕਮੇਟੀ ਕਿਉਂਕਿ ਘਰ ਚ ਰਹਿੰਦੇ ਆ ਘਰ ਦੀਆਂ ਗੱਲਾਂ ਬਾਤਾਂ, ਤੇ ਉਹ ਜਿਵੇਂ ਸੱਚੀ ਗੱਲ ਆ ਜੀ ਮੇਰੇ ਫਾਦਰ ਸਾਹਿਬ ਨੂੰ ਸ਼ੂਗਰ ਹੋ ਗਿਆ ਜੀ, ਉਹਨਾਂ ਦੀ ਲੱਤ ਕੱਟੀ ਗਈ ਲੱਕੜ ਦੀ ਲੱਤ ਲੱਗੀ, ਤੇ ਅਸੀਂ ਭਈਆ ਰੱਖ ਲਿਆ ਠੀਕ ਹੈ ਜੀ, ਤੇ ਭਈਆ ਕਹਿੰਦਾ ਵੀ ਸਰਦਾਰ ਕਾ ਟਾਂਗ ਕੈਸੇ ਕਾਟਾ, ਮੰਮਾ ਕਹਿੰਦਾ ਡਾਕੂ ਸੀ ਭਈਆ ਡਰ ਗਿਆ। ਮੈਂ ਕਹਿੰਦਾ ਡਾਕੇ ਮਾਰਦਾ ਹੁੰਦਾ ਸੀਗਾ ਅੰਗਰੇਜ਼ਾਂ ਮੌਕੇ ਤੇ, ਉਹ ਮੈਂ ਇਹਨੇ ਡਾਕਾ ਮਾਰ ਕੇ ਭੱਜਿਆ ਤੇ ਡਾਕੂ ਨੇ ਗੋਲੀ ਮਾਰੀ ਹੈ ਨਾ, ਪੁਲਿਸ ਵਾਲੇ ਨੇ ਗੋਲੀ ਮਾਰੀ ਮੇਰੇ, ਮੈਂ ਕਿਹਾ ਪਾਪੇ ਨੂੰ ਪਤਾ ਲੱਗ ਗਿਆ ਵੀ ਗੋਲੀ ਢਿੱਡ ਚ ਵੱਜੂ। ਹੁਣ ਗੋਲੀ ਨੂੰ ਪਤਾ ਸੀ ਵੀ ਮੈਂ ਵੱਜਣਾ, ਪਾਪਾ ਮੇਰਾ ਦਿਮਾਗੀ ਬਹੁਤ ਸੋਹਣੀ ਗੋਲੀ ਮੂਹਰੇ ਲੱਤ ਕਰੀ, ਗੋਲੀ ਵੱਜੀ ਲੱਤ ਜਿੱਠਾ ਲੱਤ ਕੱਟਣੀ ਪਈ। ਉਹ ਮੇਰੇ ਬਾਪੂ ਨੂੰ ਕਿਆ ਕਰੇ, ਸਤਿ ਸ੍ਰੀ ਅਕਾਲ ਜੀ, ਉਹ ਕਹਿੰਦਾ ਡਰਦਾ ਗਾ ਤੂੰ, ਕਹਿੰਦਾ ਤੂੰ ਡਾਕੂ ਸੀ, ਕਹਿੰਦਾ ਤੈਨੂੰ ਕੌਣ ਕਹਿੰਦਾ, ਕਹਿੰਦਾ ਤੇਰਾ ਮੁੰਡਾ ਕਹਿੰਦਾ। 2 ਮਹੀਨੇ ਡਰਦਾ ਹੀ ਰਿਹਾ ਭਈਆ ਵੀ ਇਹ ਡਾਕੂ ਆ, ਬਾਅਦ ਚ ਪਤਾ ਲੱਗਿਆ ਵੀ ਸ਼ੂਗਰ ਨਾਲ ਲੱਤ ਕੱਟੀ। ਤੁਸੀਂ ਮੈਨੂੰ ਦੱਸਤੀ ਹੁਣ ਫਰਜ਼ ਕਰੋ ਚਲੋ ਤਾਂ ਗੱਲ ਦੁਨੀਆਂ ਨੇ ਸੁਣ ਲੈਣੀ ਆ, ਜੇ ਅਸੀਂ ਕਿਸੇ ਨੂੰ ਦੱਸਿਆ ਸਾਨੂੰ ਆਹ ਸਟਾਈਲ ਚ ਅਸੀਂ ਨਹੀਂ ਦੱਸ ਸਕਦੇ, ਉਹ ਸਟਾਈਲ ਚ ਨਹੀਂ ਦੱਸ ਸਕਦੇ।
ਤੇ ਮੈਂ ਜਾਣੀ ਆ ਇਹ ਮਜ਼ਾਕ ਮਜ਼ੂਕ ਬਹੁਤ ਕਰਦਾ ਰਹਿੰਦਾ ਤੇ ਘਰ ਚੋਂ ਹੀ ਗੱਲਾਂ ਨਿਕਲਦੀਆਂ ਜੀ ਬਸ। ਤੇ ਜਿਹੜਾ ਹੁਣ ਇਹਨਾਂ ਦਾ ਹੈਗਾ ਕਰੈਕਟਰ ਉਹ ਜਿਹੜਾ ਉਹ ਟਿਪੀਕਲ ਸਟਾਈਲ ਆ ਜਿਵੇਂ ਬੋਲ ਰਹੇ ਸੀ ਜਾਂ ਹੁਣ ਜਿਵੇਂ ਜੀਜਾ ਸਾਲੀ ਵਾਲਾ ਹਾਂ ਉਹ ਜਿਹੜਾ ਉਹ ਫਿਰ ਤੁਸੀਂ ਦੱਸਿਆ ਵੀ ਤੁਸੀਂ ਐ ਥੋੜਾ ਆਇਆ ਕਰਨਾ ਕਿ ਜਮੀ ਨਹੀਂ ਨਾ ਜਮੀ ਨਹੀਂ ਦੱਸਿਆ ਇੱਕ ਵਾਰੀ ਵੀ ਮੈਨੂੰ ਦੱਸਿਆ ਆਪਣੇ ਆਪ ਹੀ ਲਾਗੀ ਨਹੀਂ ਕਰਨ ਆਪਣੇ ਆਪ ਵੀ ਜਿਵੇਂ ਹੁਣ ਉਹ ਇੱਕ ਬਰਥਡੇ ਸੀਗਾ ਜੀ ਤੇ ਜੇ ਉਹ ਬੜਾ ਮਸ਼ਹੂਰ ਹੋਇਆ ਸੀ ਬਰਥਡੇ ਇਹਦਾ ਬਰਥਡੇ ਹੁੰਦਾ ਹੈ ਨਾ ਅੱਛਾ ਇਹਨੂੰ ਕਹਿੰਦੇ ਹੈਪੀ ਬਰਥਡੇ ਟੂ ਯੂ ਨੀ ਪੁੱਟੋ ਹੈਪੀ ਹੈਪੀ ਬਰਥਡੇ ਟੂ ਯੂ ਨੀ ਪੁੱਟੋ ਹੈਪੀ ਹੈਪੀ ਬੋਲੂਗੀ ਆਹ ਮੇਰਾ ਫੇਸ ਦਾ ਐਕਸਪ੍ਰੈਸ਼ਨ ਹੋਣਗੇ ਵੀ ਮੇਰੇ ਤੇ ਆਹ ਚੀਜ਼ ਹੀ ਜਚਨੀ ਆ ਮਤਲਬ ਜਿਦਾਂ ਹੀ ਕਰਦੇ ਆ ਓਦਾਂ ਕਰਨ ਦੀ ਮੈਂ ਕੋਸ਼ਿਸ਼ ਕੀਤੀ ਆ ਬਸ ਤੇ ਬਾਕੀ ਦੇਸੀ ਪਿੰਡਾਂ ਵਾਲੀਆਂ ਬੁੜੀਆਂ ਜਿਵੇਂ ਕਰਦੀਆਂ ਪਿੰਡਾਂ ਚ ਆਮ ਹੀ ਇਹ ਗੱਲਾਂ ਬਾਤਾਂ ਚੱਲਦੀਆਂ ਜੀ ਤੇ ਉਹ ਪਸੰਦ ਤਾਂ ਹੀ ਲੋਕਾਂ ਨੇ ਇਹਨੂੰ ਵੀ ਮਤਲਬ ਉਹ ਕਰ ਲਿਆ ਜੀ ਵਧੀਆ ਐਕਸੈਪਟ ਕਰ ਲਿਆ ਜਿਹੜੀ ਆਪਾਂ ਦੇਸੀ ਭਾਸ਼ਾ ਬੋਲਦੇ ਆ ਨਾ ਠੇਠ ਉਹ ਲਾਈਕ ਕਰਦੇ ਆ ਬਾਕੀ ਆਪਣਾ ਏਰੀਆ ਇੱਕ ਤੁਸੀਂ ਮਾਲਵੇ ਦੇ ਉਹ ਵੀ ਫਰਕ ਪੈਂਦਾ ਜਿਵੇਂ ਤੁਸੀਂ ਉਹ ਪਹਿਲਾਂ ਉਹ ਗੱਲ ਮੈਨੂੰ ਲੱਗਦਾ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਜਿਵੇਂ ਤੁਸੀਂ ਦੱਸਦੇ ਸੀ ਵੀ ਜਿਹੜੇ ਕਈ ਸ਼ਬਦ ਨੇ ਉਹ ਸਾਡੇ ਐਂ ਬੋਲੇ ਜਾਂਦੇ ਪਰ ਉਹ ਲੁਪਤ ਹੋ ਗਏ ਹੌਲੀ ਹੌਲੀ ਬਦਲ ਗਏ ਹਾਂ ਬਦਲ ਗਏ ਹੌਲੀ ਹੌਲੀ ਜਿਵੇਂ ਆਪਾਂ ਪਹਿਲਾਂ ਕਹਿੰਦੇ ਸਤਿ ਸ੍ਰੀ ਅਕਾਲ ਹੁਣ ਦੇਖ ਲੋ ਸਤਿ ਸ਼੍ਰੀ ਅਕਾਲ ਫਰਕ ਕਿੰਨਾ ਪੈ ਗਿਆ ਹਨਾ ਮੈਂ ਮਾਝੇ ਵਾਲੇ ਕਹਿੰਦੇ ਉਹ ਕਹਿੰਦੇ ਯਾਰ ਤੂੰ ਵੀ ਕਿੱਥੋਂ ਆ ਮਾਝੇ ਦੀ ਮੈਂ ਡਿੱਟੋ ਬੋਲ ਲੈਣਾ ਮਤਲਬ ਮਾਝੇ ਵਾਲੀ ਸਾਰੀ ਭਾਸ਼ਾ ਹਾਂ ਉਹ ਮੈਂ ਭਾ ਕਹਿਣ ਡਿਆ ਹਾਂ ਤੇ ਮੈਂ ਫੋਨ ਕਰਨ ਡਿਆ ਹਾਂ ਤਾਂ ਗਾੜੀਓ ਕੂੰਦਾ ਕੋ ਨਹੀਂ ਬੋਲ ਚਾਲ ਨੀ ਤੇ ਮਾਝੇ ਵਾਲੇ ਕਹਿੰਦੇ ਆ ਭਾ ਮੇਰਾ ਤਾਂ ਉਹਦੇ ਨਾਲ ਕੋਣ ਸਹਿਣ ਕੋ ਨੀ ਗਏ ਕੋਈ ਹੋਰ ਆ ਆਪਾਂ ਕਰ ਲਈਏ ਕੋਈ ਤੁਸੀਂ ਕਰੋ ਕੋਈ ਆਪਦੀ ਕਮੇਡੀ ਤਾਂ ਬਿਲਕੁਲ ਹੋਰ ਸੁਣਾ ਦੇ ਕੋਈ ਗੱਲਬਾਤ ਜਦੋਂ ਮੈਂ ਕੈਨੇਡਾ ਗਿਆ ਏਅਰਪੋਰਟ ਤੇ ਉਤਰਿਆ ਮੈਨੂੰ ਮੇਮ ਦੇਖ ਕੇ ਕਹਿੰਦੀ ਮੈਂ ਕਿਹਾ ਭਾਨਾ ਸਿਆ ਬਣ ਗਈ ਗੱਲ ਓਏ ਸੋਡਲਾ ਤੇਰੇ ਵੀਡੀਓ ਨੂੰ ਅੰਗਰੇਜ਼ ਵੀ ਦੇਖਦੇ ਮੈਂ ਕਿਹਾ ਐ ਉਹ ਮੈਨੂੰ ਫੇਰ ਕਹਿੰਦੀ ਐ ਮੈਂ ਕਿਹਾ ਇਹਨਾਂ ਨੂੰ ਬੱਬੂ ਕੋਲੇ ਖੜਾ ਸੀ ਕੰਨ ਤੇ ਲਫੇੜਾ ਮੈਂ ਰਿਹਾ ਕਹਿੰਦਾ ਜਾਣ ਦੀ ਜੂਣ ਦੀ ਕੋਈ ਨੀ ਇੱਥੇ ਫਿੰਗਰ ਪ੍ਰਿੰਟ ਨੂੰ ਅੰਗੂਠਾ ਜਾ ਲਾ ਫਿਰ ਕੀ ਹੋਇਆ ਪੁੱਠੋ ਮੈਨੂੰ ਉਹਨਾਂ ਨੇ ਹੋਟਲ ਲੈ ਤਾ ਕਹਿੰਦਾ ਵੀ ਲੈ ਭਾਨੇ ਇੱਥੇ ਰਹਿ ਤੇ ਜਦੋਂ ਆਉਣਾ ਹੋਇਆ ਨਾ ਤੇ ਅਸੀਂ ਥੱਲੇ ਆ ਤੇ ਕਾਰਡ ਲਾ ਲਈ ਮੈਂ ਨਹਾਤਾ ਧੋਤਾ ਕਾਰਡ ਲਾਇਆ ਗੇਟ ਖੁੱਲਿਆ ਨਾ ਮੈਂ ਫੋਨ ਕਰਿਆ ਮੈਂ ਕਿਹਾ ਬੱਬੂ ਗੇਟ ਨਹੀਂ ਖੁੱਲ ਰਿਹਾ ਕਹਿੰਦਾ ਭਾਨੇ ਕਾਰਡ ਟਕਾ ਕੇ ਲਾ ਫੋਟੋ ਕਾਰਡ ਟਕਾ ਕੇ ਲਾਇਆ ਗੇਟ ਫੇਰ ਨਾ ਖੁੱਲੇ ਮੈਂ ਫੇਰ ਬੱਬੂ ਨੂੰ ਫੋਨ ਲਾਇਆ ਮੈਂ ਕਿਹਾ ਬੱਬੂ ਗੇਟ ਨੀ ਖੁੱਲ ਰਿਹਾ ਕਹਿੰਦਾ ਭਾਨੇ ਕਾਰਡ ਟਕਾ ਕੇ ਲਿਆ ਪੂਠੇ ਪਰਮਾਤਮਾ ਦੀ ਕਸਮ ਕਾਰਡ ਟੀਸੀ ਤੱਕ ਕਰ ਲਿਆ ਕੱਲ ਖੋਲਿਆ ਗੇਟ ਲਾ ਕੇ ਤੋ ਨਾ ਗੇਟ ਖੁੱਲਿਆ ਮੈਂ ਕਿਹਾ ਬੱਬੂ ਗੇਟ ਨੀ ਖੁੱਲ ਰਿਹਾ ਕਹਿੰਦਾ ਗੇਟ ਨੂੰ ਛੱਡ ਐ ਬੋਲਦਾ ਮੈਂ ਕਿਹਾ 18 ਦਾ ਮੈਂ ਕਾਰਡ ਲਾ ਲਿਆ ਕਹਿੰਦਾ ਕਾਹਦੇ ਮੈਂ ਕਿਹਾ ਭੁੱਕੀ ਦੇ ਕਹਿੰਦਾ ਭੁੱਕੀ ਦੇ ਕਾਰਡ ਨੀ ਕਾਰਡ ਗੇਟ ਨਾ ਲਾ ਮੈਂ ਕਿਹਾ ਸਾਡੇ ਤਾਂ ਕਾਰਡ ਭੁੱਕੀ ਵਾਲੇ ਨੂੰ ਕਹਿੰਦੇ ਫਿਰ ਮੈਨੂੰ ਕਹਿੰਦਾ ਵੀ ਨਸ਼ੇ ਪਾਣੇ ਖਾਣੇ ਹਾਨੀਕਾਰਕ ਇਹਨਾਂ ਨੂੰ ਛੱਡ ਡਾਕਟਰ ਕੋਲੇ ਲੈ ਗਏ ਡਾਕਟਰ ਕਹਿੰਦਾ ਭਾਨੇ ਕਿੰਨੇ ਕਾਰਡ ਲਾ ਲੈਣੇ ਮੈਂ 10-12 ਲਾ ਲੈਣੇ ਕਹਿੰਦਾ ਕਾਰਡ ਘਟਾ ਇੱਕ ਅੱਧਾ ਹੀ ਲਾ ਮੈਂ ਕਿਹਾ ਜੀ ਠੀਕ ਹੈ ਮੈਂ 10-15 ਦਿਨ ਫਿਰਦਾ ਰਿਹਾ ਬੱਬੂ ਕਹਿੰਦਾ ਯਾਰ ਤੂੰ ਕਮਾਲ ਦੀ ਗੱਲ ਹੈ ਵੀ 10-12 ਕਾਰਡ ਲਾਉਂਦਾ ਹੁਣ ਸੌਂਕ ਆ ਕਿੰਨੇ ਲਾਉਣਾ ਮੈਂ ਕਿਹਾ ਇੱਕ ਪਰ ਲਾਉਣਾ ਵਿਆਹ ਵਾਲਾ ਹੈ ਵੱਡਾ ਹੁਣ ਇਹ ਗੱਲ ਕਾਰਡ ਜਿਵੇਂ ਤੁਸੀਂ ਵਿੱਚ ਬੋਲ ਵੀ ਗਏ ਵੀ ਨਸ਼ਾ ਹਾਨੀਕਾਰਕ ਉਸਨੂੰ ਪਤਾ ਹੈਗਾ ਵੀ ਅਸੀਂ ਕਿੱਥੇ ਕਿਹੜੀ ਚੀਜ਼ ਮੈਨੇਜ ਕਰਨੀ ਕਿਉਂਕਿ ਦਿੱਕਤਾਂ ਆ ਜਾਂਦੀਆਂ ਖਾਸ ਕਰਕੇ ਪੱਤਰਕਾਰ ਤਾਂ ਵਾਲੀ ਗੱਲ ਚੱਕਦੇ ਆ ਸਾਡੇ ਵਾਲੇ ਤਾਂ ਸਾਡੇ ਵਾਲਾ ਮਹਿਕਮਾ ਤਾਂ ਬਹੁਤ ਗਰਮ ਹੁੰਦਾ ਇਹਦੀ ਗੱਲ ਤੇ ਤਾਂ ਹੁਣ ਜਿਹੜੇ ਕਈ ਵਾਰੀ ਜਿਵੇਂ ਹੁਣ ਪਿੱਛੇ ਜੇ ਕੋਈ ਫਿਲਮ ਆਈ ਸੀ ਉਸ ਨੂੰ ਲੈ ਕੇ ਵਿਵਾਦ ਹੋ ਗਿਆ ਕਿਸੇ ਭਾਈਚਾਰੇ ਨੂੰ ਮਤਲਬ ਠੇਸ ਪਹੁੰਚੀ ਜਾਂ ਉਹ ਫਿਰ ਉਹ ਕਿਵੇਂ ਤਾਲਮੇਲ ਬਿਠਾਉਣੇ ਗੱਲ ਦਾ
मैं एक गल रतन भाई थोड़े राही सारे दसदा भी जेड़ा साडा काम हसाउणा ना कि किसी का दिल दिखाउणा पर करैक्टर ओही फिलमाए जाणगे जेडे दुनियादारी हैना मतलब असि हुण कोई एलियन दा तां बना नहीं सकदे जेडे ओह होर ग्रह वाले भी ओह दिखाईए हैना जेड़ियां मतलब दुनिया च चीजां विचरदियां ओही दिखाईआं जांदियां हैना ते पर पता नहीं क्यों हां एक लिमिट ते एक दायरे च रह के भी जेड़ा कोई किसे नूं ना लगे वो दायरे तो बाहर नहीं जाना चाहिए ते साडा काम हसाउणा सी मैसेज भी दिंदे आ हर एक वीडियो च ते असी कोई जात पात मैं तो यही मानदा भी एको ही जात आ इंसानियत दी है ना जी ते ਉਹ ਤੇ ਅਸੀਂ ਵਾਰ ਕਰਾ ਰਹੇ ਕੋਈ ਵੀ ਬੰਦਾ ਇੱਕ ਵੀ ਉੱਠ ਕੇ ਕਹਿ ਦੇ ਵੀ ਕੋਈ ਮੈਨੂੰ ਮਿਲਣ ਆਇਆ ਹੋਵੇ ਮੇਰਾ ਫੋਟੋ ਨਾ ਖਿਚਾਈ ਹੋਵੇ ਜਾਂ ਮੈਂ ਘਰੇ ਹੋਵਾਂ ਤੇ ਘਰੋਂ ਮੈਂ ਉਹਨੂੰ ਉਦਾਂ ਹੀ ਮੋੜਿਆ ਹੋਵੇ ਚਾਹੇ ਕੋਈ ਮਤਲਬ ਹਰੇਕ ਨੂੰ ਸਤਿਕਾਰ ਦੇਈਦਾ ਜਿਵੇਂ ਸਿੱਧੂ ਕੋਲੇ ਸੀਗਾ ਜਿਹੜਾ ਜਾਂਦਾ ਸੀ ਸਤਿਕਾਰ ਦਿੰਦਾ ਸੀ ਹਨਾ ਤੇ ਏਦਾਂ ਹੀ ਅਸੀਂ ਉਹਨੂੰ ਵੀ ਉਹਨੂੰ ਦੇਖ ਕੇ ਵੀ ਸਿੱਖਿਆ ਤੇ ਸਾਡਾ ਵੀ ਹੈ ਵੀ ਜਿਹੜਾ ਆਉਂਦਾ ਇਹ ਨੀ ਗੱਲ ਵੀ ਇਹ ਅਮੀਰ ਆ ਤੇ ਇਹਨੂੰ ਜੱਫੀਆਂ ਪਾ ਕੇ ਮਿਲੋ ਤੇ ਆਹ ਗਰੀਬ ਆ ਤੇ ਇਹਨੂੰ ਨਾ ਮਿਲੋ ਸਭ ਨੂੰ ਮਿਲੀਦਾ ਜੀ ਜਿਹੜਾ ਵੀ ਆਉਂਦਾ ਜੀ ਬਿਲਕੁਲ ਜੀ ਤੇ ਇੱਕ ਜਿਵੇਂ ਹੁਣ ਆਹ ਸਾਰਾ ਕੁਛ ਸਮਾਜ ਦੇ ਵਿੱਚ ਚੱਲਦਾ ਗਾ ਵੀ ਐ ਪਰਚਾ ਹੋ ਜਾਂਦਾ ਜਾਂ ਉਹੋ ਜਿਹੀ ਦਿੱਕਤ ਤੁਹਾਨੂੰ ਕਦੇ ਫੇਸ ਕਰਨੀ ਪਈ ਕਰਨੀ ਪਈ ਹੈ ਪਈ ਹੈ ਤੁਹਾਨੂੰ ਕਰਨੀ ਪਈ ਹੈ ਜੀ ਹਾਂਜੀ ਕਰਨੀ ਇਹ ਪਈ ਹੈ ਜੀ ਮਤਲਬ ਇੱਕ ਦੋ ਥਾਵਾਂ ਤੇ ਵੀ ਜਾਂ ਤਾਂ ਪੈਸੇ ਦੇ ਕਿਵੇਂ ਮਤਲਬ ਨਹੀਂ ਪੈਸੇ ਦੇ ਨਹੀਂ ਤੇਰੇ ਤੇ ਪਰਚਾ ਕਰਾਵਾਂਗੇ ਅੱਛਾ ਵੀ ਤੂੰ ਇੱਥੇ ਗਲਤ ਆ ਹਾਂ ਵੀ ਤੂੰ ਇਹ ਉਹਨੂੰ ਬਲੈਕਮੇਲ ਟਾਈਪ ਆਪਾਂ ਏਸੀ ਬੰਦ ਕਰ ਦਈਏ ਮੜਾ ਜਿਹਾ ਠੰਡ ਲੱਗਣ ਲੱਗੀ ਬਈ ਮੈਂ ਤਾਂ ਲੱਗ ਗਈ ਥੋੜੀ ਹਾਂ ਲੱਗ ਗਈ ਫਿਰ ਦੱਸੋ ਫਿਰ ਅਸੀਂ ਤਾਂ ਰਤਨ ਧਾਲੀਵਾਲ ਤੋਂ ਡਰਦੇ ਨਹੀਂ ਨਾ ਫਿਰ ਮੈਂ ਕਹਿ ਦਿੱਤਾ ਵੀ ਦੱਸ ਦੋ ਹਾਂਜੀ ਹਾਂਜੀ ਤੇ ਉਹ ਮਤਲਬ ਪਤਾ ਨੀ ਕਿਉਂ ਆ ਵੀ ਸਾਨੂੰ ਪੈਸੇ ਦਿਓ ਤੇ ਨਹੀਂ ਅਸੀਂ ਤੁਹਾਡੇ ਫਰਕ ਲਾ ਆਵਾਜ਼ ਉਠਾਵਾਂਗੇ ਹਨਾ ਤੇ ਇਸ ਗੱਲ ਦਾ ਦੁੱਖ ਹੈ ਵੀ ਕਿਉਂਕਿ ਸਾਡੀ ਜਿਹੜੀ ਇਨਕਮ ਆ ਕੋਈ ਬਾਹਲੀ ਵੱਡੀ ਨੀ ਹੈਗੀ ਸਾਡੇ ਖਰਚੇ ਜ਼ਰੂਰ ਚੱਲਦੇ ਆ ਮਤਲਬ ਜੇ ਅਸੀਂ ਕਹਿ ਦਈਏ ਵੀ ਅਸੀਂ ਪਿੱਛੇ ਬਹੁਤ ਕੁਛ ਬਣਾਈ ਜਾਂਦੇ ਹਾਂ ਸਾਡੇ ਖਰਚੇ ਜ਼ਰੂਰ ਚੱਲਦੇ ਆ ਜੇ ਹੁਣ ਬੰਦਾ ਕਹਿੰਦਾ ਜੀ ਤੁਸੀਂ ਤਾਂ ਗੱਡੀ ਫੋਰਚੂਨਰ ਲਈ ਫਿਰਦੇ ਆ ਤੇ ਤੁਹਾਡੇ ਕੋਲ ਆਏ ਆ ਫਲਾਨਾ ਤੇ ਉਹ ਅਸੀਂ ਘਰੋਂ ਹੀ ਲੈਂਦੇ ਹਾਂ ਮਤਲਬ ਘਰੋਂ ਆ ਜਾਂ ਚਲ ਟੂਲ ਟਾਰ ਲੱਗ ਜਾਂਦੇ ਆਪਦਾ ਉਹ ਚੱਲੀ ਜਾਂਦਾ ਹਨਾ ਪਰ ਇਹ ਨੀ ਵੀ ਮੋਟੀ ਇਨਕਮ ਆ ਤੇ ਉਹ ਪਾਸੇ ਵਾਲੇ ਨੂੰ ਕਹਿੰਦਾ ਯਾਰ ਤੂੰ ਸਾਡੇ ਬਾਰੇ ਬੋਲਦਾ ਐ ਕਰਕੇ ਤੂੰ ਪੈਸੇ ਦੇ ਤੇ ਇਹ ਵੀ ਆਉਂਦਾ ਪਰ ਮੈਨੂੰ ਸਾਰੇ ਪੰਜਾਬ ਚ ਸਾਰੇ ਹੀ ਪਿਆਰ ਕਰਦੇ ਆ ਕਦੇ ਮੇਰੇ ਨਾਲ ਕਦੇ ਕਿਸੇ ਨਾਲ ਨੀ ਉੱਕਾ ਦੁੱਕਾ ਬੰਦਾ ਹੁੰਦੇ ਆ ਜੀ ਸਾਰੀ ਦੁਨੀਆਂ ਚ ਉਹ ਚੱਲਦੇ ਹੀ ਰਹਿਣਾ ਫੋਨ ਫਾਨ ਲਾ ਲੈਂਦੇ ਆ ਉਵੇਂ ਜੀ 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 ਮਤਲਬ ਹੋਈਆਂ ਉਹ ਪਰੇਸ਼ਾਨੀਆਂ ਹੋਈਆਂ ਜੀ ਇੱਕ ਮੇਰੀ ਇਹ ਵੀ ਮੈਂ ਫੋਨ ਮੇਰਾ ਸਾਰੀ ਦੁਨੀਆਂ ਨੂੰ ਪਤਾ ਮੇਰੇ ਨੰਬਰ ਦਾ ਤੇ ਮੈਂ ਚੱਕਦਾ ਵੀ ਆਪ ਹੀ ਹੈ ਹੁਣ ਕਈ ਤਾਂ ਆਪ ਚੱਕ ਕੇ ਕਹਿੰਦੇ ਮੈਨੇਜਰ ਬੋਲਦੇ ਆ ਮੇਰੀ ਤਾਂ ਆਵਾਜ਼ ਪਛਾਣ ਲੈਂਦੇ ਹੋਣਗੇ ਇਹ ਬੜਾ ਮੈਂ 5-7 ਵਾਰੀ ਇਹ ਕਰਕੇ ਪਰ ਤੁਸੀਂ ਕਰ ਸਕਦੇ ਹੋ ਹਾਂ ਆਵਾਜ਼ ਬਦਲ ਸਕਦੇ ਹੋ ਆਵਾਜ਼ ਬਦਲ ਪਰ ਪਛਾਣ ਲੈਂਦੇ ਆ ਫਿਰ ਵੀ ਕਿਤੇ ਦਿਲ ਚ ਬੜੀ ਇੱਕ ਨੂੰ ਮੈਂ ਕਿਹਾ ਹਾਂ ਮਾਂ ਭਾਂਡੇ ਦਾ ਪਾਪਾ ਬੋਲਣਾ ਕੀ ਗੱਲ ਕਰਨੀ ਆ ਕਹਿੰਦਾ ਤੂੰ ਭਾਂਡੇ ਬਜ਼ੁਰਗ ਮਿਲਿਆ ਉਹਦਾ ਗੱਲ ਸੋਨੇ ਦਾ ਬਈ ਤੇਰਾ ਵੀਡੀਓ ਵਧੀਆ ਹੁੰਦਾ ਆ ਵਧੀਆ ਹੁੰਦਾ ਆ ਬੁੜੀ ਜੇ ਬਣ ਕੇ ਵਧੀਆ ਖਾਜਾਂ ਚੋ ਕਹਿੰਦਾ ਮੈਂ ਕਿਹਾ ਤੈਨੂੰ ਪਸੰਦ ਆ ਨਾ ਬੁਰੀ ਵਾਲਾ ਵੀ ਵਧੀਆ ਹੁੰਦਾ ਆ ਕੋਈ ਇਹੋ ਜਿਹੀ ਗੱਲ ਨੀ ਮੈਂ ਕਿਹਾ ਦੱਸ ਬਾਪੂ ਤੇਰੇ ਕੋਲੇ ਪਿਆਰ ਨਾ ਤੂੰ ਮੈਨੂੰ ਐਂ ਕਹਿ ਦੁਨੀਆਦਾਰੀ ਆ ਜੀ ਬਹੁਤ ਦੁਨੀਆਦਾਰੀ ਚ ਚੰਗੇ ਵੀ ਮਿਲਦੇ ਆ ਮਾੜੇ ਵੀ ਮਿਲਦੇ ਆ ਤੇ ਪਰ ਜਮਾਨਾ ਬਹੁਤ ਚੇਂਜ ਹੋ ਗਿਆ ਸੀਡੀ ਤੋਂ ਲੈ ਕੇ ਹੁਣ ਤੱਕ ਹਨਾ ਤੁਸੀਂ ਉਹ ਦੇਖਿਆ ਤੁਸੀਂ ਉਹ ਵੀ ਤੁਹਾਡਾ ਤਾਂ ਉਹ ਵੀ ਗੋਲਡਨ ਪੀਰੀਅਡ ਸੀ ਸੁਨਹਿਰੀ ਦਿਨ ਸੀ ਸੀਡੀਆਂ ਬਹੁਤ ਵਿਕੀਆਂ ਸੀ ਅੱਜ ਵੀ ਤੁਸੀਂ ਕਦੇ ਗੋਇਲ ਵਾਲਿਆਂ ਨੂੰ ਪੁੱਛ ਲਓ ਜੀ ਅਸੀਂ ਜਦੋਂ ਰਿਕਾਰਡ ਕਰਨ ਲੱਗੇ ਤੇ ਸੀਡੀ ਫੜਾਉਣ ਲੱਗੇ ਤੇ ਸੀਡੀ ਟੁੱਟ ਗਈ ਉਹ ਗਾਣਾ ਸੀਗਾ ਵੀ ਨਾ ਕਿਸੇ ਨੂੰ ਕਾਰਡ ਦਿੱਤਾ ਨਾ ਕਿਸੇ ਨੂੰ ਘਰੇ ਬੁਲਾਇਆ 3 ਦਿਨਾਂ ਵਿੱਚ 5 ਬੱਚਿਆਂ ਦਾ ਬਾਪੂ ਬਣ ਕੇ ਬਹਿ ਗਿਆ ਮੈਂ ਪੁੱਠਾ ਪੰਗਾ ਲੈ ਰਿਹਾ ਇੱਕ ਕੀੜਾ ਸੀਗਾ ਲੀੜਾ ਦਿੱਤਾ ਨੀ ਸੀ ਨੀਕਰਾਂ ਬਣਾਉਣ ਵਾਸਤੇ ਤੇ ਉਹ ਸੀਡੀ ਟੁੱਟ ਗਈ ਤੇ ਗੋਇਲ ਸਾਹਿਬ ਆਪ ਸੀਗੇ ਤੇ ਮੈਂ ਕਿਹਾ ਜੀ ਸੀਡੀ ਟੁੱਟ ਗਈ ਕਹਿੰਦਾ ਇੱਕ ਡੱਬਾ ਬਰਫੀ ਕਾ ਲਿਆ ਕੇ ਵੀ ਬਾਂਟੋ ਮੈਂ ਕਿਹਾ ਕਹਿੰਦਾ ਆਪ ਕਿਨੇ ਤਾਂ ਪਹਿਲੇ ਹੀ ਰਿਕਾਰਡ ਤੋੜ ਦਈਏ ਤੇ ਉਹ ਸੱਚੀ ਗੱਲ ਰਿਕਾਰਡ ਟੁੱਟੇ ਜੀ ਇੰਨੀ ਵਿਕੀ ਉਹ ਸੀਡੀ ਅੱਜ ਤੱਕ ਵੀ ਇਵੇਂ ਹੀ ਧਰਮਪ੍ਰੀਤ ਨਾਲ ਹੋਇਆ ਸੀ ਕਿਤੇ ਗੋਇਲ ਸਾਹਿਬ ਨੂੰ ਤੁਹਾਨੂੰ ਮਿਲਣ ਦਾ ਮੌਕਾ ਮਿਲੇ ਤਾਂ ਧਰਮਪ੍ਰੀਤ ਦੀਆਂ ਸੀਡੀਆਂ ਖਿਲਰ ਗਈਆਂ ਸੀ ਕਹਿੰਦੇ ਉਹ ਡੱਬਾ ਜਦੋਂ ਆਇਆ ਸੀਗਾ ਤੇ ਕੈਸਟਾਂ ਦਾ ਤੇ ਉਹ ਵੀ ਇੰਨਾ ਚੱਲਿਆ ਸੀਗਾ ਜੀ ਤੇ ਮਤਲਬ ਉਦੋਂ ਐਂ ਸੀ ਵੀ ਕੁਐਟ ਕਰ ਦਿੰਦੇ ਟੀਵੀ ਤੇ ਆਵਾਂਗੇ ਗੱਲਾਂ ਇੰਨਾ ਹੀ ਹੁੰਦਾ ਇੰਨਾ ਹੀ ਹੁੰਦਾ ਪਹਿਲਾਂ ਤਾਂ ਹੀ ਹੁੰਦਾ
ਸਭ ਨੂੰ ਹੀ ਲਸ਼ਕਾਰੇ ਚ ਜਾਂਦੇ ਜੀ ਤੇ ਲਸ਼ਕਾਰੇ ਗਏ ਤੁਸੀਂ ਬਹੁਤ ਗਏ ਲਸ਼ਕਾਰੇ ਚ ਬਹੁਤ ਜਾਂਦਾ ਰਹੀ ਤੇ ਉਹ ਮੈਂ ਸਕੈਟ ਜੀ ਕਰਕੇ ਉਹ 370 ਦਾ ਚੈੱਕ ਦੇ ਦਿੰਦੇ ਸੀ ਉਹ ਕਦੇ ਪਾਸ ਹੋਇਆ ਨੀ ਸੀ ਪਾਸ ਨੀ ਸੀ ਹੋਇਆ ਪਰ ਐਂ ਹੋ ਜਾਂਦਾ ਵੀ ਚੱਲ ਚੈੱਕ ਮਿਲ ਗਿਆ ਵੱਖ ਕਰਾਂਗੇ ਜੀ ਕੁਛ ਮਤਲਬ ਅਲੱਗ ਅਲੱਗ ਚੀਜ਼ਾਂ ਲੈ ਕੇ ਆਵਾਂਗੇ ਜੀ ਜਿਹਨਾਂ ਚ ਮੈਸੇਜ ਵੀ ਹੋਣ ਪਰ ਇੱਕ ਗੱਲ ਹੋਰ ਹੈ ਰਤਨ ਬਾਈ ਵੀ ਬਾਹਲੀਆਂ ਮੈਸੇਜ ਵਾਲੀਆਂ ਚੀਜ਼ਾਂ ਨੀ ਲੋਕ ਦੇਖਦੇ ਇੱਥੇ ਜੇ ਤੁਸੀਂ ਕਿਸੇ ਨੂੰ ਗਿਆਨ ਵੰਡੋ ਨਾ ਅਗਲਾ ਕਹਿੰਦਾ ਵੀ ਨਹੀਂ ਸਾਨੂੰ ਪਹਿਲਾਂ ਹੀ ਗਿਆਨ ਹੈ ਤੇ ਥੋੜੀਆਂ ਜਿਹੀਆਂ ਓਦਾਂ ਟੈਪ ਜਿਹੀਆਂ ਕਰਦੇ ਆ ਪਰ ਅਸੀਂ ਘੱਟ ਖਾ ਲਾਂਗੇ ਇਹ ਨੀ ਕਰਾਂਗੇ ਕਿਤੇ ਵੀ ਕੋਈ ਦੋ ਵਿਊ ਲੈਣ ਦੀ ਖਾਤਰ ਕੋਈ ਓਦਾਂ ਦਾ ਵੀਡੀਓ ਬਣਾ ਦਿਆਂਗੇ ਹੁਣ ਕੰਪੀਟੀਸ਼ਨ ਦਾ ਕਿਵੇਂ ਲੱਗਦਾ ਹੁਣ ਕੰਪੀਟੀਸ਼ਨ ਬਹੁਤ ਹੈ ਜੀ ਹੈਗਾ ਹਾਂ ਹੈਗਾ ਜੀ ਹੈਗਾ ਜੇ ਹੁਣ ਆਪਾਂ ਗੱਲ ਕਰੀਏ ਵੀ ਅਸੀਂ ਇਕੱਲੇ ਫੀਲਡ ਚ ਜਾਂ ਦੂਜਾ ਨਹੀਂ ਹੁਣ ਤਾਂ ਤੁਸੀਂ ਮਾੜਾ ਜਿਹਾ ਖਾਲੀ ਛੱਡੋ ਸਹੀ ਦੂਜਾ ਤਿਆਰ ਬੈਠਾ ਅੱਗੇ ਹੁਣ ਹਾਂਜੀ ਤੇ ਹੁਣ ਜਿਵੇਂ ਅਸੀਂ 5 ਮਹੀਨੇ ਬਾਅਦ ਸਾਡੇ ਵੀਡੀਓ ਪੈਣ ਲੱਗਣੇ ਕਿਉਂਕਿ ਭਾਨਾ ਪਹਿਲਾਂ ਆਸਟ੍ਰੇਲੀਆ ਗਿਆ ਵਾ ਸੀਗਾ ਆ ਕੇ ਉਹ ਮਹੀਨਾ ਉਧਰ ਲਾ ਕੇ ਆਇਆ ਮਹੀਨਾ ਉਹਨੂੰ ਪ੍ਰੋਬਲਮ ਪੈ ਗਈ ਸੀਗੀ ਜੇਲ ਜਾਣਾ ਪੈ ਗਿਆ ਤੇ ਉਦੋਂ ਉਹ ਬਾਹਰ ਆਇਆ ਤੇ 3 ਮਹੀਨੇ ਮੈਂ ਬਾਹਰ ਚਲਿਆ ਗਿਆ ਜੀ 5 ਮਹੀਨੇ ਦਾ ਗਾਇਬ ਆ ਹੁਣ ਉਹਦੇ ਭਰਨ ਲਈ ਮਤਲਬ ਮਿਹਨਤ ਕਰਾਂਗੇ ਚੰਗੇ ਵਧੀਆ ਤਰੀਕੇ ਨਾਲ ਜੀ ਬਾਕੀ ਫਲ ਵਾਹਿਗੁਰੂ ਨੇ ਲਾਉਣਾ ਜਾਂ ਦਰਸ਼ਕਾਂ ਨੇ ਦੇਖਣ ਵਾਲਿਆਂ ਨੇ ਟੀਮ ਤੁਹਾਡੀ ਉਹ ਵੀ ਹਾਂ ਟੀਮ ਹੋਈ ਹੈ ਜੀ ਉਵੇਂ ਰੱਖਣਾਗਾ ਟੀਮ ਉਵੇਂ ਰੱਖਾਂਗੇ ਜੀ ਪਤਾ ਕੀ ਆ ਜੀ ਸਾਡੇ ਥੋੜਾ ਜਿਹਾ ਲੋਕਾਂ ਚ ਵੀ ਇਹ ਉੱਡ ਗਏ ਇੱਥੋਂ ਵੀ ਦੱਸਦਾ ਵੀ ਇਹਨਾਂ ਚ ਫਰਕ ਪੈ ਗਿਆ ਉਹ ਪੈ ਗਿਆ ਐ ਪੈ ਗਿਆ ਬਹੁਤ ਉੱਡ ਗਿਆ ਸੀਗਾ ਗੱਲਾਂ ਚ ਗੁੱਸੇ ਗਿਲੇ ਹੁੰਦੇ ਰਹਿੰਦੇ ਆ ਸਭ ਚਲੋ ਤਾਂ ਚੱਲਣਾ ਹੀ ਆ ਪਰ ਜੇ ਤੁਸੀਂ ਉਸੇ ਗੁੱਸੇ ਗਿਲਿਆਂ ਨੂੰ ਲੈ ਕੇ ਕਹਿ ਦੋ ਵੀ ਨਹੀਂ ਯਾਰ ਮਤਲਬ ਹੰਕਾਰ ਲੈ ਕੇ ਬਹਿ ਜਾਓ ਤਾਂ ਖੜ ਜਾਂਦਾ ਕੰਮ ਪਰ ਜੇ ਤੁਸੀਂ ਇੱਕ ਦੂਜੇ ਨਾਲ ਜੇ ਕਿਤੇ ਕੋਈ ਜਿੱਥੇ ਗਲਤੀ ਉਹ ਬਹਿ ਕੇ ਕੱਢ ਲਈ ਤਾਂ ਕੋਈ ਫਰਕ ਨੀ ਹੈ ਵੀ ਮੈਨੂੰ ਮੈਂ ਉਹਨਾਂ ਨੂੰ ਜਾ ਕੇ ਦੱਸਤਾ ਵੀ ਆਹ ਪ੍ਰੋਬਲਮ ਹੈ ਉਹ ਕਹਿੰਦੇ ਓਕੇ ਅੱਗੇ ਤੋਂ ਆਪਾਂ ਪ੍ਰੋਬਲਮ ਨੀ ਆਪਾਂ ਐ ਨੀ ਕਰਦੇ ਜਦੋਂ ਤੁਸੀਂ ਇਕੱਠੇ ਨੇ ਕੰਮ ਕਰਨਾ ਹੋਵੇ ਦੋਨਾਂ ਤਰ੍ਹਾਂ ਨੇ ਤੇ ਅਸੀਂ ਸਾਡੇ ਇਕੱਠੇ ਗੁੱਸੇ ਗਿਲ ਤੋਂ ਬਣਾ ਤਾਂ ਲਾਈਫ ਵਧੀਆ ਨੀ ਨਾ ਵਧੀਆ ਫਿਰ ਜੇ ਸਾਰਾ ਕੁਝ ਸਾਰਾ ਵਧੀਆ ਵਧੀਆ ਫਿਰ ਉਵੇਂ ਵੀ ਗੱਲ ਬਣਦੀ ਹਾਂ ਬਾਕੀ ਉਹ ਦੋਨੇ ਭਰਾ ਜੀ ਮੇਰੀ ਰਿਸਪੈਕਟ ਬਹੁਤ ਕਰਦੇ ਆ ਉਹ ਠੀਕ ਆ ਭਾਨਾ ਤੱਤਾ ਚੱਲ ਜਾਂਦਾ ਕਿਤੇ ਉਹ ਖੂਨ ਚ ਆ ਉਹ ਬੁਲਾ ਵਧਾ ਲੈਂਦਾ ਬਲੱਡ ਤੇ ਪਰ ਮੇਰੀ ਰਿਸਪੈਕਟ ਬਹੁਤ ਕਰਦੇ ਹਾਂ ਵੱਡੇ ਭਰਾ ਵਾਂਗੂ ਪਿਓ ਵਾਂਗੂ ਮੈਨੂੰ ਰਿਸਪੈਕਟ ਦਿੰਦੇ ਆ ਉਹ ਤੇ ਬੰਦਾ ਜਿੱਥੇ ਪਿਆਰ ਹੋਵੇ ਉੱਥੇ ਜੇ ਸੁਣ ਵੀ ਲੈ ਲਈ ਕਹਿ ਵੀ ਲੈ ਲਈ ਤੇ ਉਹ ਉਹਨੂੰ ਚੱਲ ਗਿਆ ਤਾਂ ਅੱਗੇ ਬੰਦਾ ਨਿਕਲ ਜਾਂਦਾ ਜੀ ਬਿਲਕੁਲ ਤੇ ਉਹਦੇ ਚ ਫਿਰ ਤੁਸੀਂ ਵੀ ਨਾਲ ਰਹੋਗੇ ਹਾਂ ਸਾਰੇ ਇਕੱਠੇ ਤੁਸੀਂ ਵੀ ਨਾਲ ਰਹੋਗੇ ਜੀ 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 ਪਰ ਤੁਸੀਂ ਮੈਂ ਤਾਂ ਇਹ ਚਾਹੂੰਗਾ ਮੇਰਾ ਇਹ ਵੀ ਖੁਆਇਸ਼ ਹੈ ਵੀ ਜਿਹੜਾ ਸੋਡੇ ਵਾਲਾ ਕੰਮ ਆ ਨਾ ਬਹੁਤ ਧਰਤੀ ਨਾਲ ਜੁੜ ਕੇ ਆ ਚਾਹੇ ਕਿਵੇਂ ਵੀ ਆ ਠੀਕ ਆ ਉਹ ਅਸਲੀਅਤ ਵੀ ਆ ਤੇ ਪਰ ਉਹਨੂੰ ਵੱਡੇ ਪਲੇਟਫਾਰਮ ਤੇ ਜ਼ਰੂਰ ਤੁਸੀਂ ਵੇਚਣ ਦੀ ਕੋਸ਼ਿਸ਼ ਕਰੋ ਮਤਲਬ ਉਹ ਚੀਜ਼ ਨੂੰ ਹਾਂ ਨਹੀਂ ਹੁਣ ਅਸੀਂ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਇਹ ਗੱਲ ਕਹੀ ਹੈ ਜੀ ਸਿੱਧੂ ਕੇ ਅੰਦਰ ਲੈ ਘਰੇ ਸੀਗੇ ਜੀ ਅੱਛਾ ਜੀ ਤੇ ਸਿੱਧੂ ਕਹਿੰਦਾ ਵੀ ਤੁਸੀਂ ਉਹਨਾਂ ਦੇ ਫਾਦਰ ਤੋਂ ਵੀ ਪੁੱਛ ਲਿਓ ਮਦਰ ਤੋਂ ਵੀ ਪੁੱਛ ਲਿਓ ਉਹ ਕਹਿੰਦਾ ਵੀ ਇੱਥੇ ਵੱਡੇ ਵੱਡੇ ਸਟਾਰ ਆ ਗਏ ਕਿਸੇ ਨੇ ਨੀ ਕਦੇ ਕੋਈ ਏਡੀ ਕੋਈ ਗੱਲ ਕਰੀ ਤੇ ਜਦੋਂ ਮੈਂ ਜਾਂਦਾ ਸੀ ਆਂਢ ਗੁਆਂਢ ਸਾਰੇ ਹੀ ਆ ਜਾਂਦੇ ਸੀ ਤੇ ਅਸੀਂ ਬੈਠੇ ਇੱਕ ਆਇਆ ਮੇਰੀ ਬਾਂਹ ਫੜੀ ਕਹਿੰਦਾ ਭਾਨੇ ਆ ਜਾ ਫੋਟੋ ਖਿਚਾਈ ਹੋਏ ਅੱਛਾ ਮੈਂ ਜਾ ਕੇ ਫੋਟੋ ਖਿਚਾ ਕੇ ਮੈਨੂੰ ਐਂ ਲੱਗਿਆ ਵੀ ਐਂ ਬੋਲਿਆ ਸਿੱਧੂ ਮੈਨੂੰ ਕਹਿੰਦਾ ਇਹ ਨਾ ਸਮਝ ਮੈਨੂੰ ਐਂ ਬੋਲਿਆ ਉਹਨੂੰ ਐਂ ਲੱਗਦਾ ਵੀ ਤੂੰ ਸਾਡਾ ਹੀ ਬੰਦਾ ਉਹ ਚ ਆਪਣਾ ਪਾਣਾ ਉਹਨੂੰ ਐਂ ਲੱਗਾ ਵੀ ਇਹ ਹੋਣਗੇ ਤਾਂ ਸਾਡੇ ਵਾਲਾ ਵੀ ਮੈਂ ਅਸੀਂ ਵੀਡੀਓ ਦੇਖਦੇ ਕਰਕੇ ਵੀ ਆਪਣਾ ਪਾਣੀ ਲੱਗਦਾ ਵੀ ਆ ਜਾ ਫੋਟੋ ਖਿਚਾਈਏ ਵੀ ਇਹ ਵਧੀਆ ਗੱਲ ਹੈ ਚੰਗੀ ਗੱਲ ਹੈ ਚੰਗੀ ਗੱਲ ਹੈ ਤੁਸੀਂ ਉਹ ਮਿਣਾ ਹਾਂ ਹਾਂ ਬਿਲਕੁਲ ਤੇ ਭਾਨੇ ਨਾਲ ਸਿਕਿਉਰਿਟੀ ਸਿਕਿਉਰਿਟੀ ਵੀ ਹੁੰਦੀ ਐ ਤੁਹਾਡੇ ਨਾਲ ਭਾਨੇ ਨਾਲ ਜੀ ਸਿਕਿਉਰਿਟੀ ਤਾਂ ਮਤਲਬ ਉਹ ਆਪਦੇ ਹੀ ਮੁੰਡੇ ਹੁੰਦੇ ਆ ਆਪਣੇ ਜਿਹੜੇ ਹੁੰਦੇ ਤੇ ਪਰ ਉਹਨੂੰ ਮੈਂ ਇਹ ਵੀ ਗੱਲ ਕਹਿਣਾ ਉਹਨਾਂ ਵੀ ਥੋੜਾ ਠੰਡਾ ਰਿਹਾ ਕਰ ਹਨਾ ਨਹੀਂ ਨਹੀਂ ਉਹਨਾਂ ਨਾਲ ਹੀ ਤੁਹਾਡੇ ਨਾਲ ਕਹਿਣਾ ਮੈਂ ਮੇਰੇ ਨਾਲ ਹਾਂ ਮੇਰੇ ਨਾਲ ਬੈਠੀ ਤੇ ਇਕੱਲੇ ਹੀ ਹੁੰਦੇ ਆ ਜੀ ਅਸੀਂ ਤਾਂ ਜੇ ਮੈਂ ਕਦੇ ਜਾਵਾਂ ਮੈਂ ਇਕੱਲੇ ਹੀ ਹੁੰਦਾ ਹਨਾ ਸਿਕਿਉਰਿਟੀ ਆ ਉਹ ਵਾਹਿਗੁਰੂ ਨਾਲ ਹੈ ਜਦੋਂ ਉਹਨੇ ਹੱਥ ਕੋਈ ਲਿਖੀ ਹੋਈ ਆ ਉਹ ਹੋ ਕੇ ਹੀ ਰਹਿਣੀ ਆ ਹਨਾ ਤੇ ਨਾ ਕਦੇ ਸਿਕਿਉਰਿਟੀ ਲਈ ਆ ਤੇ ਨਾ ਰੱਖੀਏ ਤੇ ਨਾ ਜ਼ਰੂਰ ਸੁਣੋ ਇਹ ਲੱਗਦਾ ਗਾ ਵੀ ਜਿਹੜਾ ਕੋਈ ਵੀ ਰੁਤਬਾ ਗਾ ਹਾਲਾਂਕਿ ਬਹੁਤ ਵੱਡੀ ਗੱਲ ਹੁੰਦੀ ਹੈ ਜੇ ਤੁਹਾਡੇ ਨਾਲ ਕੋਈ 4 ਬੰਦੇ ਫੋਟੋਆਂ ਕਰਾਉਂਦੇ ਆ ਤੁਹਾਡਾ ਨਾਮ ਜਾਣਦੇ ਬਹੁਤ ਵੱਡੀ ਗੱਲ ਆ ਬਾਕੀ ਮੰਨਣ ਦੀ ਹੁੰਦੀ ਆ ਹਨਾ ਜਦੋਂ ਬੰਦੇ ਦੀ ਚੜਾਈ ਹੁੰਦੀ ਆ ਮੈਨੂੰ ਲੱਗਦਾ ਵੀ ਜਿਹੜਾ ਇਹ ਸਟਾਰ ਵਾਲਾ ਕੰਮ ਆ ਇਹ ਬਹੁਤ ਔਖਾ ਗਾ ਸਾਂਭ ਕੇ ਰੱਖਣਾ ਆ ਰਿਸਕ ਬਹੁਤ ਆ ਬਹੁਤ ਰਿਸਕ ਆ ਜੀ ਬਹੁਤ ਰਿਸਕ ਆ ਬਹੁਤ ਔਖਾ ਹੈ ਕਾਮਯਾਬ ਹੋਣਾ ਵੱਖ ਗੱਲ ਆ ਪਰ ਉਸ ਮੰਜ਼ਿਲ ਤੇ ਪਹੁੰਚ ਗਏ ਤੇ ਬਹੁਤ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਬਹੁਤ ਹੀ ਜ਼ਿਆਦਾ ਨਿੱਜੀ ਜ਼ਿੰਦਗੀ ਤੇ ਪ੍ਰਭਾਵ ਪੈਂਦਾ ਪੈਂਦਾ ਜੀ
ਪੈਂਦਾ ਹੈ ਨਾ ਜੀ ਜ਼ਿੰਦਗੀ 'ਤੇ, ਕਦੇ ਤੁਸੀਂ ਆਮ ਨਹੀਂ ਫਿਰਦੇ। ਤੁਸੀਂ ਕਦੇ ਆਪਣੇ ਭਾਨੇ ਨੂੰ ਪੁੱਛ ਲਿਓ ਜੀ ਸਿੱਧੂ ਨੇ ਇੰਗਲੈਂਡ ਤੋਂ ਫੋਨ ਲਾਇਆ, ਕਹਿੰਦਾ ਯਾਰ ਮੈਂ ਤੁਹਾਡੇ ਵਾਲੀ ਜ਼ਿੰਦਗੀ ਜਿਉਣੀ ਚਾਹੁੰਦਾ, ਵੀਡੀਓ ਪਿਆ ਮੇਰੇ ਕੋਲ, ਉਹ ਹੈ ਨਾ ਵੀਡੀਓ ਪਿਆ, ਵੀਡੀਓ ਕਾਲ 'ਤੇ ਮੈਂ ਫੋਨ 'ਤੇ ਬਣਾ ਲਿਆ ਸੀ ਹੈ ਨਾ, ਕਹਿੰਦਾ ਮੈਂ ਤੁਹਾਡੇ ਵਾਲੀ ਜ਼ਿੰਦਗੀ ਜਿਉਣੀ ਚਾਹੁੰਦਾ, ਕਹਿੰਦਾ ਯਾਰ ਤੁਹਾਨੂੰ ਦੁਨੀਆਂ ਜਾਣਦੀ ਵੀ ਹੈ ਅਤੇ ਤੁਸੀਂ ਲੋਕਾਂ 'ਚ ਵੀ ਤੁਰੇ ਫਿਰਦੇ ਹੋ, ਕਹਿੰਦਾ ਯਾਰ ਮੈਂ ਇਹ ਜ਼ਿੰਦਗੀ ਜਿਉਣੀ ਚਾਹੁੰਦਾ ਵੀ ਮੈਂ ਆਮ ਪਬਲਿਕ 'ਚ ਤੁਰਿਆ ਫਿਰਾਂ। ਪਰ ਅਸੀਂ ਵੀ ਮਤਲਬ ਆਮ ਫਿਰਨ ਤੋਂ ਹੁਣ ਗਰੇਜ਼ ਕਰੀਦਾ ਜੀ, ਡਰ ਲੱਗਦਾ ਵੀ ਕਦੇ ਜਦੋਂ ਜ਼ਰੂਰੀ ਆ ਉੱਥੇ ਫੇਰ ਹੀ ਜਾਇਆ ਜਾਵੇ, ਨਹੀਂ ਤਾਂ ਜੀ ਜੀ। ਹੋਰ ਕੋਈ ਗੱਲਬਾਤ ਤੁਸੀਂ ਦੱਸਣੀ ਚਾਹੁੰਦੇ ਹੋ? ਹੋਰ ਬਸ ਜੀ ਬਹੁਤ ਵਧੀਆ ਲੱਗਿਆ ਤੇ ਖਵੈਸ ਸੀ ਵੀ ਰਤਨ ਧਾਲੀਵਾਲ ਹੁਣ ਵੀ ਸਾਨੂੰ ਕਦੋਂ ਬੁਲਾਉਣਗੇ ਤੇ ਵੇਟ ਕਰਦੇ ਸੀ, ਮਿਲੇ ਬਹੁਤ ਵਾਰੀਆਂ ਪਰ ਆਪਾਂ ਕਦੇ ਗੱਲ ਨਹੀਂ ਕਰੀ, ਕਦੇ ਗੱਲ ਇੰਟਰਵਿਊ ਨਹੀਂ ਕਰੀ, ਕਦੇ ਕੁਛ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਪਰ ਮੈਨੂੰ ਬਹੁਤ ਵਾਰੀ ਇਹ ਲੱਗਦਾ ਹੁੰਦਾ ਕਈ ਬੰਦੇ ਆ ਹੁਣ ਵੀ ਜਦੋਂ ਅਸੀਂ ਆ ਲਿਖ ਕੇ ਰੱਖਦੇ ਹਾਂ ਵੀ ਆਹ ਬੰਦੇ ਤਾਂ ਹੁਣ ਤਾਂ ਚਲੋ ਸਾਡਾ ਆਹ ਕੰਮ ਹੋ ਗਿਆ ਪੋਡਕਾਸਟ, ਹੁਣ ਸਾਨੂੰ ਬਾਕੀ ਪਤਾ ਲੱਗਦਾ ਕਈ ਬੰਦਿਆਂ ਦੀਆਂ ਮੈਂ ਇੰਟਰਵਿਊਜ਼ ਕਰੀਆਂ ਵੀ ਇਹ ਬੰਦੇ ਇੰਟਰਵਿਊ ਵਾਲੇ ਨੀ, ਇਹ ਪੋਡਕਾਸਟ ਲਈ ਜਿੱਥੇ ਤੁਸੀਂ ਖੁੱਲ ਕੇ ਗੱਲਬਾਤ ਕਰਦੇ ਹਾਂ, ਜਿੱਥੇ ਅਸੀਂ ਉਹਨਾਂ ਨੂੰ ਪੁੱਛ ਸਕਦੇ ਹਾਂ ਵੀ ਹਾਂ ਜਿਵੇਂ ਹੁਣ ਮੈਂ ਤੁਹਾਨੂੰ ਪੁੱਛ ਲਿਆ ਵੀ ਹੋਰ ਕੋਈ ਗੱਲਬਾਤ ਜਾਂ ਕੋਈ ਵੀ ਗੱਲਬਾਤ ਜਿਹੜੀ ਜ਼ਿੰਦਗੀ ਕੁਛ ਰਹਿ ਗਿਆ, ਕਿਉਂ ਬੱਸੀਆਂ ਲਈ ਜਾਂਦਾ, ਬੱਸੀਆਂ ਨਾ ਲਓ, ਐਡੇ ਘੈਂਟ ਬੰਦੇ ਉਹ ਬੱਸੀਆਂ ਲਈ ਜਾਂਦਾ। ਨਹੀਂ ਥੱਲੇ ਗਾ ਉਹ, ਨਹੀਂ ਨਹੀਂ ਐ ਨਾ ਕਰੋ ਬਾਈ, ਲਾਂਬਾ ਆ ਗਿਆ, ਨਹੀਂ ਨਹੀਂ ਲਾਂਬਾ ਨੇ ਚਾਹ ਬਣਾ ਕੇ ਲਿਆ, ਬਣਵਾ ਲੈਣੇ ਚਾਹ, ਕਹਿੰਦੇ ਬਾਈ ਕਹਿੰਦੇ ਚਾਹ। ਬਾਕੀ ਰਤਨ ਬਾਈ ਚਲੋ ਹਰ ਇੱਕ ਬੰਦੇ ਨੂੰ ਆਪਦਾ ਇਹ ਪਲੇਟਫਾਰਮ ਇਹ ਜਾ ਵੀ ਕੋਈ ਦਿਲ ਦੀ ਗੱਲ ਆ ਉਹ ਕਰ ਲੈਂਦਾ ਜੇ ਆਪਾਂ ਬਹਿ ਕੇ ਕਰੀਏ। ਰਤਨ ਨੇ ਮੈਨੂੰ, ਮੈਂ ਦੱਸਦਾ ਵੀ ਇਹ ਕਰਕੇ ਨੀ ਸੱਦਿਆ ਸੀ ਕਿ ਬਹੁਤ ਚੈਨਲ ਵਾਲੇ ਜਾਂ ਕੈਨੇਡਾ ਚ ਵੀ ਯਾਰ ਸਿੱਧੂ ਦੀਆਂ ਗੱਲਾਂ ਕਰਾਂਗੇ, ਅਸੀਂ ਇੱਥੇ ਇਹੀ ਕਰਕੇ ਆਏ ਵੀ ਆਪਣੀਆਂ ਦਿਲ ਦੀਆਂ ਗੱਲਾਂ ਕਰਨੀਆਂ। ਰਤਨ ਬਾਈ ਵੀ ਸਿੱਧੂ ਨਾਲ ਜੁੜਿਆ ਵਾ ਦਿਲੋਂ, ਪਰਿਵਾਰ ਨਾਲ ਜੁੜੇ ਹੋਏ ਆ, ਅਸੀਂ ਵੀ ਜੁੜੇ ਹੋਏ ਆ ਤੇ ਇੱਕ ਸਾਡਾ ਘਰ ਦਾ ਹੀ ਪ੍ਰੋਗਰਾਮ ਆ, ਮੈਨੂੰ ਵਧੀਆ ਲੱਗਿਆ। ਨਹੀਂ ਨਹੀਂ ਬਿਲਕੁਲ ਬਿਲਕੁਲ, ਇਹਦਾ ਤਾਂ ਕੋਈ ਉਹ ਨਹੀਂ, ਸਾਡੇ ਮੈਂ ਬਹੁਤ ਪ੍ਰੋਗਰਾਮ ਕਰਿਆ ਸੀ, ਸਪੈਸ਼ਲ ਇੱਕ ਸ਼ੋਅ ਵੀ ਕਰਿਆ ਪੋਡਕਾਸਟ ਤੇ ਮਾਤਾ ਜੀ ਨੇ ਸ਼ੇਅਰ ਕਰਿਆ, ਪਹਿਲਾ ਦੂਜਾ ਪ੍ਰੋਗਰਾਮ ਹੀ ਸੀ ਉਹ, ਹਾਂਜੀ ਸ਼ਾਇਦ ਪਤਾ ਨਹੀਂ ਦੂਜਾ ਹੀ ਸੀ ਮੈਨਾਂ ਦਾ ਜੀ ਜੀ, ਤੇ ਉਹਦੇ ਚ ਵੀ ਅਸੀਂ ਗੱਲ ਮਤਲਬ ਸਾਡੀਆਂ ਲੋਕਾਂ ਨੇ ਗੱਲਾਂ ਨੂੰ ਮੈਂ ਟ੍ਰੋਲ ਜਾਂ ਉਵੇਂ ਨਹੀਂ ਕਰਿਆ ਕਿਉਂਕਿ ਪਤਾ ਗਾ ਇਹ ਵੀ ਗੱਲ ਆ, ਉਹੀ ਗੱਲ ਆ ਗਈ ਜਿਹੜੀ ਆਪਾਂ ਪਹਿਲਾਂ ਕਰ ਰਹੇ ਸੀ, ਜਿੱਥੇ ਤੁਹਾਡਾ ਦਿਲ ਸਾਫ਼ ਆ ਤੇ ਜਿੱਥੇ ਤੁਸੀਂ ਸਹੀ ਹੋ ਤਾਂ ਉਵੇਂ ਆ, ਜਿਵੇਂ ਆਪਾਂ ਕਹਿ ਵੀ ਜਿਹੜੇ ਸਿੱਧੂ ਨਾਲ ਖਹਿ ਰਹੇ ਆ ਜਾਂ ਖਹਿ ਗਏ ਜਾਂ ਨੈਗੇਟਿਵਲੀ ਜਾਂ ਉਹਨਾਂ ਦੇ ਪਰਿਵਾਰ ਨਾਲ ਨਹੀਂ ਖੜੇ, ਕਹਿਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਹਾਡੀ ਕੱਲੀ ਦੁਸ਼ਮਣੀ ਆ, ਤਾਂ ਉਹਨਾਂ ਨਾਲ ਵੀ ਉਸ ਹਿਸਾਬ ਨਾਲ ਭਲਾ ਨਹੀਂ ਹੋ ਰਿਹਾ ਕਿਉਂਕਿ ਜਿਹੜੀ ਕੁਦਰਤ ਆ ਕੁਦਰਤ ਤੁਹਾਨੂੰ ਉਹੀ ਕਰ ਦਿੰਦੀ ਆ, ਥੱਲੇ ਸਿੱਟ ਦਿੰਦੀ ਆ, ਜੇ ਕੁਦਰਤ ਨੇ ਚੱਕ ਕੇ ਰੱਖਣਾ ਉਹਨੇ ਰੱਖਣਾ, ਕਿਉਂਕਿ ਸਾਡਾ ਤਾਂ ਇਹ ਵੀ ਹੈ ਨਾ ਗੱਲ, ਠੀਕ ਆ ਮੈਂ ਪੇਸ਼ੇ ਤੌਰ ਤੋਂ ਪੱਤਰਕਾਰ ਹੋ, ਤੁਸੀਂ ਹਾਸਰਾ ਕਲਾਕਾਰ ਹੋ, ਪਰ ਆਪਣੀ ਇੱਕ ਨਿੱਜੀ ਇਨਸਾਨੀਅਤ ਤੌਰ ਤੇ ਕੋਈ ਹੈਗੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ, ਉਹਨਾਂ ਦੇ ਪ੍ਰਤੀ ਆਪਣੇ ਫਰਜ਼ ਨੇ ਜੀ, ਆਪਣੇ ਨਾਲ ਆਪਾਂ ਜੋ ਉਹਨਾਂ ਦੇ ਘਰੇ ਬਈ ਜਾਂਦੇ ਆ, ਮੈਂ ਇੱਕ ਗੱਲ ਆਪਣੇ ਜਾਣ ਨਾਲ ਕੋਈ ਉਹਨਾਂ ਦਾ ਦੁੱਖ ਘਟਦਾ ਨੀ ਕੋਈ ਵੱਧਦਾ ਨੀ, ਪਰ ਕਈ ਗੱਲਾਂ ਹੁੰਦੀਆਂ ਗੀਆਂ ਜਿਵੇਂ ਇੱਕ ਦੋ ਮੁੰਡੇ ਆ, ਇੱਕ ਮੈਂ ਇੱਕ ਦਿਨ ਪਤਾ ਨਹੀਂ ਲਾਡੀ ਨੂੰ ਵੀ ਕਿਹਾ ਸੀ ਮੈਂ ਤੁਸੀਂ ਜਾਇਆ ਕਰੋ, ਮੈਂ ਕਿਹਾ ਪਰ ਉੱਥੇ ਮੈਂ ਕਿਹਾ ਤੁਸੀਂ ਉਹਨਾਂ ਨੂੰ ਹਿਸਾਬ ਵੀ ਦਿਆ ਕਰੋ, ਗੱਲ ਉਹ ਜੀ ਮੈਂ ਕਿਹਾ ਹੌਲਾ ਹੋ ਜਾਂਦਾ ਬੰਦਾ, 10 ਮਿੰਟ 20 ਮਿੰਟ ਹੋਰ ਪਾਸੇ ਗੱਲਬਾਤ ਵਗ ਜਾਂਦੀ ਆ। ਹਾਂਜੀ ਤੇ ਮੈਂ ਉਹ ਦਿਖਾਉਣਾ, ਮੈਂ ਥੋੜਾ ਜਿਹਾ ਦਿਖਾਉਂਗਾ, ਮੈਨੂੰ ਇਹਦੇ ਮੰਮੀ ਡੈਡੀ ਬੋਲੇ। ਅੱਛਾ ਅੱਛਾ ਉਹ ਪਰ ਜੇ ਕਿਤੇ ਸਿੱਧੂ ਦਾ ਨਾਂ ਲੈ ਕੇ ਵੀ ਅਸੀਂ ਇਥੋਂ 4 ਪੈਸੇ ਆਉਣਗੇ ਉਹ ਕਦੇ ਨੀ ਜ਼ਿੰਦਗੀ ਚ ਕਰਾਂਗੇ, ਹੈਨਾ ਵੀ ਕੋਈ ਫੇਮ ਲੈਣ ਦੀ ਖਾਤਰ ਜਾਂ ਉੱਥੇ ਉਹ ਕਰਕੇ ਆ ਜੀ ਦੇਖੋ ਜੀ ਐ ਕਿਹਾ, ਤੇ ਮੈਨੂੰ ਵੀ ਤਾਂ ਮੈਂ ਬਹੁਤ ਥੋੜੇ ਜਣੇ, ਇੱਕ ਜਾਂ ਮੈਂ ਬਲਕਾਰਨ ਖੀਲੇ ਨੂੰ ਦੇਖਦਾ ਹੁੰਦਾ, ਉਹ ਦੋਨੇ ਮੀਆਂ ਬੀਬੀ ਉਹ ਬਹੁਤ ਆਉਂਦੇ ਆ, ਬਹੁਤ ਉਹ ਦਿਲੋਂ ਜੁੜੇ ਵੀ ਨੇ ਕਿਉਂਕਿ ਉਹਨਾਂ ਨੂੰ ਪਤਾ, ਮੈਂ ਉਹਦੇ ਨਾਲ ਇੱਕ ਦਿਨ ਗੱਲ ਵੀ ਕਰ ਰਿਹਾ ਸੀ, ਜਿਹੜੇ ਕਲਾਕਾਰ ਹਿੱਟ ਹੋ ਗਏ ਫੁੱਲ ਕਮਾ ਕਮੂ ਕੇ ਤੇ ਫੇਲ ਹੋ ਕੇ ਤੇ ਘਰੇ ਬਹਿ ਗਏ ਸੀ ਵੀ ਸਤਿ ਸ੍ਰੀ ਅਕਾਲ ਆ ਹੁਣ ਇੱਥੇ ਕਿੱਥੇ ਚੱਲਣਾ, ਤੇ ਉਹਨੇ ਇੱਕ ਇੱਕ ਨਾਂ ਹੀ ਲਿਆ, ਅੱਜ ਦੋ ਦੋ ਸ਼ੋਅ ਲਾ ਰਹੇ ਆ। ਨਹੀਂ ਬਿਲਕੁਲ ਸਹੀ, ਇਹ ਸੱਚ ਹੈ, ਇਹ ਸੱਚ ਹੈ, ਇਹ ਤਾਂ ਮਤਲਬ ਸਾਹਮਣੇ ਆਪਣੇ, ਇਹ ਕੋਈ ਪਰਦੇ ਦੀ ਗੱਲ ਹੀ ਨਹੀਂ ਇਹ, ਪਰ ਜੇ ਉਹ ਦੋ ਦੋ ਸ਼ੋਅ ਲਾ ਰਿਹਾ ਤੇ ਮੈਨੂੰ ਉਮੀਦ ਹੈ ਵੀ ਮਹੀਨੇ ਚ ਉਹ 2-4 ਗੇੜੇ ਉੱਥੇ ਵੀ ਮਾਰੇ, ਹਾਂ ਹਾਂ ਇਹ ਜ਼ਰੂਰੀ ਹੈ, ਪਰ ਦਿਲੋਂ ਅਟੈਚ ਕਿਉਂਕਿ ਮੈਂ ਤਾਂ ਇੰਨਾ ਕਿ ਵੀ ਗੱਲ, ਚਲੋ ਕਈ ਵਾਰੀ ਬੰਦਾ ਜ਼ਿਆਦਾ ਬਿਜ਼ੀ ਹੋ ਜਾਂਦਾ, ਫੋਨ ਤੇ ਵੀ ਪਤਾ ਲੱਗ ਜਾਂਦਾ ਅੱਜ ਕੱਲ ਕਿਉਂਕਿ ਉਹਨਾਂ ਨੇ ਵੀ ਦੁਨੀਆ ਕੱਢਤੀ, ਹੁਣ ਤਾਂ ਕਿੰਨੀ ਦੁਨੀਆ ਦੇ ਨਾਲ ਉਹਨਾਂ ਦਾ ਵਾਹ ਵਾਸਤਾ, ਉਹਨਾਂ ਨੂੰ ਤਾਂ ਮਤਲਬ ਕਹਿਣ ਤੋਂ ਹੀ ਪਤਾ ਲੱਗ ਜਾਂਦਾ ਵੀ ਸਾਨੂੰ ਕੋਈ ਆਪਦੇ ਫਾਇਦੇ ਲਈ ਗੱਲ ਕਰ ਰਿਹਾ ਕਿ ਕਿਵੇਂ ਆ। ਬਿਲਕੁਲ ਬਿਲਕੁਲ, ਮਤਲਬ ਸਿੱਧੂ ਭਾਈ
ਕੁੜੀਆਂ ਦੀ ਰਿਸਪੈਕਟ ਵੀ ਬਹੁਤ ਕਰਦੇ ਹੈਗੇ। ਮੈਂ ਨਾ ਮਤਲਬ ਜਦੋਂ ਅਸੀਂ ਪਹਿਲੀ ਦੂਜੀ ਵਾਰ ਗਏ ਸੀ, ਅਸੀਂ ਨਾ ਗੱਡੀ ਚ ਬੈਠੀ ਰਹੀ ਤੇ ਅਸੀਂ ਅੰਦਰ ਵਗ ਗਏ ਪਰੇ, ਅਸੀਂ 2 ਘੰਟੇ ਬੈਠੇ ਰਹੇ ਗੱਲਾਂ ਬਾਤਾਂ ਤੇ। ਉਹ ਜਦੋਂ ਗੱਡੀ ਅਸੀਂ ਤੁਰਨ ਲੱਗੇ ਤੇ ਬਰਾਬਰ ਲਿਆ ਕੇ ਦੇਖ ਕੇ ਉਹਨੂੰ ਲੱਗੇ ਵੀ ਕੁੜੀ ਕੌਣ ਬੈਠੀ ਆ, ਦੇਖ ਕੇ ਮੇਰੇ ਨਾਲ ਲੜ ਪਿਆ ਉਤਰ ਕੇ। ਮੈਨੂੰ ਕਹਿੰਦਾ ਯਾਰ ਕਮਾਲ ਦੀ ਗੱਲ ਆ, ਇੰਨੀ ਗਰਮੀ ਪਈ ਜਾਂਦਾ ਉਹਦੇ ਨਾਲ ਕੋਈ ਤੇਰੇ ਬੈਰ ਹੈ, ਕਹਿੰਦਾ ਤੂੰ ਉੱਥੇ ਘਰੇ ਮਾਤਾ ਕੋਲੇ ਛੱਡ ਆਉਂਦਾ ਜਾਂ ਕਿਵੇਂ, ਤੇ ਨਹੀਂ ਉਹ ਕੋਲ ਦੀ ਵੀ ਲੰਘ ਜਾਂਦਾ ਵੀ ਯਾਰ ਆਪਾਂ ਨੂੰ ਕੀ ਆ। ਰਿਸਪੈਕਟ ਤਾਂ ਕਰਦਾ ਸੀ ਇਹ ਚ ਕੋਈ ਸ਼ੱਕ ਨੀ, ਬਾਕੀ ਅਣਖੀ ਸੀ ਗੀਤ ਵਾਕਈ, ਜਾਂ ਜਿਹੜੇ ਅੱਗੇ ਵੀ ਆਉਣੇ ਆ ਵੀ ਕਿਤੇ ਇਹ ਨੀ ਉਹਨੇ ਕਿਹਾ ਵੀ ਕਿਤੇ ਕੁੜੀ ਦੀ ਉਹਨੇ ਬੇਇੱਜ਼ਤੀ ਕਰੀ ਹੋਵੇ ਜਾਂ ਕਿਤੇ, ਮਾਣ ਵਾਲੀ ਗੱਲ ਆ ਤੇ ਸਦਾ ਦੁਨੀਆਂ ਰਹਿੰਦੀ ਤੱਕ ਰਹੂਗਾ ਜੱਟ ਦਾ ਨਾਂ। ਤੁਸੀਂ ਇੱਕ ਬਣਾਇਆ ਵੀ ਸੀ ਤੁਸੀਂ ਕੁਛ, ਮਤਲਬ ਸਕੈਟ ਵਗੈਰਾ ਚ ਟਰਾਲੀ ਜੀ ਕੋਲੇ ਬਣ ਕੇ ਕੁਛ ਉਹ ਫਿਲਮ ਟਾਈਪ ਹੀ ਸੀ ਸਕੈਟ ਸੀ। ਹਾਂ ਉਹ ਕਿਵੇਂ ਸੀਗਾ ਵੀ, ਮਤਲਬ ਉਹ ਚ ਵੀ ਸੁਨੇਹਾ ਦਿੱਤਾ ਸੀ? ਹਾਂ ਉਹਦੇ ਚ ਇਹੀ ਆ ਵੀ ਕਹਿੰਦਾ ਮਤਲਬ ਵੀ ਕਹਿੰਦਾ ਜੱਟਾ ਤੇਰੇ ਵਰਗਾ ਮੁੜ ਕੇ ਪੈਦਾ ਨਹੀਂ। ਹਾਂ ਇਦਾਂ ਸੀਗੀ ਗੱਲਬਾਤ ਜੀ, ਬਿਲਕੁਲ ਸੀ। ਤੇ ਉਸ ਇੱਕ ਗੱਲ ਜ਼ਰੂਰ ਹੈ ਜਿਵੇਂ ਚਲੋ ਪਰਵਾਹ ਨਹੀਂ ਕਰਦੇ ਗੇ, ਜੇ ਕੋਈ ਇੱਦਾਂ ਦੀ ਗੱਲ ਬੋਲਦੇ ਤਾਂ ਥੱਲੇ ਇੱਕ ਦੋ ਜਿਹੜੇ ਹੁੰਦੇ ਆ ਵੀ ਥੱਲੇ ਯਾਰ ਫੇਮ ਲੈਣ ਦੇ ਮਾਰੇ ਉਹਦਾ ਨਾਂ ਬੋਲਦੇ ਆ, ਫਲਾਨਾ ਬੋਲਦੇ ਆ ਹਨਾ, ਤੇ ਉਹ ਲੱਤਾਂ ਖਿੱਚਣ ਵਾਲੇ ਹੁੰਦੇ ਆ, ਉਹ ਬੈਠੇ ਹੀ ਹੁੰਦੇ ਆ। ਪਰ ਜਦੋਂ ਉਹਨਾਂ ਦੀ ਪ੍ਰੋਫਾਈਲ ਖੋਲੋ ਉਹ ਲੌਕਡ ਪ੍ਰੋਫਾਈਲ ਹੁੰਦੀ ਆ, ਉਹ ਕਦੇ ਮਤਲਬ ਹੁੰਦੇ ਆਈਡੀਆ ਬਣਾਇਆ ਵੀ ਨਹੀਂ 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 ਇਹ ਤਾਂ ਮੈਂ ਤਾਂ ਇੰਨੀ ਕਹਾਂ ਜਿਹੜੇ ਬੰਦੇ ਉਹਦੇ ਨਾਲ ਪਹਿਲਾਂ ਸੀਗੇ ਜੇ ਉਹ ਅੱਜ ਖੜੇ ਨੇ ਤੇ ਜੇ ਉਹ ਬੋਲ ਰਹੇ ਨੇ ਇਹ ਤਾਂ ਉਹਦੀ ਮਤਲਬ ਗੱਲ ਆ, ਲੋਕਾਂ ਚ ਗੱਲ ਜਾਊਗੀ ਫੇਰ ਹੀ ਗੱਲ ਹੋਊਗੀ। ਹਾਂ ਪਰ ਜਿਹੜੇ ਅੱਜ ਖੜੇ ਨੀ ਜਾਂ ਜਿਹਨਾਂ ਦਾ ਲੋਕਾਂ ਨੂੰ ਪਤਾ ਵੀ ਆਪਾਂ ਕਹਿ ਦਈਏ ਵੀ 2 ਚਿਹਰੇ ਆ, ਉੱਥੇ ਤਾਂ ਫਿਰ ਲੋਕਾਂ ਨੇ ਵੀ ਕਰਨਾ ਹੀ ਆ, ਕਿਤਾਬ ਦਾ ਕਰਨਾ ਹੀ ਆ। ਇਹ ਲੋਕ ਜਾਣਦੇ ਆ ਭਲੀ ਭਾਂਤ ਜਾਣਦੇ ਆ। ਤੇ ਹੁਣ ਬਈ ਫਿਰ ਰਹਿਸ ਤੁਸੀਂ ਪਿੰਡ ਰੱਖੀਏ ਕਿ ਸ਼ਹਿਰ ਚ ਆ ਗਏ, ਹੋਰ ਸ਼ਿਫਟ ਹੋ ਗਏ? ਨਹੀਂ ਪਿੰਡ ਹੀ ਰਹਿਸ ਤਾਂ ਪਿੰਡ ਹੀ ਆ, ਪਰ ਜ਼ਿਆਦਾਤਰ ਜਿਵੇਂ ਹੁਣ ਅਸੀਂ ਚੰਡੀਗੜ੍ਹ ਸ਼ੂਟਿੰਗ ਕਰਦੇ ਆ ਨਾ, ਤੇ ਚੰਡੀਗੜ੍ਹ ਵੀ ਫਲੈਟ ਹੈਗਾ ਜੀ ਤੇ ਖਰੜ, ਤੇ ਇੱਥੇ ਵੀ ਬਰਨਾਲੇ ਵੀ ਰਹਿਸ ਰੱਖੀ। ਵੱਡੀਆਂ ਫੀਚਰ ਫਿਲਮ ਵਾਲਿਆਂ ਨੂੰ ਕੰਮ ਕਰਨਾ, ਫਿਰ ਅਮਨਾ ਵੀ ਪੂਰਾ ਐਨ ਘੈਂਟ ਤਰੀਕੇ ਨਾਲ ਕਰਦਾ ਹੁੰਦਾ, ਪਰ ਉਹ ਬੰਦੇ ਨੂੰ ਇੰਨਾ ਵਧੀਆ ਕੰਮ ਕਰਦਾ ਉਹ ਜਦੋਂ ਕਰਦਾ ਐਡੀਟਿੰਗ ਸੀਨ ਲੈਣੇ, ਕਈ ਵਾਰੀ ਭਾਨਾ ਵੀ ਆ ਕਹਿੰਦਾ ਮੈਂ ਵੀ ਇੱਥੋਂ ਸੀਨ ਨੂੰ ਸਵਾਦ ਆਉਂਦਾ ਬੋਲਣ ਨੂੰ, ਖੜ ਜਾਓ ਦੂਜੇ ਪਾਸੇ ਲੈ ਜਾਂਦਾ ਕੈਮਰਾ ਚੱਕ ਕੇ, ਉਹ ਤੇ ਵਧੀਆ ਚੱਲੀ ਜਾਂਦਾ ਜੀ। ਠੀਕ ਹੈ ਕਿਉਂਕਿ ਆਪਣੇ ਪੰਜਾਬੀ ਫਿਲਮਾਂ ਬਣਦੀਆਂ ਵੀ ਬਹੁਤ ਆ, ਬਹੁਤ ਬਣਦੀਆਂ ਜੀ, ਬਹੁਤ ਬਣਦੀਆਂ, ਕਮੇਡੀ ਬਹੁਤ ਬਣਦੀਆਂ ਜੀ ਜੀ। ਨਹੀਂ ਕੋਈ ਵਧੀਆ ਮੈਂ, ਪਰ ਮੈਨੂੰ ਇਹ ਆ ਵੀ ਬਹੁਤ ਬੰਦਿਆਂ ਨੂੰ ਲੱਗਦਾ ਕਮੇਡੀ ਕਰ ਸਕਦਾ, ਪਰ ਮੈਨੂੰ ਇਹ ਆ ਵੀ ਮੈਂ ਸੀਰੀਅਸ ਕਰੈਕਟਰ ਵੀ ਬਹੁਤ ਕਰ ਸਕਦਾ, ਬਹੁਤ ਵਧੀਆ, ਮਤਲਬ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਕਰ ਸਕਦਾ ਜੀ। ਉਹਦੇ ਚ ਉਹ ਜਿਹੜਾ ਕਰੈਕਟਰ ਸੀ ਤੁਹਾਡਾ ਵੈਲੀ ਵਾਲਾ, ਉਹਦੇ ਚ ਕੋਈ ਚੀਜ਼ ਸੁਣਾਓਗੇ ਸਾਨੂੰ? ਮੈਨੂੰ ਤਾਂ ਬਹੁਤ ਆਕਰਸ਼ਿਤ ਕਰਦਾ ਗਾ। ਹਾਂਜੀ ਹਾਂਜੀ, ਇੱਕ ਮੈਂ ਤੁਹਾਨੂੰ, ਕਿਉਂਕਿ ਉਹਦੇ ਚ ਉਹੀ ਗੱਲ ਆ ਨਾ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀ, ਹੋਰ ਬਦਮਾਸ਼ੀ ਵਾਲੀ ਗੱਲ ਆ ਜਿਹੜੀ ਫੀਲਿੰਗ ਆ ਨਾ, ਉਹ ਫੀਲਿੰਗ ਹੁਣ ਮਤਲਬ ਗੁਰਚੇਤ ਦੀ ਤਾਂ ਮੇਰੀ ਵੀਡੀਓ ਆਈ ਸੀਗੀ, ਘਰ ਚ ਚੋਰੀ ਹੋ ਗਈ ਕਿਸੇ ਦੀ, ਸਾਰਾ ਪਿੰਡ ਇਕੱਠਾ ਹੋਇਆ, ਉਹ ਹੁਣ ਮੈਂ ਵੀ ਵਿੱਚ ਖੜਾ ਬਦਮਾਸ਼ ਵੀ ਹਨਾ, ਉਹ ਕਹਿੰਦਾ ਚੋਰੀ ਕਿਵੇਂ ਹੋਊ, ਕਹਿੰਦਾ ਖੜ ਜਾ ਥਾਣੇਦਾਰ ਸਾਹਿਬ ਮੈਂ ਦੱਸਦਾ ਚੋਰੀ ਕਿਵੇਂ ਹੋਊ, ਕਹਿੰਦਾ ਚੋਰ ਨੇ ਮੋਬਾਈਲ ਮਬੂਲ ਲੈਣਾ, ਹੁਣ ਉਹਨੇ ਸੋਚਿਆ ਇਹਨਾਂ ਦੇ ਘਰੇ ਚੋਰੀ ਕਰ ਲੈਣੇ ਆ, ਚੋਰ ਪਹਿਲਾਂ ਇੱਧਰ ਦੀ ਹੋ ਕੇ ਕੰਧ ਟੱਪਿਆ ਹੋਊ, ਇੱਧਰ ਹੌਲੀ ਕਿਤੇ ਕੇ ਉਤਰਿਆ ਹੋਊ, ਉਹਨੇ ਦੇਖਿਆ ਵੀ ਕੁੱਤਾ ਵੀ ਭੌਂਕਿਆ ਹੋਊ, ਕਿਉਂ ਚਾਚਾ ਸਿਆਹ, ਕਹਿੰਦਾ ਹਾਂ ਭੌਂਕਿਆ ਸੀ, ਲੈ ਦੇਖ ਲਓ, ਕਹਿੰਦਾ ਫਿਰ ਉਹਨੇ ਜਦੋਂ ਦੇਖਿਆ ਜਿੰਦੇ ਜਿੰਦੇ ਲੱਗਿਆ ਉਹਦੇ ਰਸੋਈ ਚੋਂ ਭਾਂਡੇ ਚੱਕੇ ਹੋਣੇ ਆ, ਐਂ ਦੀ ਹੋ ਕੇ ਜਦੋਂ ਕੰਧ ਕੋਲੇ ਜਾ ਕੇ ਖੁਰਨੀ ਤੋਂ ਮਾਰ ਕੇ ਛਾਲ ਪਰੇ ਨੂੰ ਜਾਣ ਲੱਗਿਆ, ਭਾਂਡੇ ਉਧਰ ਡਿੱਗ ਪਏ, ਮੈਂ ਇਧਰ ਡਿੱਗ ਪਿਆ, ਉੱਥੇ ਮੈਂ ਕਹਿ ਗਿਆ ਵੀ ਮੈਂ ਚੋਰੀ ਕਰੀ ਹੈ, ਉਹ ਚੋਂ ਬਦਮਾਸ਼ੀ ਵਾਲੀ ਉਹ ਬਹੁਤ ਵਧੀਆ, ਉਹ ਕਹਿੰਦਾ ਖੜ ਜਾ ਖੜ ਜਾ ਹਲੋ ਖੜ ਜਾ, ਮੈਂ ਦੱਸਦਾ ਚੋਰੀ ਕਿਵੇਂ ਹੋਈ, ਹੁਣ ਬਦਮਾਸ਼ੀ ਦਾ ਵੀ ਸੂਲ ਕਰੀ ਉਹਨੇ ਹੁੰਦੀ ਆ ਚੋਰੀ।
ਜਦੋਂ ਤੁਸੀਂ ਮਿਊਜ਼ਿਕ ਮਾਸਕ ਲਾਉਣੇ ਹੋ ਜਾਂ ਮੁੱਛਾਂ ਉਹ ਹਾਂ ਉਹ ਦਾ ਹਾਂ ਉਹ ਫਿਰ ਉਹ ਤਾੜ ਤਾੜ ਜਾਂ ਜਿਹੜਾ ਲਾਉਂਦੇ ਨਾ ਉਹਦੇ ਨਾਲ ਪੈ ਜਾਂਦਾ ਰੋਹਬ ਜਾਈ ਬਹੁਤ ਬੰਦੇ ਆਈ ਸੋਚਦੇ ਮੇਰੇ ਬਾਰੇ ਮੈਂ ਕੁੜਤਾ ਚਾਦਰ ਪਾ ਕੇ ਰੱਖਦਾ ਹਾਂ ਬਹੁਤ ਬੰਦੇ ਮਿਲਦੇ ਆ ਵੀ ਬਾਈ ਤੂੰ ਪੈਂਟ ਸ਼ਰਟ ਵੀ ਪਾ ਲੈਣਾ ਉਹਨਾਂ ਨੂੰ ਲੱਗਦਾ ਵੀ ਕੁੜਤਾ ਚਾਦਰ ਪਰ ਜੱਜਦੇ ਆਈ ਹੋ ਯਾਰ ਆਈ ਮੈਂ ਤਾਂ ਕਹਣਾ ਵੀ ਸਹੀ ਨਹੀਂ ਹਾਂ ਸਹੀ ਆ ਬ੍ਰੈਂਪਟਨ ਗਏ ਕਿਸੇ ਪਲਾਜੇ ਚ ਤੇ ਉਹ ਉਹਦੇ ਦੋ ਛੋਟੀਆਂ ਛੋਟੀਆਂ ਕੁੜੀਆਂ ਦੇ ਮੰਮੀ ਡੈਡੀ ਤੇ ਉਹ ਕਹਿੰਦੀ ਕੁੜੀ ਕਹਿੰਦੀ ਤੁਸੀਂ ਭਾਨਾ ਹੀ ਹੋ ਮੈਂ ਕਿਹਾ ਹਾਂ ਓਕੇ ਤੁਸੀਂ ਸਿੱਧੂ ਮੂਸੇ ਵਾਲੇ ਨਾਲ ਵੀ ਅਸੀਂ ਦੇਖਿਆ ਵੀਡੀਓ ਮੈਂ ਕਿਹਾ ਹਾਂ ਕਹਿੰਦੀ ਆਪਦੀ ਬਾਂਹ ਦਿਖਾ ਮੈਂ ਜਦੋਂ ਬਾਂਹ ਦਿਖਾਈ ਕਹਿੰਦੀ ਤੂੰ ਉਹਦਾ ਯਾਰ ਨੀ ਹੈਗਾ ਮੈਂ ਕਿਹਾ ਕਿਉਂ ਤੇਰੇ ਤੇ ਟੈਟੂ ਨੀ ਬਣਿਆ ਕਹਿੰਦੀ ਮੈਂ ਕਿਹਾ ਜੀ ਟੈਟੂ ਫਿਰ ਮੇਰੇ ਉਹ ਗਾਣ ਕਹਿੰਦਾ ਮੇਰੇ ਯਾਰਾਂ ਦੇ ਬਾਂਹ ਤੇ ਮੇਰੇ ਟੈਟੂ ਬਣਨੇ ਤੇ ਉਹਦਾ ਮੁੰਡਾ ਜੱਸੀ ਹੈ ਬ੍ਰੈਂਪਟਨ ਤੇ ਮੈਂ ਉਹਦੇ ਕੋਲ ਜਾ ਕੇ ਫਿਰ ਅਗਲੇ ਦਿਨ ਬਣਵਾ ਕੇ ਲਿਆ ਮੈਂ ਕਿਹਾ ਵਾਕਈ ਉਹ ਜੇ ਛੋਟੀ ਜਿਹੀ ਬੱਚੀ ਦੇ ਦਿਮਾਗ ਚ ਗੱਲ ਆ ਤੇ ਉਹ ਮੈਂ ਬਣਵਾ ਕੇ ਲਿਆ ਤੇ ਉਪਰ ਦੁੱਖ ਬਹੁਤ ਲੱਗਦਾ ਜੀ ਪਹਿਲਾਂ ਮੇਲੇ ਚ ਹੀ ਆਹ ਮੋਰਨੀ ਜੀ ਬਣਾਈ ਸੀ ਉਹਨੇ ਕਰ ਕਰਕੇ ਕਹਿੰਦਾ ਚੱਲ 20 ਰੁਪਏ ਲਏ ਉਹਨੂੰ ਇਹ 25-30 ਸਾਲ ਹੋ ਗਏ ਉੱਥੇ ਤਾਕਤਪੁਰੇ ਮੇਲੇ ਚ ਉਹਨੇ 20 ਰੁਪਏ ਲਏ ਤੇ ਮਿੰਟ ਚ ਮੋਰਨੀ ਬਣਾਤੀ ਤੇ ਉਹ ਤਾਂ ਜੀ ਜਦੋਂ ਐ ਲਾਉਂਦੇ ਆ ਤੇ ਨਾ ਹੁਣ ਮੈਂ ਕਹਿਣ ਜੋਗਾ ਵੀ ਬਸ ਕਰ ਬਣਾ ਲਿਆ ਜੀ ਨੀ ਸੋਹਣਾ ਬਣਾਇਆ ਅੱਛਾ ਹੁਣ ਬਣਾਇਆ ਤੁਸੀਂ ਹਾਂਜੀ ਮਾਤਾ ਤੇ ਸਿੱਧੂ ਨੀ ਜਦੋਂ ਪਹਿਲੀ ਵਾਰੀ ਆਇਆ ਸੀ ਉਹ ਨੀ ਸੀ ਮਿਲੇ ਮੰਮੀ ਡੈਡੀ ਉਦੋਂ ਦੀ ਉਦੋਂ ਵਾਲਾ ਬਣਾਇਆ ਉਹ ਕਿਸੇ ਨੇ ਸਕੈਚ ਵੀ ਸ਼ਾਇਦ ਤਿਆਰ ਕਰਕੇ ਹਾਂ ਹਾਂ ਉਹ ਸਕੈਚ ਤੋਂ ਹੀ ਬਣਾਇਆ ਅੱਛਾ ਉਹ ਸਕੈਚ ਤੋਂ ਹੀ ਬਣਾਇਆ ਉਹ ਸਕੈਚ ਤੋਂ ਹੀ ਜੀ ਨਹੀਂ ਨਹੀਂ ਚੰਗੀ ਗੱਲ ਹਾਂ ਛੋਟੀ ਗੱਲ ਸਾਨੂੰ ਬਹੁਤ ਅੰਦਰ ਤੱਕ ਉਹ ਕਰਦਾ ਹਾਂ ਪਰ ਉਹ ਛੋਟੀ ਬੱਚੀ ਦੇ ਦਿਮਾਗ ਚੋ ਕਦੇ ਨਾ ਕਿਤੇ ਸੀਗੇ ਵੀ ਜਿਹੜੇ ਉਹਦੇ ਨਾਲ ਦੇ ਤੇ ਉਹਦੇ ਟੈਟੂ ਵਾਲੀ ਗੱਲ ਤੇ ਫਿਰ ਮੈਂ ਬਣਾ ਕੇ ਲਿਆ ਜੀ ਜੀ ਕਰ ਦਈਏ ਸਮਾਪਤੀ ਆਪਾਂ ਹਾਂਜੀ ਬਿਲਕੁਲ ਗਾਣਾ ਤਾਂ ਹੁਣ ਅਸੀਂ ਗਾਣਾ ਵੀ ਗਾਉਣਾ ਨਹੀਂ ਮੈਨੂੰ ਨਹੀਂ ਨਹੀਂ ਮੈਨੂੰ ਇਹ ਗੱਲ ਦਾ ਨਹੀਂ ਪਤਾ ਬਈ ਆਪਾਂ ਮੈਂ ਨਹੀਂ ਜੇ ਭਾਈ ਹੈਗਾ ਤਾਂ ਬਈ ਆਹੋ ਆਹੋ ਸਭ ਤੋਂ ਵੱਧ ਦੁਨੀਆਂ ਦਾ ਬੇਸੁਰਾ ਗਾਣਾ ਸੀ ਉਹ ਜਿਹੜਾ ਲਾਇਆ ਸੀ ਨਾ ਲੱਤ ਕਿਸੇ ਦੀ ਬਾਂਹ ਕਿਸੇ ਦੀ ਤੇ ਪੂਰਾ ਚੱਲਦਾ ਕੰਮ ਉਹ ਰੋੜੀ ਬਣਾ ਲੈਂਦਾ ਕਹਿੰਦਾ ਵੀ ਗਾਉਣ ਵਾਲਾ ਵਧੀਆ ਕੰਮ ਹੈ ਤੇ ਇੱਧਰ ਇਹਦਾ ਪਿਓ ਹੁੰਦਾ ਨਾਲ ਸਟੇਜ ਤੇ ਜਾਪੜਦਾ ਫੂਟੇ ਮਾਰ ਮੇਰੀ ਧੀ ਝਟਕੇ ਮਾਰ ਲਟਕੇ ਮਾਰ ਹੁੰਦੀ ਚੱਲਦਾ ਪੂਰਾ ਕੰਮ ਉਹ ਵੀਡੀਓ ਭੜਕੀਲੀ ਉਹ ਪਿਓ ਵੀ ਪੇਸ਼ ਕਰਦਾ ਕਹਿੰਦਾ ਜੀ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਮੇਰਾ ਜਵਾਈ ਭਾਨਾ ਭਗੌੜਾ ਤੇ ਮੇਰੀ ਧੀ ਰਾਣੀ ਤੇਰੇ ਕੋਲ ਮੇਰਾ ਖਾਤਾ ਨੀ ਬੰਦ ਹੋਣ ਵਾਲਾ ਏ ਹਾਤਾ ਨੀ ਤੇਰੇ ਕੋਲ ਮੇਰਾ ਖਾਤਾ ਨੀ ਬੰਦ ਹੋਣ ਵਾਲਾ ਏ ਹਾਤਾ ਨੀ ਲੈਣਾ ਇੱਕ ਦਾਰੂ ਦਾ ਅਧੀਆ ਲੈਣਾ ਇੱਕ ਦਾਰੂ ਦਾ ਅਧੀਆ ਛੇਤੀ ਮਾਰ ਮਿੰਟ ਵੱਲੀਏ ਇੱਕ 100 ਦਾ ਨੋਟ ਫੜਾ ਦੇ ਨੀ ਤੂੰ ਮੇਰੀ ਸਿੰਧ ਬੈਂਕ ਵੱਲੀਏ ਨੀ ਤੂੰ ਮੇਰੀ ਸਿੰਧ ਬੈਂਕ ਵੱਲੀਏ 100 ਦੇ ਕੇ 200 ਲੈ ਜਾਵੇ ਫਿਰ ਹਿਸਾਬ ਕਰਾਂਗੀ ਕਹਿ ਜਾਵੇ 200 ਲੈ ਕੇ 200 ਲੈ ਜਾਵੇ ਫਿਰ ਹਿਸਾਬ ਕਰਾਂਗੀ ਕਹਿ ਜਾਵੇ ਇੱਥੇ ਕਿਹੜਾ ਬੱਕਰੀ ਸੂੰਦੀ ਇੱਥੇ ਕਿਹੜਾ ਬੱਕਰੀ ਸੂੰਦੀ ਪਿੱਛੋਂ ਪਊਗਾ ਫਿੱਕ ਚਨਾ ਹੈਨੀ ਵਿਆਹ ਖਾਣ ਨੂੰ ਪੈਸਾ ਮੈਂ ਕਿੱਥੋਂ ਕੱਟ ਦਿਆਂ ਚੈੱਕ ਚਨਾ ਦੇਸੀ ਗੱਲਾਂ ਪਿੰਡ ਵਾਲੀਆਂ ਤਾਂ ਹੀ ਵਧੀਆ ਲੱਗਦੀਆਂ ਜੀ ਉਹ ਆਪਣੇ ਆਪ ਚ ਪਰ ਹੁਣ ਤਾਂ ਬਹੁਤ ਕੁਛ ਲੁਪਤ ਹੋ ਗਿਆ ਬਹੁਤ ਕੁਛ ਖੇਡਾਂ ਤੋਂ ਲੈ ਕੇ ਖਾਸ ਕਰਕੇ ਗੋਲੀਆਂ ਖੇਡਦੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਕਰਦੇ ਜੀ ਲੁਪਤ ਹੋ ਗਿਆ ਲੁਪਤ ਹੋ ਗਿਆ ਉਹਨਾਂ ਫੋਨ ਚ ਹੀ ਬੜੇ ਰਹਿੰਦੇ ਆ ਸਾਰੀ ਦਿਹਾੜੀ ਕਿੱਥੇ ਗੁੱਲੀ ਡੰਡੇ ਬਾਂਦਰ ਕਿੱਲੇ ਉਹ ਚੀਜ਼ਾਂ ਸਾਰੀਆਂ ਖਤਮ ਹੋ ਗਈਆਂ ਚਲੋ ਜੀ ਕਰ ਦਈਏ ਸਮਾਪਤੀ ਫਿਰ ਬਿਲਕੁਲ ਜੀ ਸੋ ਇਹ ਸੀ ਪ੍ਰਿਤਪਾਲ ਸਿੰਘ ਭਾਨਾ ਭਗੌੜਾ ਤੇ ਤੁਹਾਡਾ ਨਾਂ ਜਸਪ੍ਰੀਤ ਕੌਰ ਜਸਪ੍ਰੀਤ ਕੌਰ ਭੂਟੋ ਹਾਂ ਭੂਟੋ ਤਾਂ ਹੈਗਾ ਹੀ ਆ ਭੂਟੋ ਤਾਂ ਹੈਗਾ ਹੀ ਆ ਭੂਟੋ ਦਾ ਨਾਮ ਦੱਸੋ ਜਸਪ੍ਰੀਤ ਕੌਰ ਭੂਟੋ ਕਹਿੰਦੇ
जसप्रीत कौर भूटो। सो बहुत वधिया गल्लां बातां होणा गईआं ते इन्हां गल्लां बातां तों जे तुसीं कुछ चंगा सिखोगे चंगा आपदी जिंदगी दे विच हासिल कर सकदे हो तुसीं, क्योंकि बहुत ग्राउंड तों बई हुणे उठे वे ने, हैना बई? जिवें बचपन दे विच तां बहुत गल्लां बातां अलग सीगियां। बहुत अलग जी, बहुत अलग। जदों एक गल है जी, पाकिस्तान दे किसे बंदे ने कही सीगी गल जी, भी जिहड़ी कमेडी है ना, कमेडी निकलदी है किराए दे घरां चों। जदों तुहानूं किराया नहीं दित्ता जांदा, तुहाडे कोल बिल नहीं भरिया जांदा, तुहाडे कोल किते जाण नूं पैसे है नहीं, गरीबी है, कमेडी गरीबी चों दुख चों निकलदी है। ते मैं वी कदे कहदा ते मेरे थल्ले कमेंट आए वी तैनूं कहदा दुख है, तू तो एडे घर का मुंडा या फलाना, पर एक ना ही एडे घर का, पर दो रुपये भी नहीं दें दे, फिर असी देने नहीं, मैं पता मैं किवें गुजारा करता सी। अच्छा फिर ए तो 500 पढ़ लिया मोड़ दू, अगला दे दिंदा ही मोड़ा, कितों काम दिंदा ही नहीं सी कितों। उन्हां चीजां चों निकल नहीं, खास करके जे तुसीं वड्डे घर दे जिहड़ा संघर्ष सी, हां तुसीं कलाकार बनना, बापू हुणे कहिंदे उहनूं कि खेती कर जां कनेडा जां त्रिपुरा आ गए, इह तां बड़ी वड्डी गल आ ना। इत्थे अमीरी गरीबी तां फिर बहुत पिछे रह जांदे ने, जिथे तुसीं असली। बिलकुल बिलकुल, पर अज परमात्मा ने मेहनत करी ते मैं इह गल जरूर कहना जी, वी बंदा लग्या रहे, पर यह नहीं भी अज मूंगफली की रेहड़ी कल समोसिया की ला के बैठा परसों होर, पर जब मूंगफली की रेहड़ी ला के लगे रहे एक ना एक दिन बड़ा काम ताम जाम बन जाता। किसी भी फील्ड च कोई भी काम है, लगे रहो तो सफलता जरूर मिलू एक ना। चलो तुसी अपना समय दिता, तुहाडा भी भाई दोनों जना धन्नवाद, तुसी चल के आए साडे कोले। ते एक सुनेहा मैं भी देना चाहूंगा, खास करके जिवें जसप्रीत कौर जी ने दसिया भी जिहड़ा ओह संघर्ष सी जिहड़ा ताने मेहणे वाला, क्योंकि औरत की जिंदगी दे विच बहुत सारियां गल्लां हुंदियां, किसी एक मर्द दे नाल औरत नूं भेजना जां उस इस किते दे विच जदों तुसी बहुत छोटे लैवल ते ओह संघर्ष कर रहे हो, पर्दा चाहे वड्डा गा संघर्ष बहुत छोटा हैगा, एक तुसी लोकां नूं जाके सहार रहे हो, पर हुण जिहड़ी जिंदगी आ ओह जिंदगी बदली भी आ, जिथे लोग जाना लोचते हैं उत्थे टूर करके वड्डे वड्डे प्रोग्राम वड्डियां वड्डियां स्टेजां वड्डे वड्डे कलाकारां दे सामने जाके परफॉर्म करके वड्डियां गल्लां आईयां। तुसीं समां दित्ता, तुहाडा बहुत बहुत धन्नवाद जी। अगे फिर हाजिर होवांगे असीं अगले हुण मंगलवार नूं शाम नूं 7 बजे, जिहड़ियां वी खबरां आईयां जिहड़ियां पिछले हफ्ते बीतियां गईयां उहनां दी जानकारी देवांगे। धन्नवाद।